ਕਾਲਜ ਵਿੱਚ ਪੜ੍ਹਨਾ ਵੀ ਹੈ ਹੋਂਡੇ ਤੇ ਚੜ੍ਹਨਾ ਵੀ ਹੈ ਹਾਏ ਕਾਲਜ ਵਿੱਚ ਪੜ੍ਹਨਾ ਵੀ ਹੈ ਹੋਂਡੇ ਤੇ ਚੜ੍ਹਨਾ ਵੀ ਹੈ ਮਿੱਤਰਾਂ ਨੇ ਟੋਰਾਂ ਕੱਢ ਕੇ ਮੋੜਾਂ ਤੇ ਖੜ੍ਹਨਾ ਵੀ ਹੈ ਕਾਲਜ ਵਿੱਚ ਪੜ੍ਹਨਾ ਵੀ ਹੈ ਹੋਂਡੇ ਤੇ ਚੜ੍ਹਨਾ ਵੀ ਹੈ ਮਿੱਤਰਾਂ ਨੇ ਟੋਰਾਂ ਕੱਢ ਕੇ ਮੋੜਾਂ ਤੇ ਖੜ੍ਹਨਾ ਵੀ ਹੈ ਪਾਸ ਵੀ ਜ਼ਰੂਰ ਆਪਾਂ ਹੋਣਾ ਐਸੇ ਦਾ ਰੋਣਾ ਔਖਾ ਬੜਾ ਹੈ ਕੰਮ ਹੋਣਾ ਬਈ ਐਸੇ ਦਾ ਰੋਣਾ ਔਖਾ ਬੜਾ ਹੈ ਕੰਮ ਹੋਣਾ ਬਈ ਐਸੇ ਦਾ ਰੋਣਾ ਮੈਂ ਕੈਂਪਸ ਕੀ ਪੁੱਛਦੇ ਹੋ ਕਾਲਜ ਵਿੱਚ ਮੌਜਾਂ ਹੀ ਮੌਜਾਂ ਮੁੰਡਿਆਂ ਤੇ ਕੁੜੀਆਂ ਦੀਆਂ ਹਰ ਪਾਸੇ ਫੌਜਾਂ ਹੀ ਫੌਜਾਂ ਮੈਂ ਕੈਂਪਸ ਕੀ ਪੁੱਛਦੇ ਹੋ ਕਾਲਜ ਵਿੱਚ ਮੌਜਾਂ ਹੀ ਮੌਜਾਂ ਮੁੰਡਿਆਂ ਤੇ ਕੁੜੀਆਂ ਦੀਆਂ ਹਰ ਪਾਸੇ ਫੌਜਾਂ ਹੀ ਫੌਜਾਂ ਫਿਰ ਦੀਆਂ ਬਣ ਕੇ ਡਾਰਾਂ ਪੈਖੜੀਆਂ ਗੁਲਜ਼ਾਰਾ ਘੁੰਮਣ ਸਕੂਟਰ ਕਾਰਾਂ ਪੈਖੜੀਆਂ ਗੁਲਜ਼ਾਰਾ ਬਣ ਖਣ ਕੇ ਕਾਲਜ ਆਉਣਾ ਸ਼ਾਮੀ ਹਰ ਰੋਜ਼ ਸਤਾਰਾ ਸੈਕਟਰ ਦਾ ਗੇੜਾ ਲਾਉਣਾ ਹੋ ਨਾ ਤੋ ਕੇ ਭੈਣ ਪਚਰ ਕੇ ਬਣ ਖਣ ਕੇ ਕਾਲਜ ਆਉਣਾ ਸ਼ਾਮੀ ਹਰ ਰੋਜ਼ ਸਤਾਰਾ ਸੈਕਟਰ ਦਾ ਗੇੜਾ ਲਾਉਣਾ ਆਪਾਂ ਤੇ ਰੁਟੀਨ ਬਣਾਈ ਉਹ ਮੌਜਾਣੇ ਬਾਈ ਹੋਰ ਨਾ ਫਿਕਰ ਸਾਨੂੰ ਕਾਹੀ ਉਹ ਮੌਜਾਣੇ ਬਾਈ ਆਪੇ ਹੁੰਦੀ ਫਿਰੂਗੀ ਪੜ੍ਹਾਈ ਮੌਜਾਣੇ ਬਾਈ ਜਵਨ ਸੋਹਣੇ ਫੁਰਤੀਲੇ ਗੱਭਰੂ ਮੰਨਦੇ ਨਾ ਟੈਂ ਕਿਸੇ ਦੀ ਪਾਲੇ ਅਣਖੀਲੇ ਗੱਭਰੂ ਚੜ੍ਹਦੇ ਤੋਂ ਚੜ੍ਹਦਾ ਜਵਨ ਸੋਹਣੇ ਫੁਰਤੀਲੇ ਗੱਭਰੂ ਮੰਨਦੇ ਨਾ ਟੈਂ ਕਿਸੇ ਦੀ ਪਾਲੇ ਅਣਖੀਲੇ ਗੱਭਰੂ ਮੌਤ ਨੂੰ ਮਖੌਲਾ ਕਰਦੇ ਬਈ ਮਰਨੋਂ ਨਾ ਡਰਦੇ ਪਿਆਰ ਨਾ ਗੁਲਾਮੀ ਕਰਦੇ ਬਈ ਮਰਨੋਂ ਨਾ ਡਰਦੇ ਯਾਰਾਂ ਲਈ ਤਲੀ ਤੇ ਸਿਰ ਧਰਦੇ ਬਈ ਮਰਨੋਂ ਨਾ ਡਰਦੇ ਕਾਲਜ ਵਿੱਚ ਪੜ੍ਹਨਾ ਵੀ ਹੈ ਹੋਂਡੇ ਤੇ ਚੜ੍ਹਨਾ ਵੀ ਹੈ ਮਿੱਤਰਾਂ ਨੇ ਟੋਰਾ ਕੱਢ ਕੇ ਮੋੜਾਂ ਤੇ ਖੜ੍ਹਨਾ ਵੀ ਹੈ ਪਾਸ ਵੀ ਜ਼ਰੂਰ ਆਪਾਂ ਹੋਣਾ ਐਸੇ ਦਾ ਰੋਣਾ ਔਖਾ ਬੜਾ ਹੈ ਕੰਮ ਹੋਣਾ ਬਈ ਐਸੇ ਦਾ ਰੋਣਾ ਔਖਾ ਬੜਾ ਹੈ ਕੰਮ ਹੋਣਾ ਬਈ ਐਸੇ ਦਾ ਰੋਣਾ ਪਾਸ ਵੀ ਜ਼ਰੂਰ ਆਪਾਂ ਹੋਣਾ ਬਈ ਐਸੇ ਦਾ ਰੋਣਾ ਪੱਤਰ ਅਨਾਰਾਂ ਦੇ ਸਾਡੀ ਗਲੀ ਲੰਘ ਬਾਲੋ ਦੁੱਖ ਟੁੱਟਣ ਬਿਮਾਰਾਂ ਦੇ ਮੰਮੀ ਬਾਈ ਜੀ ਉਹ ਬਠਿੰਡੇ ਵਾਲੇ ਓ ਆ ਜਾ ਖੁੱਲਾ ਹੀ ਹੈ ਖੁੱਲਾ ਤਾਂ ਹੈ ਪਰ ਖੋਲਣਾ ਤਾਂ ਪੈਣਾ ਹੀ ਹੈ ਨਾ ਇਹ ਪੰਮੀ ਬਾਈ ਜੀ ਓਏ ਤੜਕੇ ਸਿਰ ਖਾਣ ਆ ਗਿਆ ਪਤੰਦਰਾ ਉਹ ਚਿੰਤਾ ਚੜ ਲੈਣ ਦਿੰਦਾ ਲੈ 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 ਬਾਈ ਜੀ ਬਾਹਰ ਤਾਂ ਗੋਡੇ ਗੋਡੇ ਦਿਨ ਚੜ ਗਿਆ ਜੀ ਓਏ ਸਾਲਿਆ ਹਾਂਜੀ ਓਏ ਕਿੰਨਾ ਸੋਹਣਾ ਸੁਪਨਾ ਦੇਖ ਰਿਹਾ ਸੀ ਅੱਛਾ ਜੀ ਓਏ ਸਵਰਗਾਂ ਚ ਘੁੰਮ ਰਿਹਾ ਸੀ ਓਏ ਚਾਰੇ ਪਾਸੇ ਅਫੀਮ ਦੇ ਪਹਾੜ ਹਾਏ ਦਾਰੂ ਦੇ ਦਰਿਆ ਕੈਪਸੂਲਾਂ ਤੇ ਤਤੂਰਿਆਂ ਦੇ ਅੰਬਾਰ ਤੇ ਵਿੱਚ ਤੂੰ ਆ ਸਾਲਿਆ ਸੜੀ ਜੀ ਚਾਹ ਲੈ ਕੇ ਆ ਗਿਆ ਲੈ 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 ਬਾਈ ਜੀ ਤੁਸੀਂ ਘੁੱਟ ਭਰ ਕੇ ਵੇਖੋ ਜੀ ਫੇਰ ਦੇਖੋ ਕਿੱਦਾਂ ਖੁੱਲਦੀ ਹੈ ਜੀ ਓਏ ਕੰਜਰਾ
ਓਏ ਪੂਰਾ ਸਰੀਰ ਜਾਮ ਹੋਇਆ ਪਿਆ ਓਏ ਦੇ ਵਿੱਚ ਕਾਲੀ ਨਾਗਣੀ ਤਾਂ ਘੋਲ ਦੇ ਨਾ ਨਾ ਬਾਈ ਜੀ ਮੈਂ ਨਹੀਂ ਮਲਾਵਟ ਕਰਦਾ ਜੀ ਮੈਂ ਤਾਂ ਖੰਡ ਬੜੀ ਔਖੀ ਘੋਲਦਾ ਜੀ ਇਹਦੇ 'ਚ ਇਹ ਪਾਪ ਮੈਥੋਂ ਨਾ ਕਰਾਓ ਜੀ ਆਪੇ ਘੋਲ ਲਿਓ ਪੱਟੇ ਹੋਏ ਜਗੀਰਦਾਰੀਆਂ ਦੇ ਉੱਥੇ ਮਾਂ ਪਿਓ ਬੜਾ ਮੂੰਹ ਸਵਾਰ ਸਵਾਰ ਕੇ ਪਿੰਡ 'ਚ ਕਹਿੰਦੇ ਹੋਣਗੇ ਕਿ ਸਾਡਾ ਕਾਕਾ ਯੂਨੀਵਰਸਿਟੀ 'ਚ ਪੜ੍ਹਦਾ ਉਹ ਮੇਰੇ ਹਰਿਆਣੇ ਦੇ ਸ਼ੇਰ ਉਹ ਮੇਰੇ ਪਵਨ ਪੁੱਤ ਹਨੂਮਾਨ ਜੀ ਦਰਵਾਜ਼ਾ ਖੋਲੋ ਓਏ ਆਹ ਵੀ ਖੁੱਲਾ ਸਰ 68 69 70 ਮੇਰੇ ਪਵਨ ਪੁੱਤ ਹਨੂਮਾਨ ਜੀ 72 ਕਸਰਤ ਤਾਂ ਵੱਡੀ ਤਗੜੀ ਕਰਦੇ ਹੋ ਤੇ ਕੁੜੀ ਛੁੱਟੀ ਤੁਹਾਡੇ ਕੋਲ ਫਸਦੀ ਨਹੀਂ ਅਰੇ ਮੇਰੇ ਬਾਈ ਤੂੰ ਇੱਕ ਕੁੜੀ ਉੜੀਆਂ ਕੀ ਬਾਤ ਮਤ ਕਰਿਆ ਕਰ ਅਰੂੰ ਵੀ ਬਾਇਆ ਮੈਂ ਛੋਰੀ ਹੋ ਰਿਹਾ ਚੱਕਰ ਮੈਂ ਨਹੀਂ ਪੜ ਸਕਤੇ ਨਾ ਨਾ ਤੁਸੀਂ ਕਹਨੋ ਪੜਨਾ ਛੋਰੀਆਂ ਦੇ ਚੱਕਰ ਮੈਂ ਪਰ ਫਰਜ਼ ਕਰੋ ਕੋਈ ਛੋਰੀ ਤੁਹਾਡੇ ਪਿੱਛੇ ਪੈ ਜਾ ਫੇਰ ਰਚੋਰੀ ਹੱਤਿਆ ਅੰਡਰਾ ਹਾਂ ਅਰੂੰ ਵੀ ਉਹ ਨਾਮਣੀ ਜੁੱਤੀ ਗਾ ਨਹੀਂ ਚਰਾਖਾ ਹਾਂ ਅਰ ਵਾ ਕਰ ਵੀ ਕੇ ਲੇਗੇ ਬਿਮਾਰਾ ਨਾ ਨਾ ਉਹ ਨਹੀਂ ਕਰਨਾ ਪਰ ਫਰਜ਼ ਕਰੋ ਜੇ ਕੋਈ ਛੋਰੀ ਤੁਹਾਡਾ ਹੱਥ ਫੜ ਕੇ ਕਹਿ ਦੇ ਕਿ ਮੈਂ ਤੁਮ ਸੇ ਸ਼ਾਦੀ ਕਰੂੰਗੀ ਫੇਰ ਰਤੂ ਮੇਰਾ ਤਾਊ ਨਾ ਨਹੀਂ ਜਾਣਤਾ ਜਬ ਉਸਨੇ ਬੇਰਾ ਪਾਟ ਕੀ ਨਾ ਤਾਂ ਬਾਈ ਉਸਕੀ ਤਾਂ ਡਾਂਗ ਅਰ ਬਾਈ ਮਾਰਾ ਸ਼ਰ ਆਏ ਹਾਏ ਪਵਨ ਬਾਈ ਜੀ ਉਹ ਤੁਸੀਂ ਐਡੇ ਤਗੜੇ ਪਹਿਲਵਾਨ ਹੋ ਯਾਰ ਮੈਨੂੰ ਸਮਝ ਨਹੀਂ ਆਈ ਆਪਣੇ ਤਾਊ ਜੀ ਤੋਂ ਐਡਾ ਡਰਦੇ ਕਿਉਂ ਯਾਰ ਮੇਰਾ ਡਰਨਾ ਪੜਾ ਹੈ ਮੇਰੇ ਭਾਈ ਡਰਨਾ ਪੜਾ ਹੈ ਤੂੰ ਵੀ ਕਹਿ ਮੇਰੀ ਗੱਲ ਆ ਮੇਰੇ ਗਾਉਂ ਚ ਆਲੀਏ ਜਬ ਤੈਨੂੰ ਦਿਖਾਉਂਗਾ ਮੇਰੇ ਤਾਊ ਦਾ 1.5 ਫੁੱਟ ਕਾਸ ਹੈ ਇੱਕ ਲੱਗ ਗਿਆ ਨਾ ਤਾਂ ਬਾ ਛੁੱਟੀ ਕਮਾਲ ਯਾਰ ਉਹ ਇਹਦਾ ਤਾਊ ਹੈ ਕਿ ਦਾਰਾ ਸਿੰਘ ਕੀ ਦੁੱਧ ਕਿਤ ਉੱਤ ਰੇ ਹਾਂ ਹਾਂ ਇਤਨੇ ਦੂਰ ਤੱਕ ਕੁੜਾ ਕਰਵਾਉਗਾ ਮੁੰਡਾ ਤਾਂ ਸਾਊ ਹੀ ਹੈ ਪਰ ਵਿਚਾਰੇ ਨੂੰ ਤਾਊ ਜਿਵੜਿਆ ਇਹਦੇ ਤਾਊ ਨੂੰ ਵੀ ਕਿਸੇ ਦਿਨ ਮਿਲਣਾ ਹੀ ਪੈਣਾ ਦੁੱਧ ਸ਼ੁੱਧ ਪੀ ਕੇ ਹਰਿੰਦਰ ਭਾਜੀ ਚਾਹ ਖੁੱਲਾ ਹੀ ਹੈ ਉਹ ਆਹ ਵੀ ਗਿੰਦੇ ਆ ਓ ਬਾਈ ਜੀ ਨਾ ਪੂਰਾ ਲਿਆ ਕਰੋ ਗਿੰਦਾ ਨਹੀਂ ਜੀ ਗਿੰਦਾ ਮਾਨ ਓਏ ਤੂੰ ਮਾਨ ਕੱਤ ਹੋ ਗਿਆ ਓਏ ਉਹ ਗੱਲ ਨੂੰ ਸਮਝੋ ਬਾਈ ਜੀ ਉਹ ਜਿੱਦਾਂ ਐਕਟਰ ਬਣਨ ਲਈ ਖਾਨ ਹੋਣਾ ਜ਼ਰੂਰੀ ਹੈ ਨਾ ਜੀ ਇਦਾਂ ਸਿੰਗਰ ਬਣਨ ਲਈ ਮਾਨ ਹੋਣਾ ਬਹੁਤ ਜ਼ਰੂਰੀ ਹੈ ਚਲੋ ਮੇਰੀ ਛੱਡੋ ਤੁਸੀਂ ਇਹ ਚਾਹ ਪੀਓ ਵੈਸੇ ਬਾਈ ਜੀ ਇੱਕ ਗੱਲ ਪੂਰੇ ਹੋਸਟਲ 'ਚ ਤੁਸੀਂ ਕੱਲੇ ਹੋ ਜਿਹੜੇ ਪੜ ਪੜ ਕੇ ਆਪਣੇ ਮਾਂ ਪਿਓ ਦੇ ਪੈਸਿਆਂ ਦਾ ਪੂਰਾ ਮੁੱਲ ਪਾਉਂਦੇ ਹੋ ਓਏ ਮੇਰੇ ਬਾਪੂ ਕੋਲ ਤਾਂ ਜ਼ਮੀਨ ਹੈ ਨਹੀਂ ਨਹੀਂ ਤਾਂ ਮੈਂ ਵੀ ਕਾਹਨੂੰ ਪੜਨਾ ਸੀ ਤੂੰ ਇੱਕ ਵਾਰੀ ਇਹਨਾਂ ਸਾਰਿਆਂ ਦੇ ਜ਼ਮੀਨਾਂ ਖੋਲੇ ਫੇਰ ਦੇਖੀ ਕਿਵੇਂ ਦਿਨ ਰਾਤ ਪੜਦੇ ਆ ਅੱਛਾ ਅੱਛਾ ਯਾਨੀ ਪੜਾਕੂ ਦੋ ਤਰ੍ਹਾਂ ਦੇ ਹੁੰਦੇ ਨੇ ਦੋ ਤਰ੍ਹਾਂ ਦੇ ਆਹੋ ਇੱਕ ਜ਼ਰੂਰਤਮੰਦ ਤੇ ਦੂਜੇ ਪ੍ਰੇਮੀ ਪ੍ਰੇਮੀ ਹੋ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ ਅੱਧੀ ਰਾਤੀ ਮੈਂ ਪੜਦੀ ਵੇ ਮਾਹੀ ਮੇਰਿਆ ਅੱਧੀ ਰਾਤੀ ਮੈਂ ਪੜਦੀ ਵੇ ਮਾਹੀ ਮੇਰਿਆ ਆ ਵੀ ਕਹਿੰਦਿਆ ਉਹ ਦੀਪਾ ਜੀ ਤੂੰ ਤਾਂ ਸਵੇਰੇ ਸਵੇਰੇ ਸ਼ਹਿਦ ਖਾਂਦਾ ਹੋਏਗਾ ਤਾਂ ਹੀ ਇੰਨਾ ਮਿੱਠਾ ਗਾ ਲੈਣਾ ਸੱਚੀ ਬਾਈ ਜੀ ਮੈਂ ਇੰਨਾ ਚੰਗਾ ਗਾ ਲੈਣਾ ਜੀ ਆ ਟੀਵੀ ਦੇ ਸਿੰਗਰਾਂ ਤੋਂ ਤਾਂ ਵਧੀਆ ਹੀ ਗਾ ਲੈਣਾ ਬਾਈ ਜੀ ਮੈਂ ਤਾਂ ਜੀ ਗੁਰਦਾਸ ਮਾਨ ਦੀ ਫੋਟੋ ਲਾਈ ਜੀ ਕਮਰੇ 'ਚ ਬਣਨ ਤਾਂ ਮੈਂ ਸਿੰਗਰ ਆਇਆ ਸੀ ਜੀ ਬਣ ਗਿਆ ਮੈਂ ਇਸਦਾ ਨੌਕਰ ਉਹ ਤੂੰ ਫਿਕਰ ਕਾਹਨੂੰ ਕਰਨਾ ਹੈ ਤੇਰਾ ਸੁਪਨਾ ਵੀ ਪੂਰਾ ਹੋ ਜੂਗਾ ਥੈਂਕ ਯੂ ਬਾਈ ਜੀ ਬਾਈ ਜੀ ਦੁੱਧ ਪਚਾਵਾਂ ਜੀ ਕਮਰੇ 'ਚ ਚਾਹ ਤਾਂ ਤੁਸੀਂ ਪੀਂਦੇ ਨਹੀਂ ਚਾਹ ਆਪਾਂ ਪੀਣੀ ਨਹੀਂ ਡੈਡੀ ਕਹਿੰਦੇ ਨੇ ਚਾਹ ਤਾਂ ਸ਼ਹਿਰਨ ਚੀਜ਼ ਹੈ ਹੈ ਕਿ ਨਹੀਂ ਪਰ ਬਾਈ ਜੀ ਸ਼ਹਿਰਨ ਕੁੜੀ ਨਾਲ ਪਿਆਰ ਤਾਂ ਕਰ ਸਕਦੇ ਨਾ ਜੀ ਕੀ ਕਹਿੰਦੇ ਦੁੱਧ ਲੈ ਕੇ ਆ ਮੇਰੇ ਪਿੱਛੇ ਸ਼ਹਿਰੀਆਂ ਦਾ ਕੰਮ ਜਿਹਾ ਬਾਹਲਾ ਸੂਤਾ ਹੈ ਟੁੱਟੀ ਜੀ ਸਕੂਟਰੀ ਤੇ ਕੁੜੀਆਂ ਬਿਠਾਈ ਫਿਰਦੇ ਨੇ ਅਸੀਂ ਲੱਖ ਲੱਖ ਦੇ ਬਾਈਕ ਲਈ ਫਿਰਦੇ ਸਾਡੇ ਪਿੱਛੇ ਤਾਂ ਕੋਈ ਨਹੀਂ ਬਹਿੰਦੀ ਬੈਠਣਾ ਤਾਂ ਦੂਰੋਂ ਸਾਨੂੰ ਤਾਂ ਕੋਈ ਹੈਲੋ ਹਾਏ ਤੱਕ ਨਹੀਂ ਕਰਦੀ ਪਤਾ ਨਹੀਂ ਇਹਨਾਂ ਕੁੜੀਆਂ ਨੂੰ ਸਾਰੇ ਪਿੰਡ ਵਾਲਿਆਂ ਤੋਂ ਕੀ ਐਲਰਜੀ ਹੈ ਉਹ ਸਾਡੇ ਹਰਿਆਣੇ ਤਾਂ ਕੁੜੀਆਂ ਪਿੱਛੇ ਘੁੰਮਣਾ ਮਰਦਾਨਗੀ ਪਰ ਦੱਬਾ ਸਮਝਿਆ ਵਾ ਸਿੱਧਾ ਪਕੜਾਂ ਬੋਲੇ ਬੈਠੇ ਬਾਈਕ ਪਰ ਚੱਲ ਲਈ ਥਾਣੇ ਉਹ ਆ ਗਈਆਂ ਦੀਪ ਅੱਜ ਤਾਂ ਆਪਣੀ ਵਾਲੀ ਨੂੰ ਹੈਲੋ ਕਹਿ ਹੀ ਦੇ ਉਹ ਕਹਿ ਦਾਂਗੇ ਕਿਹੜੀ ਵੱਡੀ ਗੱਲ ਹੈ ਦਿਸਦਾ ਨਹੀਂ ਤੈਨੂੰ ਬੜਾ ਵਿੱਚ ਆ ਗਿਆ ਨਹੀਂ ਹੋ ਜਾਣਾ ਸੀ ਅੱਜ ਕੰਮ ਜਾ ਹਾਂ ਸਕੂਟਰੀ ਵਾਲੇ ਨੇ ਵੀ ਹੁਣੇ ਆਉਣਾ ਸੀ ਹੁਣ ਆਪਣਾ ਇੱਥੇ ਕੋਈ ਕੰਮ ਹੈਗਾ ਨਹੀਂ ਚਲੋ ਚੱਲੀਏ ਕਲਾਸ
चलो हेलो तुसी लोग ऐ सोच रहे हो कि मैं कौन आ मैं तुहाडी बॉटनी दी नवी टीचर मनदीप यू कैन कॉल मी मैडम मनदीप हाय बॉयज हाय गर्ल्स मिनी अब मिनी तू दोबारा एडमिशन ले ली साडी क्लास च माफ करना मैं इत्थे पढ़ाउण आई हां तुसी मैनू मैडम कह सकदे हो अच्छा अच्छा मतलब आपा तेरे हुण स्टूडेंट हो गए एकला अपना मेल भी दोबारा होया ते उसे क्लास जी क्यों मिनी मैनू मैडम कह के बुलाओ प्लीज सदके जावा मिनी धर्म ना स्वाद ही आ गई तुसी भी सोची जांदे होगे कि इना दी आपस की गेटमेट जी चली जांदी है दरअसल मैं और मिनी ने कॉलेज इको ईयर च ज्वाइन कीता सी इकट्ठे ने ज्वाइन कीता सी और आज तुसी वेख लो मिनी पढ़ पढ़ के टीचर बन गई है साडा हौसला वेखो हर साल फेल हो के ਇਥੇ ਯੂਨੀਵਰਸਿਟੀ ਚ ਫਿਰੀ ਜਾਂਦੇ ਦਰਸਲ ਮੈਂ ਤੇ ਮਿੰਨੀ ਜਦੋਂ ਇਕੱਠੇ ਪੜ੍ਹਦੇ ਹੁੰਦੇ ਸੀ ਨਾ ਮੈਂ ਇਹਨੂੰ ਮਿੰਨੀ ਮਿੰਨੀ ਕਹਿ ਕੇ ਬੁਲਾਉਂਦਾ ਹੁੰਦਾ ਸੀ ਹੁਣ ਵੇਖੋ ਜੀ ਅੱਜ ਇਨੀ ਮਰਜ਼ੀ ਵੱਡੀ ਹੋ ਜੇ ਪਰ ਮੈਂ ਤੇ ਇਹਨੂੰ ਮਿੰਨੀ ਕਹਿ ਕੇ ਬੁਲਾਣਾ ਕਿ ਨਹੀਂ ਪਲੀਜ਼ ਕੁਝ ਤਾਂ ਸੋਚੋ ਹੁਣ ਮੈਂ ਤੁਹਾਡੀ ਟੀਚਰ ਹਾਂ ਦੇਖ ਮਿੰਨੀ ਤੂੰ ਮੇਰੇ ਹਾਂ ਦੀ ਆ ਤੈਨੂੰ ਮੈਂ ਮੈਡਮ ਕਿੱਦਾਂ ਕਹਿ ਸਕਦਾ ਕਲਾਸ ਵਿੱਚ ਮੈਂ ਸਭ ਦੀ ਮੈਡਮ ਹਾਂ ਤੁਹਾਡੀ ਵੀ ਆਹ ਤਾਂ ਨਵਾਂ ਪੰਗਾ ਪੈ ਗਿਆ ਯਾਰ ਹਾਂ ਹੁਣ ਤੇਰੀ ਗੱਲ ਵੀ ਕਿਵੇਂ ਨਾ ਮੰਨਾਂ ਚਲੋ ਆਪਾਂ ਇਦਾਂ ਕਰਦੇ ਹਾਂ ਕਲਾਸ ਚ ਮੈਂ ਤੈਨੂੰ ਮਿੰਨੀ ਮੈਡਮ ਕਹਿ ਲਿਆ ਕਰਾਂਗਾ ਪਰ ਬਾਹਰ ਤੋਂ ਮੇਰੀ ਮਿੰਨੀ ਆ ਮਿੰਨੀ ਜੇ ਹੁਣ ਤੁਸੀਂ ਬੁਰਾ ਨਾ ਮਨਾਓ ਤੇ ਆਪਣੀ ਸੀਟ ਤੇ ਜਾ ਕੇ ਬਹਿ ਜਾਓ ਸੌਰੀ ਮੈਂ ਭੁੱਲ ਹੀ ਗਿਆ ਸੀ ਦਰਅਸਲ ਆਪਣੀਆਂ ਪੁਰਾਣੀਆਂ ਯਾਦਾਂ ਚਲਾ ਗਿਆ ਸੀ ਪਲੀਜ਼ ਓਕੇ ਆ ਜਾਓ ਬਹਿ ਜਾਓ ਹੁਣ ਮੇਰੇ ਖਿਆਲ ਨਾਲ ਥੋੜਾ ਪੜ੍ਹ ਪੜਾ ਵੀ ਲੱਗੀ ਆਪਾਂ ਹੁਣ ਲੈ ਭਾਈ ਰੰਗੀਲੇ ਦਾ ਕੰਮ ਤਾਂ ਬਣ ਗਿਆ ਕੌਣ ਨਹੀਂ ਛੱਡਦਾ ਆਪਣੀ ਮੈਡਮ ਨੂੰ ਓਏ ਉਹ ਚੀਜ਼ ਇਹ ਜਿਹੀ ਹੈ ਜੇ ਮੈਂ ਵੀ ਰੰਗੀਲੇ ਦੀ ਜਗ੍ਹਾ ਹੁੰਦਾ ਤਾਂ ਮੈਂ ਵੀ ਉਹਦੇ ਪਿੱਛੇ ਲੱਗ ਜਾਂਦਾ ਕਿਉਂ ਫੈਕਣ ਲੱਗ ਰਿਹਾ ਤੂੰ ਤੈਨੂੰ ਕੁੜੀਆਂ ਨੂੰ ਹੈਲੋ ਕਹਿਣ ਦੀ ਹਿੰਮਤ ਨਹੀਂ ਉਹ ਆਪਾਂ ਨੂੰ ਹਿੰਮਤ ਕਰਨ ਦੀ ਕੀ ਲੋੜ ਹੈ ਮਿੱਤਰਾ ਉਹ ਆਪਣੇ ਲਈ ਤਾਂ ਕੁੜੀ ਕੈਨੇਡਾ ਤੋਂ ਆਊ ਤੇ ਆਪੇ ਵਿਆਹ ਕੇ ਲੈ ਜਾਊ ਆਹੋ ਕੈਨੇਡਾ ਵਾਲੀਆਂ ਤਾਂ ਤੈਨੂੰ ਹੀ ਡੀਕਦੀਆਂ ਇਹ ਸਾਸ ਚ ਨਾ ਬੈਠਾ ਰਹੀ ਪੰਮੀ ਕਿਸੇ ਨੇ ਬਾਹਰ ਨਹੀਂ ਲੈ ਕੇ ਜਾਣਾ ਸਾਲਿਆ ਛੜੇ ਦਾ ਛੜਾ ਹੀ ਰਹਿ ਜਾਏਗਾ ਉਹ ਦੁੱਧ ਲੈ ਆਈਓ ਦੁੱਧ ਨਾਲੇ ਜਿਹੜੀ ਸਵੇਰੇ ਕਾਲੀ ਜੀ ਲਾ ਲੈਣਾ ਨਾ ਤੂੰ ਇਹ ਛੱਡ ਦੇ ਤੂੰ ਨਹੀਂ ਜਾਣਦਾ ਬਾਈ ਪੋਰਾ ਖਲਾ ਕੇ ਸਾਰਾ ਦਿਨ ਚਿਤ ਖਿੜਿਆ ਰਹਿੰਦਾ ਹੈ ਖਿੜਿਆ ਰਹਿੰਦਾ ਹੈ ਕਿ ਖਿੰਡਿਆ ਰਹਿੰਦਾ ਹੈ ਓਏ ਉਧਰ ਨਾ ਵੇਖਿਓ ਰੰਗੀਲਾ ਆਉਂਦਾ ਹੈ ਉਹ ਜਿੱਥੇ ਮਰਜ਼ੀ ਵੇਖ ਲਓ ਯਾਰ ਆਉਣਾ ਉਹਨੇ ਇਸੇ ਟੇਬਲ ਤੇ ਹਾਏ ਗਰਲਜ਼ ਐਕਸਕਿਊਜ਼ ਮੀ ਪਲੀਜ਼ ਹਾਊ ਆਰ ਯੂ ਬॉयਜ਼ ਗੁੱਡ ਹੋਰ ਕੀ ਹਾਲ ਹੈ ਰੰਗੀਲਾ ਬਾਈ ਜੀ ਵਧੀਆ ਵਾਹ ਕਿੰਨਾ ਰਿਸਪੈਕਟਫੁਲ ਮੁੰਡਾ ਪਤਾ ਲੱਗਦਾ ਕਿਸੇ ਟਾਪ ਕਲਾਸ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਸੁੱਕੀ ਚਾਹ ਪੀਵੀ ਜਾਂਦੇ ਹੋ ਯਾਰ ਦਿਸ ਇਜ਼ ਨਾਟ ਦਾ ਵੇ ਵੇਟਰ ਦੋ ਚੀਜ਼ ਸੈਂਡਵਿਚ ਤੇ ਨਾਲੇ ਕੋ ਮਿਲਕ ਸ਼ੇਕ ਵੱਡਾ ਤੁਸੀਂ ਖਾਓਗੇ ਕੁਝ ਤੂੰ ਹੀ ਖਾ ਲੈ ਅਸੀਂ ਤਾਂ ਖਾਣੇ ਰਹਿੰਦੇ ਆ ਉਹ ਗੱਲ ਸੁਣੋ ਬਠਿੰਡੇ ਵਾਲਿਆ ਉਹ ਗੱਲ ਕਰਨੀ ਤਾਂ ਸਿੱਖ ਲੈ ਯਾਰ ਆਪਣੇ ਸੀਨੀਅਰ ਨਾਲ ਗੱਲ ਕਿਦਾਂ ਕਰੀਦੀ ਹੈ ਅੱਛਾ ਮੁੰਡਿਓ ਮੈਂ ਤੁਹਾਨੂੰ ਇਹ ਦੱਸਣ ਆਇਆ ਸੀ ਵੀ ਆਪਣੇ ਡਿਪਾਰਟਮੈਂਟ ਤੋਂ ਕੋਈ ਕੰਮ ਹੋਵੇ ਤੁਸੀਂ ਮੈਨੂੰ ਦੱਸਣਾ ਮੇਰੀ ਮੈਡਮ ਨਾਲ ਗਾਟੀ ਆ ਆਪਣੀ ਉਹ ਗਾਟੀ ਹੋ ਗਈ ਤੇਰੀ ਅਸੀਂ ਉਹਦਾ ਕੀ ਲੈਣਾ ਬਈ ਓ ਹੋ 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 ਬੜੀਆਂ ਪ੍ਰੋਬਲਮਸ ਆਉਂਦੀਆਂ ਹੁੰਦੀਆਂ ਥੈਂਕ ਯੂ ਲੈਕਚਰ ਤਾਂ ਆਪਣੇ ਸੁਖਣਾ ਸ਼ਾਰਟ ਹੋਣੇ ਆ ਉਹ ਤਾਂ ਰੰਗੀਲਾ ਸਾਹਿਬ ਨੇ ਕੰਮ ਆਉਣਾ ਮੇਰੀ ਮੈਡਮ ਫਿਰ ਆਪਣੀ ਆ ਨਾ ਤੁਸੀਂ ਐਵੇਂ ਪੂੰਛ ਨੂੰ ਕੁੰਡਲ ਪਾਈ ਫਿਰਦੇ ਹੋ ਮੈਡਮ ਤੁਹਾਨੂੰ ਘਾ ਵੀ ਨਹੀਂ ਪਾਉਂਦੀ ਉਹ ਸਮਝਿਆ ਕਰੋ ਯਾਰ ਹੁਣ ਅਗਲੀ ਨੇ ਸਾਰੀ ਕਲਾਸ ਦੇ ਸਾਹਮਣੇ ਥੋੜਾ ਸ਼ੋਅ ਕਰਨਾ ਵੀ ਸਾਡੀ ਆਪਸ ਕੋਈ ਗੱਲ ਆ ਨਾਲੇ ਅੱਗਾ ਮੈਂ ਤੁਹਾਨੂੰ ਹੋਰ ਦੱਸਦਿਆਂ ਇਹਦੇ ਜਣੇ ਖਾਣੇ ਨਾਲ ਯਾਰੀ ਨਹੀਂ ਪਾਉਣੀ ਮੁਫਤ ਖੋਰੇ ਬੜੇ ਮਿਲਦੇ ਇੱਥੇ ਉਹ ਦੂਰ ਕਾਨੂੰ ਜਾਣਾ ਇੱਕ ਤਾਂ ਸਾਹਮਣੇ ਹੀ ਬੈਠਾ
ਤੂੰ ਕਿੱਥੋਂ ਆ ਬਈ? ਮੈਂ ਹਰਿਆਣੇ ਤੋਂ ਆ। ਫੇਰ ਤਾਂ ਠੀਕ ਆ। ਵੈਸੇ ਇੱਕ ਗੱਲ ਤੈਨੂੰ ਵੀ ਦੱਸ ਦਈਏ, ਹਰਿਆਣੇ 'ਚ ਕੋਈ ਕੰਮ ਪੈ ਜਾਵੇ ਸਾਨੂੰ ਹੀ ਦੱਸਣਾ, ਆਪਣਾ ਚਾਚਾ ਮਿਨਿਸਟਰ ਆ ਹਰਿਆਣੇ 'ਚ। ਸੈਂਡਵਿਚ ਤਾਂ ਪਿਆਜ ਰਹਿ ਗਿਆ ਯਾਰ, ਖਾਧਾ ਹੀ ਨਹੀਂ ਕਿਸੇ ਨੇ। ਇਹਨੂੰ ਨਾਲ ਲੈ ਜਾਂਦੇ, ਕੈਰੀ ਕਰ ਲੈਂਦੇ ਹਾਂ। ਮਿਲਕ ਸ਼ੇਕ ਦਾ ਕਿਹੜਾ, ਮੈਂ ਜਾਂਦੇ ਜਾਂਦੇ ਨੇ ਦੇ ਦੇਣ। ਸੋਰੀ ਵੀ, ਹੋਰ ਵੀ ਸਟੂਡੈਂਟਸ ਨਵੇਂ ਆਏ ਆ, ਸਾਰੇ ਟੇਕ ਕੇਅਰ ਕਰਨੀ ਪੈਂਦੀ ਆ। ਆਪਾਂ ਮਿਲਦੇ ਦੁਬਾਰਾ। ਸੇ ਯਾ ਚਾ ਬਾਬਾ ਤੂੰ ਬੜਾ ਚੁਸਤ ਹੈ ਸਾਲਾ, ਨਾਲੇ ਸਾਡੇ ਤੋਂ ਖਾ ਗਿਆ ਨਾ ਸਰ, ਥੱਲੇ ਲੈ ਗਿਆ। ਹਰਮਨ, ਤੈਨੂੰ ਪਤਾ ਉਹ ਜਿਹੜਾ ਸਾਡੀ ਕਲਾਸ 'ਚ ਇੱਕ ਮੁੰਡਾ ਨਹੀਂ ਹੈ? ਕਿਹੜਾ? ਪਵਨ। ਹਾਂ, ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦਾ ਹੈ। ਮੈਂ ਤੇ ਉਹਨੂੰ ਮਜ਼ਾ ਚਖਾ ਕੇ ਛੱਡੂੰਗੀ। ਤੂੰ ਹਰ ਕਿਸੇ ਨਾਲ ਪੰਗੇ ਨਾ ਲੈ ਕਰ। ਤੂੰ ਤੇ ਨਾ ਐਵੇਂ ਘਬਰਾਈ ਜਾਣੀ ਹੈ। ਵੈਲ, ਆਈ ਐਮ ਕਮਿੰਗ ਆ, ਜਸਟ ਵੇਟ। ਦੀ ਬਾਈ, ਜੀਪ ਵਾਲੀ ਅੱਜ ਕੱਲੀ ਬੈਠੀ ਆ, ਅੱਜ ਤਾਂ ਹੈਲੋ ਕਹਿ ਦੇ। ਮੈਂ ਵੀ ਇਹੀ ਸੋਚ ਰਿਹਾ, ਇੱਕ ਮਹੀਨਾ ਹੋ ਗਿਆ, ਅੱਜ ਤਾਂ ਖਿੱਚ ਦੇਣਾ ਚਾਹੀਦਾ ਕੰਡਾ ਜਿਹਾ। ਖਿੱਚਦੇ ਕੰਡਾ ਖਿੱਚਦੇ। ਹਾਂ ਹਾਂ, ਸ਼ੇਰ ਬਣ ਸ਼ੇਰ। ਸ਼ਾਬਾਸ਼, ਆਲ ਦੀ ਬੈਸਟ, ਆਲ ਦੀ ਬੈਸਟ, ਸ਼ਾਬਾਸ਼। ਹੈਲੋ ਜੀ। ਹੈਲੋ, ਐਕਸਕਿਊਜ਼ ਮੀ, ਮੇਰੀ ਫਰੈਂਡ ਬੈਠੀ ਹੋਈ ਹੈ। ਓ, ਕੋਈ ਗੱਲ ਨਹੀਂ, ਜਦੋਂ ਆਊਗੀ ਤਾਂ ਉੱਠ ਜਾਣਾ। ਓਕੇ, ਦੱਸੋ। ਤੁਹਾਡੇ ਨਾਲ ਇੱਕ ਗੱਲ ਜੀ ਕਰਨੀ ਸੀ। ਕਿਹੜੀ ਗੱਲ? ਤੁਹਾਡਾ ਨਾਂ ਹਰਮਨ ਹੀ ਹੈ ਨਾ? ਯੈਸ, ਕਿਉਂ, ਕੋਈ ਸ਼ੱਕ? ਨਹੀਂ ਨਹੀਂ, ਕੋਈ ਸ਼ੱਕ ਨਹੀਂ, ਮੈਂ ਨਵਦੀਪ। ਆਈ ਨੋ। ਵੈਸੇ ਮੇਰੇ ਦੋਸਤ ਮੈਨੂੰ ਪਿਆਰ ਨਾਲ ਦੀਪ ਕਹਿ ਕੇ ਬੁਲਾਉਂਦੇ ਨੇ। ਅੱਛਾ, ਤੁਸੀਂ ਬੁਲਾ ਸਕਦੇ ਹੋ ਮੈਨੂੰ ਦੀਪ ਕਹਿ ਕੇ? ਪਲੀਜ਼, ਮੈਂ ਕਿਸ ਨੂੰ ਕਿਸ ਨਾਂ ਨਾਲ ਬੁਲਾਉਣਾ ਹੈ ਇਹ ਮੇਰੀ ਮਰਜ਼ੀ। ਪਲੀਜ਼ ਡੋਨਟ ਮਿਸਅੰਡਰਸਟੈਂਡ ਮੀ, ਮੈਂ ਤਾਂ ਚਾਹੁੰਦਾ ਸੀ ਕਿ ਆਪਣੀ ਜਾਣ ਪਛਾਣ ਹੀ ਹੋ ਜੂਗੀ। ਓ ਰੀਲੀ? ਆਪਾਂ ਇੱਕੋ ਹੀ ਕਲਾਸ 'ਚ ਹੈਗੇ ਨਾ, ਕੰਮ ਕੁੰਮ ਤਾਂ ਪੈਂਦਾ ਹੀ ਰਹਿੰਦਾ ਹੈ। ਸੌਰੀ, ਮੈਨੂੰ ਤੇਰੇ ਨਾਲ ਕਦੀ ਕੋਈ ਕੰਮ ਨਹੀਂ ਪੈਗਾ। ਪੈ ਵੀ ਸਕਦਾ। ਜਦ ਪੈਗਾ ਤਾਂ ਵੇਖਾਂਗੇ। ਬਸ ਇਹੀ ਗੱਲ ਕਰਨ ਆਈ ਸੀ। ਗੱਲਾਂ ਤਾਂ ਬਹੁਤ ਨੇ, ਐਕਚੁਅਲੀ ਮੈਂ ਤੁਹਾਡੇ ਕੋਲ ਸ਼ਿਕਾਇਤ ਕਰਨ ਆਇਆ ਸੀ। ਸ਼ਿਕਾਇਤ? ਕਿਸੇ ਦੇ ਖਿਆਲਾਂ ਵਿੱਚ ਵਾਰ ਵਾਰ ਆਉਣਾ, ਉਹਨੂੰ ਤੰਗ ਕਰਨਾ, ਉਹਨੂੰ ਸੌਣ ਨਾ ਦੇਣਾ, ਇੱਥੋਂ ਚੰਗਾ ਲੱਗਦਾ? What? ਨਹੀਂ ਦੱਸੋ ਮੈਨੂੰ, ਚੰਗਾ ਲੱਗਦਾ ਤੁਹਾਨੂੰ? ਹਰ ਵੇਲੇ ਦਿਨ ਰਾਤ ਸਵੇਰੇ ਸ਼ਾਮ ਕਿਸੇ ਦੀ ਨੀਂਦ ਚੁਰਾ ਲੈਣ, ਕਿਉਂ ਕਰਦੇ ਹੋ ਹਰਮਨ? ਤੁਸੀਂ ਹੱਸ ਰਹੇ ਹੋ, ਭਾਵੇਂ ਕਿਸੇ ਦੂਜੇ ਬੰਦੇ ਦੀ ਜਾਨ ਨਿਕਲ ਜਾਏ। ਮੈਂ ਜਾਣ ਬੁੱਝ ਕੇ ਜਾਨ ਤੇ ਨਹੀਂ ਕੱਢ ਰਹੀ ਹਾਂ, ਵਾਟ ਕੈਨ ਆਈ ਡੂ? ਤੁਸੀਂ ਮੇਰੇ ਖਿਆਲ ਨਾਲ ਚੋਣਾ ਬੰਦ ਕਰ ਦਿਓ ਬਸ, ਨਹੀਂ ਤਾਂ ਫਿਰ। ਫਿਰ ਕੀ? ਮੈਂ ਵੀ ਤੁਹਾਡੇ ਖਿਆਲ ਨਾਲ ਚੋਣਾ ਸ਼ੁਰੂ ਕਰ ਦਾਂਗਾ। ਅੱਛਾ, ਤੁਹਾਡਾ ਚੈਨ, ਤੁਹਾਡੀ ਨੀਂਦ, ਸਭ ਕੁਝ ਖੋਲਵਾਂਗਾ। ਆਈ ਐਡਮਾਇਰ ਯੋਰ ਕੌਨਫੀਡੈਂਸ। ਥੈਂਕ ਯੂ। ਹੈਲੋ, ਇਹ ਗੱਲ ਹਮੇਸ਼ਾ ਯਾਦ ਰੱਖੀ, ਉਹ ਦਿਨ ਕਦੇ ਨਹੀਂ ਆਏਗਾ। ਜੇ ਆ ਗਿਆ ਫਿਰ ਕੀਪ ਟ੍ਰਾਇੰਗ, ਆਲ ਦ ਬੈਸਟ। ਹਰਮਨ। ਹੈਲੋ। ਹਾਏ, ਚਲੀਏ ਗਿਆ। ਕੀ ਕਹਿੰਦਾ ਸੀ? ਕੀ ਬਣਿਆ ਬਾਈ? ਬਸ ਚੱਕ ਤੇ ਫੱਟੇ, ਹੁਣ ਤਾਂ ਬਾਈਕ ਦੇ ਪਿੱਛੇ ਬੈਠੀ ਲੈ। ਵੇਟ ਵੇਟ ਵੇਟ, ਮੈਂ ਵੀ ਖੇਲਾਂਗੀ। ਆ ਨਾ, ਕਿੱਥੇ ਸੀ ਤੂੰ? ਸ਼ੁਕਰ ਹੈ ਹਰਮਨ, ਤੂੰ ਵੀ ਸਾਡੇ ਨਾਲ ਹੋਸਟਲ ਵਿੱਚ ਰਹਿਣ ਆ ਗਈ ਹੈ। ਰੀਅਲੀ? ਹਰਮਨ, ਤੇ ਤੂੰ ਦੱਸਿਆ ਨਹੀਂ ਕਿ ਨਵਦੀਪ ਨੇ ਤੈਨੂੰ ਕੀ ਕਿਹਾ? ਮੈਨੂੰ ਕਹਿੰਦਾ ਮੈਂ ਵੀ ਤੇਰੇ ਸੁਪਨਿਆਂ 'ਚ ਆਉਣ ਲੱਗ ਪਾਵਾਂਗਾ, ਤੇਰੀ ਨੀਂਦ, ਤੇਰਾ ਚੈਨ ਸਭ ਖੋ ਲਵਾਂਗਾ। ਵਾਹ ਜੀ, ਫੇਰ ਨਾ ਆਖੀ। ਹਰਮਨ, ਫਿਰ ਤੂੰ ਕੀ ਕਿਹਾ? ਮੈਂ ਕਿਹਾ ਕੀਪ ਔਨ ਟ੍ਰਾਈ, ਆਲ ਦ ਬੈਸਟ। ਇਹ ਸੁਣ ਕੇ ਉਹਦਾ ਰੰਗ ਹੀ ਉੱਡ ਗਿਆ। ਇਹ ਮੁੰਡੇ ਪਹਿਲਾਂ ਪਹਿਲਾਂ ਤਾਂ ਬੜੀਆਂ ਲੇ ਲੜੀਆਂ ਕੱਢਦੇ ਨੇ, ਇੱਕ ਵਾਰ ਪਿਆਰ 'ਚ ਫਸ ਜਾਓ ਨਾ, ਫੇਰ ਲੈਂਦੇ ਨੇ ਬਦਲੇ ਗਿਣ ਗਿਣ ਕੇ। ਵੇਖਿਆ ਨੀ ਸਵੇਰੇ ਸਵੇਰੇ ਕਿਵੇਂ ਲਾਈਨਾਂ ਲਾ ਕੇ ਖੜੇ ਹੁੰਦੇ ਨੇ। ਸੁਖੀ, ਤੂੰ ਪੱਗ ਵਾਲਿਆਂ ਥੋੜੀ ਜਿਹੀ ਸਮਾਈਲ ਦੇ ਦਿਆ ਕਰ, ਨਹੀਂ ਤਾਂ ਵਿਚਾਰੀ ਦੀ ਜਾਨ ਨਿਕਲ ਜਾਣੀ ਹੈ। ਭਾਈ, ਮੈਨੂੰ ਹੋਰ ਕਿਸੇ ਦਾ ਤਾਂ ਪਤਾ ਨਹੀਂ, ਪਰ ਹਰਮਨ ਤੇ ਨਵਦੀਪ ਦੀ ਜੋੜੀ ਜ਼ਰੂਰ ਰੰਗ ਖਾਊਗੀ। ਐਕਸਕਿਊਜ਼ ਮੀ, ਇਹ ਸਾਡੀ ਜੋੜੀ ਕਿਵੇਂ ਬਣ ਗਈ? ਕਿਉਂ, ਤੂੰ ਕੁੜੀਆਂ 'ਚ ਹੀਰ ਸਲੇਟੀ,
तू मुंडिया चो रांझा सब तो सोने मुंडे का दिल आया तेरे ते हनी शट अप हाय कि तू मेनू प्यार नाल बुला लवे ना मैं तो ते मगर ही तुर पवां तेनू तां मैं मैडम पता नहीं कोई भी स्टूडेंट तुहाडी क्लास मिस नहीं करना चाहुंदा है ना ओ मैं जानदी हां ज्यादा मक्खन लगाउण दी लोड़ नहीं Please come to the point. Mini madam. दरअसल सारे students चाहते हैं जे आपां फुलां बारे जानकारी लेनी है ते क्यों ना फुलां दे कोल ही जाया जाए ठीक है मैनूं कोई एतराज नहीं यूनिवर्सिटी दे बोटैनिकल गार्डन च ही चलदे आं मैडम आपां चंडीगढ़ों बाहर चलदे आं जिथे सोहणे सोहणे फुल खिड़े होण किथे जाना चाहोगे पिंजौर गार्डन चलदे आं ठीक है जिथे कहो उथे ही चले जाने आं पिंजौर गार्डन छोटी सोच वो जे जाना ही है कि तो कुल्लू चलने हैं कि तो मनाली चलने हैं क्यों है जस्ट सी द चांस हां जी करेंगे जी फोन पहुंच के हां कुल्लू मनाली तो जा रहे हैं तुसी ऐ कर दो अमेरिका जा रहे हैं हाय अच्छा मैं थोड़ा करना बाद मैं कर दूँ हाँ जी कर दा मैं फोन ओके ओके बीजी क्यों है अरे बस बढ़िया नाली के तू आ रही आ रही आ रही आ रही हाय भाई तुसी हाँ जी गर्म कपड़े लेते हाँ जी थैंक यू रख ले ठंड बहुत है वे सारे ने कि मैं मरियां कुकड़ियां होंगे सिर सोटे ऐदा बैठे जिदा किसी मकाने चले हो ਉਹ ਤੁਹਾਨੂੰ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ 'ਚ ਲੈ ਕੇ ਚੱਲੇ ਆ ਕੁੱਲੂ ਲੈ ਕੇ ਜਾ ਰਿਹਾ ਕੁੱਲੂ ਹੁਣ ਤੁਸੀਂ ਵੀ ਆ ਕੇ ਬਹਿ ਜਾਓ ਹੈਂ ਕਦੇ ਦਾ ਮਾਈਕ ਛੱਡ ਜਾਏਗਾ ਤੇਰਾ ਤਾਂ ਕੰਮ ਹੋ ਗਿਆ ਕਦੀ ਸਾਡਾ ਵੀ ਸੋਚਿਆ ਕਰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹਾਊ ਆਰ ਯੂ ਮਿਨੀ ਮੈਡਮ ਤੁਸੀਂ ਵੀ ਜਾ ਕੇ ਬਹਿ ਜਾਓ ਰੰਗੀਲਾ ਜੀ ਲਾ ਦੋ ਫਿਰ ਤਾਂ ਬਣਾ ਮੈਂ ਕਿਦਾਂ ਬਹਿ ਸਕਦਾ ਹਾਂ ਸਮਝਿਆ ਕਰ ਬੈਠੋ तू हूं खड़ा ही रहेगा बह जाए थे ओ, चल थैंक यू पवन इस फूल का की नाम है मैनू नहीं पता ओहो इतना गुस्से च क्यों ना कदे प्यार नाल भी गल कर लिया कर इसमें गुस्से की बात है हम तो हाँ इसे अच्छा तो फिर तेनू प्यार नाल बोलना सिखा दे हैं छुरी छुरियो क्या कर रही है छुरियो मत कर इतना नजदीक मत आओ छुरी ताऊ ताऊ ए ताऊ कितो आ गया ठीक है आज तो तेनू छड़ दिता जे तू अगली बारी मेरे नाल प्यार नाल ना बोलिया ता या मरवाओगी भाई कदे न कदे की चीज है ना रोइयां विच बंजर जमीन ते अपने आप ही उग जांदा है और ध्यान नाल वेखो ते लगदा है तुहाडे वल वेख के मुस्कुरा रहा है तैनू पता है क्यों मुस्कुरा रहा है ए भी चाहुंदा है कोई इहदे नाल गल करे तैनू किवें पता है नेड़े जाके वेख इहदी खुशबू तेरे साहां विच घुल मिल जाएगी
एक होर गल दसा, एक गल्ला भी कर दे, ताही तो इन्ने सारे पावरे आले दुआले गुनगुनाते रहते हैं। इन्ने सारे पावरे आंदे होने पर दोस्ती तो एक नाल ही करदा होएगा ना। पौरा तो कदों का गुनगुनाई जाता है, रौला पाई जाता है, फुल किसा ही नहीं। किड़े फुल की गल कर रहा तू? काले शाह बदलों उत्ते पिंक कलर के मोटे मोटे फुल लाते कपड़े तले फिरते हैं। वेरी फनी हाँ। ब्यूटीफुल ब्यूटीफुल रंगीला जी तुसी भी कुछ कर लो, सारे स्टूडेंट्स काम कर रहे ने। ਜਿਹੜਾ ਕਰਨ ਵਾਲਾ ਕੰਮ ਉਹ ਤਾਂ ਮੈਂ ਕਰੀ ਜਾਂਦਾ, ਬਾਕੀ ਤਾਂ ਸਾਰੇ ਇਹ ਤਾਂ ਸਾਰੇ ਐਵੇਂ ਲੱਗੇ। ਕੀ ਕਿਹਾ? ਮੇਰਾ ਮਤਲਬ ਕਿ ਪੜ੍ਹਾਈ ਲਿਖਾਈ ਵਾਲਾ ਕੰਮ ਤੇ ਕਈ ਸਾਲਾਂ ਦਾ ਕਰੀ ਜਾਂਦਾ ਮੈਂ। ਨਾ ਜਦ ਕੁਝ ਕਰਨਾ ਨਹੀਂ ਸੀ ਫਿਰ ਇੱਥੇ ਆਉਣ ਨੂੰ ਕਿਉਂ ਕਿਹਾ? ਉਹ ਯਾਰ ਮੈਂ ਤਾਂ ਸੋਚਿਆ ਕਿ ਚਲੋ ਸਾਰਿਆਂ ਨੂੰ ਕੁੱਲੂ ਹੀ ਲੈ ਚੱਲਨੇ ਆ, ਕੌਰੇ ਉੱਥੇ ਜਾ ਕੇ ਕੋਈ ਗੱਲ ਬਣ ਜੇ। ਗੱਲ ਕਿਹੜੀ ਗੱਲ? ਦੇਖ ਮੈਨੂੰ ਕੁਝ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਮਤਲਬ ਸਾਰਿਆਂ ਸਾਹਮਣੇ ਨਹੀਂ ਕੀਤੀਆਂ ਜਾ ਸਕਦੀਆਂ। ਮੈਨੂੰ ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ, ਮਤਲਬ ਹਿਮਾਚਲੀ ਪੈ ਰਹੀ। ਸੋਚ ਸਮਝ ਕੇ ਕੋਈ ਗੱਲ ਕਹੀਂ ਵਰਨਾ ਕਲਾਸ ਤੋਂ ਕਢਵਾ ਦਾਂਗੀ। ਰੱਬ ਦਾ ਵਾਸਤਾ ਹੀ ਮੈਨੂੰ ਇਦਾਂ ਕਹਿ ਕੇ ਮੈਨੂੰ ਹੋਰ ਨਾ ਡਰਾ, ਮੇਰਾ ਤੇ ਪਹਿਲੂ ਨਹੀਂ ਹੌਸਲਾ ਪੈ ਰਿਹਾ। ਅੱਛਾ ਬੋਲ ਫਿਰ। ਬੋਲਾ ਬੋਲ। ਮਤਲਬ ਕਹਿ ਦੇ ਨਾ। ਓ ਬਾਬਾ ਕਹਿ ਵੀ ਦੇ। ਦਰਅਸਲ ਮੈਂ ਨਹੀਂ, ਤੂੰ ਮੈਨੂੰ ਕਲਾਸ ਚੋਂ ਕਢਾ ਦੇਣਾ ਇਹਦੇ ਨਾਲੋਂ ਚੰਗਾ ਹੈ, ਫਿਰ ਤੂੰ ਕੁਛ ਨਾ ਹੀ ਬੋਲ। ਓਕੇ ਇਹਨਾਂ ਨੇ ਹੁਣੇ ਹੀ ਮਰਨਾ ਸੀ। ਮੈਮ ਇਹ ਮੁੰਡੇ ਸਾਨੂੰ ਬਹੁਤ ਤੰਗ ਕਰ ਰਹੇ ਨੇ। ਬਿਲਕੁਲ ਝੂਠ ਮੈਡਮ, ਕੁੜੀਆਂ ਸਾਨੂੰ ਤੰਗ ਕਰ ਰਹੀਆਂ ਨੇ। ਇੱਕ ਨੰਬਰ ਦੇ ਬੇਵਕੂ ਹੋ ਯਾਰ ਤੁਸੀਂ। ਓਏ ਅਸੀਂ ਤਰਸ ਗਏ ਆ, ਸਾਨੂੰ ਕੋਈ ਤੰਗ ਕਰੇ ਸਾਨੂੰ ਕੋਈ ਤੰਗ ਹੀ ਨਹੀਂ ਕਰਦਾ। ਮੈਡਮ ਸਾਨੂੰ ਕਹਿੰਦੇ ਫੁੱਲਾਂ ਵਿੱਚ ਕਿਉਂ ਭੱਜਦੀ ਹੋ, ਫੁੱਲ ਤਾਂ ਤੁਸੀਂ ਆਪਣੇ ਕੱਪੜਿਆਂ ਤੇ ਚੁੱਕੀ ਫਿਰਦੀ ਹੋ। ਅੱਛਾ ਮੈਡਮ, ਆ ਵੀ ਕੋਈ ਨਾਰਾਜ਼ ਹੋਣ ਵਾਲੀ ਗੱਲ ਹੈ? ਹੈ ਅਸੀਂ ਤਾਂ ਕੰਪਲੀਮੈਂਟ ਜਿਹਾ ਦਿੱਤਾ ਸੀਗਾ, ਇੰਨੀ ਕੁ ਸੈਂਸ ਆਫ ਹਿਊਮਰ ਹੋਣੀ ਚਾਹੀਦੀ ਹੈ ਨਾ। ਡੋਂਟ ਫਾਈਟ ਯਾਰ, ਲੜੋ ਨਾ, ਹਾਂ ਮੈਂ ਸਾਰਾ ਮਸਲਾ ਸਮਝ ਗਿਆ। ਦਰਅਸਲ ਕੁੱਲੂ ਦੇ ਖੂਬਸੂਰਤ ਮੌਸਮ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਲੜਾਈ ਜਾਰੀ ਰਹੇਗੀ, ਪਰ ਫਰਕ ਸਿਰਫ ਇਹਨਾਂ ਕਿ ਇਹ ਲੜਾਈ ਹੋਏਗੀ ਬੋਲੀਆਂ ਪਾ ਕੇ, ਠੀਕ ਹੈ? ਕੁੜੀਆਂ ਇੱਕ ਪਾਸੇ, ਮੁੰਡੇ ਇੱਕ ਪਾਸੇ, ਠੀਕ ਹੈ? ਹਰਮਨ ਕਰੋ ਵੀ ਬੋਲੀ ਸ਼ੁਰੂ। ਡੋਂਟ ਵਰੀ ਮੈਡਮ, ਕੁਝ ਨਹੀਂ ਕਹਿੰਦੇ ਆ, ਇਹਦੀ ਗਾਰੰਟੀ ਮੈਂ ਲੈਣਾ। ਕਿਉਂ ਜੀ? ਚਲੋ ਹੋਵੋ ਸ਼ੁਰੂ, ਦੇਖਦੇ ਕੀ ਹੋ। ਚਲੋ ਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੇਵਾ ਕਿੰਨਾ, ਹਾਣ ਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੇਵਾ ਕਿੰਨਾ, ਹਾਣ ਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੇਵਾ ਕਿੰਨਾ, ਨਾਲੇ ਰਹਿੰਦਾ ਹੱਸਦਾ ਤੇ ਨਾਲੇ ਰਹਿੰਦਾ ਸੰਗਦਾ, ਨਾਲੇ ਮੈਥੋਂ ਮੇਰਾ ਦਿਲ ਮੰਗਦਾ, ਹਾਣ ਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੇਵਾ ਕਿੰਨਾ, ਹੁਣ ਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੇਵਾ ਕਿਨੋ। ਦਿਲ ਦੇ ਕੇ ਕਿਸੇ ਦਾ ਦਿਲ ਲੈਣਾ, ਹੋ ਦਿਲ ਦੇ ਕੇ ਕਿਸੇ ਦਾ ਦਿਲ ਲੈਣਾ ਨੀ ਸੌਦਾ ਇੱਕੋ ਜਿਹਾ, ਤੈਨੂੰ ਮਹਿੰਗਾ ਜ਼ਰਾ ਨਾ ਪੈਣਾ, ਤੈਨੂੰ ਮਹਿੰਗਾ ਜ਼ਰਾ ਨਾ ਪੈਣਾ ਨੀ ਸੌਦਾ ਇੱਕੋ ਜਿਹਾ, ਹੋ ਦਿਲ ਦੇ ਕੇ ਕਿਸੇ ਦਾ ਦਿਲ ਲੈਣਾ ਨੀ ਸੌਦਾ ਇੱਕੋ ਜਿਹਾ। ਬੜੇ ਔਖੇ ਮਾਮਲੇ ਦਿਲ ਦੇ, ਦਿਲ ਮੰਗਿਆ ਕਦੇ ਨਾ ਮਿਲਦੇ, ਹੋ ਦਿਲ ਮੰਗਿਆ ਕਦੇ ਨਾ ਮਿਲਦੇ, ਵੇ ਮੁੰਡਿਆ ਹਾਰਦੇ ਆ, ਬੜੇ ਮਹਿੰਗੇ ਨੇ ਸੱਤ ਦਿਲ ਦੇ ਵੇ ਮੁੰਡਿਆ ਹਾਰਦੇ ਆ, ਹਾਰਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੀਵਾ ਕਿਨਾ, ਹਾਰਦੇ ਮੁੰਡੇ ਨੇ ਮੈਥੋਂ ਦਿਲ ਮੰਗਿਆ ਦੀਵਾ ਕਿਨਾ। ਸੁਣੋ ਨੀ ਕੁੜੀਓ ਕਹਾਂ ਦੇ ਮੁੰਡਿਓ, ਹਾਏ 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 ਸੁਣ ਲੋ ਬੀਬੀਓ, ਆਵੇ ਕਾਕਿਓ ਹਾਏ ਪਿਆਰ ਕਰੋਗੇ ਨਾ ਵੀ ਕਾਕਿਓ
ਓਏ ਕੁੜੀਆਂ ਹਾਣ ਦੀਆਂ ਇਹ ਕੁੜੀਆਂ ਹਾਣ ਦੀਆਂ ਇਹ ਕੁੜੀਆਂ ਹਾਣ ਦੀਆਂ ਇਹ ਕੁੜੀਆਂ ਹਾਣ ਦੀਆਂ ਤੇ ਉਤੋਂ ਉਤੋਂ ਭੋਲੀਆਂ ਨੇ ਤੇ ਤੋਂ ਉਤੋਂ ਭੋਲੀਆਂ ਨੇ ਵਿੱਚੋਂ ਸਭ ਕੁਛ ਜਾਣਦੀਆਂ ਕੁੜੀਆਂ ਹਾਣ ਦੀਆਂ ਇਹ ਕੁੜੀਆਂ ਹਾਣ ਦੀਆਂ ਸੁਣੋ ਮੁੰਡਿਓ ਵੀ ਹਾਣ ਦਿਓ ਸਾਰਾ ਦਿਨ ਕੁੜੀਆਂ ਪਿੱਛੇ ਕਿਉਂ ਘੱਟਾ ਛੱਡਦੇ ਹੋ ਸੁਣੋ ਮੁੰਡਿਓ ਵਿਹਾਰ ਦਿਓ ਸੁਣੋ ਮੁੰਡਿਓ ਵਿਹਾਰ ਦਿਓ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਗੱਲ ਬਣ ਜਾਓ ਤੇਰੀ ਮੇਰੀ ਗੱਲ ਬਣ ਜਾਓ ਅੱਜ ਮੈਨੂੰ ਸੁਪਨਾ ਰਾਤ ਨੂੰ ਹੋਣਾ ਨੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਤੇਰੀ ਮੇਰੀ ਗੱਲ ਬਣ ਜਾਓ ਉਹ ਤੇਰੀ ਮੇਰੀ ਅੱਖ ਨਾ ਮਿਲੇ ਤੇਰੀ ਮੇਰੀ ਅੱਖ ਨਾ ਮਿਲੇ ਦਿਲ ਕਿਵੇਂ ਮਿਲੋ ਬਈ ਮਾਮਾ ਵੇ ਦਿਲ ਕਿਵੇਂ ਮਿਲੋ ਬਈ ਮਾਮਾ ਤੇਰੀ ਮੇਰੀ ਅੱਖ ਨਾ ਮਿਲੇ ਤੇਰੀ ਮੇਰੀ ਅੱਖ ਨਾ ਮਿਲੇ ਤੇਰੀ ਮੇਰੀ ਅੱਖ ਸਾਡੀ ਕਿਤੇ ਗੱਲ ਨਾ ਬਣੀ ਹਾਏ ਸਾਡੀ ਕਿਤੇ ਗੱਲ ਨਾ ਬਣੀ ਅਸੀਂ ਰਹਿ ਗਏ ਟਰਾਈਆਂ ਕਰਦੇ ਹਾਏ ਰਹਿ ਗਏ ਟਰਾਈਆਂ ਕਰਦੇ ਹਾਏ ਸਾਡੀ ਕਿਤੇ ਗੱਲ ਨਾ ਬਣੀ ਸਾਡੀ ਕਿਤੇ ਗੱਲ ਨਾ ਬਣੀ ਤੇਰੀ ਕੋਈ 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 ਗੱਲ ਨਾ ਬਣੀ ਤੇਰੇ ਨਾਲ ਦੇ ਬੜੇ ਪਟਵਾਰੀ ਤੇਰੇ ਨਾਲ ਦੇ ਬੜੇ ਪਟਵਾਰੀ ਤੇਰੀ ਕੋਈ ਗੱਲ ਨਾ ਬਣੀ ਤੇਰੀ ਕੋਈ ਗੱਲ ਨਾ ਬਣੀ ਹੋ ਸਾਹਮਣੇ ਖੜ ਕੇ ਪਾਓ ਬੋਲੀਆਂ ਓ ਮੈਂ ਕਿਆ ਗੱਲ ਤਾਂ ਬਣੂ ਜੇ ਮੁੰਡਿਆਂ ਵੀ ਤੁਹਾਡਾ ਵਿਆਹ ਨਹੀਂ ਜੇ ਹੁੰਦਾ ਓਏ 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 ਜੇ ਮੁੰਡਿਆਂ ਵੀ ਤੁਹਾਡਾ ਵਿਆਹ ਨਹੀਂ ਜੇ ਹੁੰਦਾ ਤੜਕੇ ਉੱਠ ਕੇ ਨਾਇਆ ਕਰੋ ਤੜਕੇ ਉੱਠ ਕੇ ਨਾਇਆ ਕਰੋ ਵੇ ਆ ਕੇ ਕੁੜੀਆਂ ਦੇ ਪੈਰੀ ਹੱਥ ਲਾਇਆ ਕਰੋ ਵੇ ਆ ਕੇ ਕੁੜੀਆਂ ਦੇ ਪੈਰੀ ਹੱਥ ਲਾਇਆ ਕਰੋ ਜੇ ਕੁੜੀਆਂ ਨੀ ਕਿਤੇ ਮੁੰਡੇ ਨਾ ਹੁੰਦੇ ਜੇ ਕੁੜੀਆਂ ਨੀ ਕਿਤੇ ਮੁੰਡੇ ਨਾ ਹੁੰਦੇ ਕਿਹਦੇ ਨਾਲ ਵਿਆਹ ਕਰਵਾਉਂਦੀਆਂ ਤੁਸੀਂ ਨੀ ਐਵੇਂ ਕਿੱਕਰਾਂ ਤੋਂ ਘੁੱਗੀਆਂ ਉਡਾਉਂਦੀਆਂ ਤੁਸੀਂ ਐਵੇਂ ਕਿੱਕਰਾਂ ਤੋਂ ਘੁੱਗੀਆਂ ਉਡਾਉਂਦੀਆਂ ਤੁਸੀਂ ਤੈਨੂੰ ਪੜ੍ਹਨਾ ਨੀ ਆਉਂਦਾ ਜੇ ਮੁੰਡਿਆਂ ਵੀ ਤੈਨੂੰ ਪੜ੍ਹਨਾ ਨੀ ਆਉਂਦਾ ਮੇਰੇ ਕੋਲ ਟਿਊਸ਼ਨ ਰੱਖ ਮੁੰਡਿਆਂ ਮੇਰੇ ਕੋਲ ਟਿਊਸ਼ਨ ਰੱਖ ਮੁੰਡਿਆਂ ਵੇ ਮਾਫ਼ੀ ਮੰਗ ਲੈ ਕੰਨਾਂ ਨੂੰ ਲਾ ਲੈ ਹੱਥ ਮੁੰਡਿਆਂ ਵੇ ਮਾਫ਼ੀ ਮੰਗ ਲੈ ਕੰਨਾਂ ਨੂੰ ਲਾ ਲੈ ਹੱਥ ਮੁੰਡਿਆਂ ਟੈਕ ਦੀ ਜਵਾਨੀ ਮੈਂ ਕਿਆ ਮੈਕ ਦੀ ਜਵਾਨੀ ਟੈਕ ਦੀ ਜਵਾਨੀ ਮੈਂ ਕਿਆ ਮੈਕ ਦੀ ਜਵਾਨੀ ਕਦੇ ਸਾਡੀ ਵੱਲ ਮੈਂ ਕੋਈ ਗਿੱਲਾ ਰਿਆ ਕਰ ਨਿਗਾ ਮੇਰ ਦੀ ਕਦੇ ਨਾ ਕਦੇ ਮਾਰਿਆ ਕਰੋ ਨਿਗਾ ਮੇਰ ਦੀ ਕਦੇ ਨਾ ਕਦੇ ਮਾਰਿਆ ਕਰੋ ਨਿਗਾ ਮੇਰ ਦੀ ਕਦੇ ਨਾ ਕਦੇ ਮਾਰਿਆ ਕਰੋ ਕੀ ਹੋ ਗਿਆ ਛੱਡ ਗਏ ਸਾਰੇ ਇਕੱਲੀ ਰਹਿ ਗਈ ਯੂਨੀਵਰਸਿਟੀ ਚ ਕਿਵੇਂ ਉਪਰੇ ਉਪਰੇ ਫਿਰਦੇ ਸੀ ਸਾਰੇ
ਇੱਥੇ ਆ ਕੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ। ਇੱਕ ਦੂਜੇ 'ਚ ਇੰਨੇ ਮਸਤ ਨੇ ਕਿ ਮੈਨੂੰ ਵੇਖਿਆ ਤੱਕ ਨਹੀਂ। ਜਿਵੇਂ ਫੁੱਲਾਂ ਨੂੰ ਖੇਡਣ ਲਈ ਖਾਸ ਮੌਸਮ ਦੀ ਲੋੜ ਹੁੰਦੀ ਹੈ, ਉਵੇਂ ਪਿਆਰ ਨੂੰ ਵੀ ਇੱਕ ਖਾਸ ਮੌਸਮ ਦਾ ਇੰਤਜ਼ਾਰ ਹੁੰਦਾ ਹੈ। ਇੰਜ ਇਕੱਠੇ ਤੁਰਨ ਫਿਰਨ ਨੂੰ ਤੂੰ ਪਿਆਰ ਕਹਿੰਦਾ? ਚਲੋ ਪਿਆਰ ਦੀ ਸ਼ੁਰੂਆਤ ਹੀ ਸਹੀ। ਇਸੇ ਪਿਆਰ ਵੀ ਕਮਾਲ ਦੀ ਚੀਜ਼ ਹੈ, ਪਤਾ ਹੀ ਨਹੀਂ ਲੱਗਦਾ ਕਦੋਂ ਹੋ ਜਾਂਦਾ, ਤੇ ਜਦੋਂ ਹੋ ਜਾਂਦਾ ਫਿਰ ਸਾਰਾ ਕੁਝ ਸੋਹਣਾ ਸੋਹਣਾ ਲੱਗਣ ਲੱਗ ਜਾਂਦਾ। ਇਹ ਤਾਂ ਕੋਈ ਉਸੇ ਤੋਂ ਪੁੱਛੇ ਜਿਹਨੂੰ ਪਿਆਰ ਹੋ ਗਿਆ ਹੋਵੇ। ਹੁਣ ਤੂੰ ਮੈਨੂੰ ਪੁੱਛ ਕੇ ਦੇਖ ਜ਼ਿੰਦਗੀ ਕਿੰਨੀ ਹਸੀਨ ਹੈ। ਕੋਈ ਵੇਖੇਗਾ ਤਾਂ ਕਹੇਗਾ ਚੱਲਣਾ ਹੋ ਗਿਆ। ਤੇਰਾ ਜੀ ਨਹੀਂ ਕਰਦਾ ਤੈਨੂੰ ਵੀ ਕੋਈ ਚੱਲੀ ਅੱਗੇ? ਹੁਣ ਆ ਦੇਖ, ਮੇਰਾ ਜੀ ਕੀਤਾ ਕਿ ਮੈਂ ਕਿਸੇ ਝੱਲੀ ਲਈ ਇੱਕ ਗਿਫਟ ਲੈ ਕੇ ਆਵਾਂ, ਸ਼ਾਇਦ ਇਸੇ ਬਹਾਨੇ ਉਹ ਇਸ ਝੱਲੇ ਨੂੰ ਯਾਦ ਕਰਨ ਲੱਗ ਪਏ। ਆਓ ਜੀ ਮੈਡਮ ਜੀ, ਕੀ ਖਾਓਗੇ? ਗੋਲ ਗੱਪੇ ਖਾਵਾਂਗੇ ਜੀ। ਕਿਹੜੇ ਕਿਹੜੇ ਖਾਓਗੇ? ਮਿੱਠਾ ਖਾਓਗੇ, ਤਿੱਖਾ ਖਾਓਗੇ, ਜੀਰੇ ਵਾਲਾ ਖਾਓਗੇ? ਮੈਂ ਸਾਰੇ ਹੀ ਖਾਵਾਂਗੀ। ਲਓ ਜੀ ਪਲੇਟ ਲਓ ਜੀ। ਬੱਲੇ 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 ਬੱਲੇ, ਹਾਂ ਸਵਾਦ ਕਰਦਾ ਮਿੰਨੀ ਜੀ, ਅੱਜ ਸਵੇਰੇ ਸਵੇਰੇ ਗੋਲ ਗੱਪੇ। ਹਾਂ ਨਾ, ਤੈਨੂੰ ਸਵੇਰੇ ਸਵੇਰੇ ਹੋਰ ਕੋਈ ਕੰਮ ਨਹੀਂ, ਤੂੰ ਫੇਰ ਮੇਰੇ ਪਿੱਛੇ ਆ ਗਿਆ। ਸਰਦਾਰ ਜੀ ਤੁਸੀਂ ਵੀ ਖਾ ਲਓ ਗੋਲ ਗੱਪੇ। ਉਹ ਯਾਰ ਖਾ ਤਾਂ ਲਈਏ, ਪਰ ਹੁਣ ਮੈਂ ਤਾਂ ਸਾਰੇ ਅੰਮ੍ਰਿਤ ਖਲੋ ਕੇ ਗੋਲ ਗੱਪੇ ਖਾਂਦਾ ਚੰਗਾ ਥੋੜਾ ਲੱਗਦਾ। ਨਾ ਚੰਗੇ ਨੂੰ ਕੀ ਹੈ, ਜੇ ਮੈਂ ਖੜੀ ਹੋ ਕੇ ਇੱਥੇ ਖਾ ਸਕਦੀ ਹਾਂ ਤੇ ਤੂੰ ਕਿਉਂ ਨਹੀਂ ਖਾ ਸਕਦਾ? ਸਦਕੇ ਜਾਵਾਂ ਮਿੰਨੀਏ, ਜਿੱਦੇ ਪਿਆਰ ਨਾਲ ਤੂੰ ਕਹਿਣ ਡਈ ਆ ਗੋਲ ਗੱਪੇ ਕੀ, ਮੈਂ ਤੇ ਜ਼ਹਿਰ ਖਾ ਜਾਵਾਂ ਗੋਲ ਗੱਪੇ ਤੇ ਫੇਰ ਘਰਾ ਰਹੇ ਹੁੰਦੇ ਨੇ। ਤੂੰ ਇੱਕ ਵਾਰੀ ਕਹਿ ਸਹੀ, ਜੇ ਮੈਂ ਸਾਰੀ ਰੇੜੀ ਨਾ ਖਾ ਜਾਵਾਂ ਤੇ ਗੱਲ ਕਰੀ, ਫਿਰ ਢਿੱਡ ਭਾਵੇਂ ਮੇਰਾ ਇਹਦੇ ਵਰਗਾ ਹੋ ਜਾ। ਦੇਖ ਲੈ ਫਿਰ ਸ਼ਾਇਦ ਤਾਂ ਮਿੰਨੀ ਗੋਲ ਗੱਪੇ ਤੈਨੂੰ ਵੀ ਮੇਰੇ ਨਾਲ ਹੀ ਖਾਣੇ ਪੈਣਗੇ। ਹਾਂ ਹਾਂ ਜ਼ਰੂਰ ਖਾਵਾਂਗੇ। ਇਹ ਹੋਈ ਨਾ ਗੱਲ, ਲਿਆਓ ਸਰਦਾਰ ਜੀ ਹੋ ਸ਼ੁਰੂ ਫਿਰ। ਉਹ ਗੱਲ ਸੁਣੋ, ਗੱਲ ਸੁਣ, ਲੈ ਖਾ ਜਾ। ਖਾ ਨਾ 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 ਨਾ, ਦਿਸ ਇਜ਼ ਵੈਰੀ ਰੋਂਗ। ਸ਼ਰਤ ਮੁਤਾਬਕ ਗੋਲ ਗੱਪਾ ਮੈਂ ਖਾਣਾ ਆਪਣੇ ਹੱਥਾਂ ਨਾਲ। ਨਹੀਂ ਨਹੀਂ, ਮੈਂ ਨਾ ਨਾ ਖਾਣਾ ਪਏਗਾ। ਡੋਂਟ ਵਰੀ, ਕਿਸੇ ਨੇ ਨਹੀਂ ਵੇਖਿਆ। ਫੌਜੀ ਮੁੱਛ ਨੂੰ ਮਰੋੜਾ ਦੇਵੇ ਹੋ, ਫੌਜੀ ਮੁੱਛ ਨੂੰ ਮਰੋੜਾ ਦੇਵੇ, ਬੈਰੀਆਂ ਦੇ ਛੱਕੇ ਛੁੱਟ ਗਏ ਜਗਿਆ, ਉਹ ਜਗਿਆ ਤੇਰੀ ਮੁੱਛ ਨੂੰ ਮਰੋੜਾ ਬੜਾ। ਕਰਨਲ ਸਾਹਿਬ, ਜੇਕਰ ਮੁੱਛਾਂ ਤੋਂ ਵੇਲੇ ਹੋ ਗਏ ਹੋ ਤਾਂ ਮੈਂ ਕੁਝ ਆਪਣੀ ਅਰਜ਼ ਗੁਜ਼ਾਰਾਂ। ਮਾਈ ਡੀਅਰ ਗੁਜਰਾਤੀ ਵਾਈਫ, ਪੰਜਾਬੀਆਂ ਕੋਲ ਮੁੱਛਾਂ ਦੇ ਇਲਾਵਾ ਹੋਰ ਹੈ ਹੀ ਕੀ? ਮੁੱਛਾਂ ਸਾਡੀਆਂ ਪਹਿਚਾਣ ਨੇ, ਪੰਜਾਬੀਆਂ ਦੀ ਸ਼ਾਨ ਹੈ। ਖੜੀਆਂ ਕਿ ਨਹੀਂ ਖੜੀਆਂ? ਠੀਕ ਹੈ ਠੀਕ ਹੈ, ਗੀਤਾ ਰਾਣੀ ਥੋੜਾ ਪਿਆਰ ਨਾਲ ਗੁਜਰਾਤੀ ਸਟਾਈਲ 'ਚ, ਖੜੀਆਂ ਕਿ ਨਹੀਂ ਖੜੀਆਂ? ਸਰਸ ਛੇ ਬਸ। ਆਏ ਮਾਰ ਸੁੱਟਿਆ ਨੀ, ਫੌਜੀ ਮੁੱਛ ਨੂੰ ਮਰੋੜਾ ਦੇਵੇ, ਬੈਰੀਆਂ ਦੇ ਛੱਕੇ ਛੁੱਟ ਗਏ ਜਗਿਆ, ਉਹ ਤੇਰੀ ਮੁੱਛ ਨੂੰ ਮਰੋੜਾ ਬੜਾ ਫਬਿਆ। ਹੇ ਜਲਣਾ ਬਾਪਾ, ਇਧਰ ਮੇਰੀ ਜਾਨ ਨਿਕਲ ਰਹੀ ਹੈ, ਇਹਨਾਂ ਨੂੰ ਗਾਣੇ ਸੁਝ ਰਹੇ, ਕੋਈ ਹੋਰ ਫਿਕਰ ਹੈ ਜਾਂ ਨਹੀਂ? ਉਹ ਫਿਕਰ ਕਿਸ ਗੱਲ ਦੀ ਯਾਰ, ਸਾਡੀ ਮੁੱਛ ਖੜੀ ਹੈ, ਬਾਰਡਰ ਤੇ ਕੋਈ ਖੰਘ ਵੀ ਨਹੀਂ ਸਕਦਾ। ਮੈਂ ਬਾਰਡਰ ਦੀ ਬਾਤ ਨਹੀਂ ਕਰ ਰਹੀ, ਆਪਣੀ ਬੇਟੀ ਬਾਰੇ ਕਹਿ ਰਹੀ ਹਾਂ। ਬੇਟੀ ਕੀ ਹੋਇਆ ਬੇਟੀ ਨੂੰ? ਦੋ ਦਿਨ ਹੋ ਗਏ ਯੂਨੀਵਰਸਿਟੀ ਟ੍ਰਿਪ ਤੇ ਗਈ, ਮੈਂ ਫੋਨ ਕਰ ਰਹੀ ਹਾਂ ਕੋਈ ਚੱਕ ਨਹੀਂ ਰਹਾ, ਮੈਨੂੰ ਤਾਂ ਬਹੁਤ ਡਰ ਲੱਗ ਰਿਹਾ। ਓਏ ਮਾਈ ਡੀਅਰ ਬਿਊਟੀਫੁਲ ਗੁਜਰਾਤੀ ਵਾਈਫ, ਤੂੰ 25 ਸਾਲਾਂ ਤੋਂ ਮੇਰੇ ਨਾਲ ਪੰਜਾਬ 'ਚ ਰਹਿ ਰਹੀ ਹੈ, ਇਹ 25 ਸਾਲਾਂ 'ਚ ਤੂੰ ਪੰਜਾਬੀਆਂ ਵਾਂਗ ਸਰਸੋਂ ਦਾ ਸਾਗ ਬਣਾਉਣਾ ਸਿੱਖ ਗਈ ਹੈ, ਪੰਜਾਬੀਆਂ ਵਾਂਗ ਪਿਆਰ ਕਰਨਾ ਸਿੱਖ ਗਈ ਹੈ, ਹੋਰ ਤੇ ਹੋਰ ਪੰਜਾਬੀਆਂ ਵਾਂਗ ਲੜਨਾ ਵੀ ਸਿੱਖ ਗਈ ਹੈ, ਪਰ ਡਰਦੀ ਤੂੰ ਅੱਜ ਵੀ ਗੁਜਰਾਤੀਆਂ ਵਾਂਗ ਹੈਗੀ ਹੈ। ਮੇਰੀ ਮੇਰੀ ਮੁੱਛਾਂ ਦਾ ਕੁਛ ਤੇ ਖਿਆਲ ਰੱਖ। ਫੇਰ ਮੁੱਛਾਂ? ਬੇਟੀ ਦਾ ਫਿਕਰ ਹੈ ਜਾਂ ਨਹੀਂ? ਕੋਈ ਖਬਰ ਤੱਕ ਨਹੀਂ? ਕੋਈ ਖਬਰ ਨਹੀਂ ਮਤਲਬ ਨੋ ਨਿਊਜ਼, ਨੋ ਨਿਊਜ਼ ਇਜ਼ ਗੁੱਡ ਨਿਊਜ਼ ਯਾਰ। ਮਾਂ ਪਾਪਾ ਵੀ ਆ। ਲੋ ਜੀ ਆ ਗਈ ਗੁੱਡ ਨਿਊਜ਼ ਸਾਡੀ। ਪਾਪਾ ਪਾਪਾ, ਓ ਆ ਜਾ ਪੁੱਤਰ। ਸ਼ੁਕਰੇ ਜਲਾਮ ਬਾਪਾ, ਮੇਰੀ ਬੇਟੀ ਵਾਪਸ ਆ ਗਈ। ਹਾਉ ਵਾਸ ਯੋਰ ਟ੍ਰਿਪ ਪੁੱਤਰ? ਇਟ ਵਾਸ ਗ੍ਰੇਟ, ਬਹੁਤ ਮਜ਼ਾ ਆਇਆ। ਏ ਮੋਬਾਈਲ ਫੋਨ ਕਿਉਂ ਬੰਦ ਥਾ?
मैं जान मुझ के ही बंद रखिया नहीं तो तुसी मैनू हर आधे घंटे बाद फोन करना सी हरमन बाहर का फूड ना खाई हरमन मिनरल वाटर ही पीना और गर्म कपड़े पाके ही बाहर जाना मैं कोई रोटी धोनी हां ओए तू ट्रिप च एंजॉय कर रही सी एथे दी जान निकली जा रही सी तुम्हें क्या तुसी त मुछा मरोड़ मरोड़ के गा ही रही सी ना ओए मेरी मुछा बारे फजूल दी गल करन दी लोड़ नहीं हैगी ओ नो मामा मैं तो अपने पापा नु मुछो तो बिना सोच ही नहीं सकती ठीक है तू बैठ तेरे वास्ते चाय और गर्मा गर्म पकौड़े बना के लाती एक मिनट जी पंजाबी पकौड़े बनाना और ढोकले वर्गे गुजराती पकौड़े नहीं बक बक जे आई एम सॉरी मेरा मतलब सॉरी खबरदार जो मेरे ढोकले के बारे में कुछ कहा नहीं तो मैं मुछा तो शुरू हो जावांगी पापा तुसी मामा नु सताना करो ओए पुत्र एनु सताना नहीं कहंदे ए जिंदगी दा रस इस तरह दी शरारतां नाल जिंदगी दा करारापन जड़ा है ना वो बरकरार रहंदा हुण तू आ गई है ते घर दी रौनक भी वापस आ गई है जदों मैं बाहर जानी आ फिर तू बाहर जांदी है ते घर दी रौनक मिलना दूर चली जांदी है जिंदगी फिक्की बेस्वाद ते बकबकी जई हो जांदी है गुजराती ढोकले वर्गी एग्जैक्टली गुजराती ढोकले वर्गी ए गल तू मानू भी दस दे अपने पापा तुसी फिर शुरू हो गए ओए मैनू शुरू तो याद आया कि मैं एक पोएम लिखी है मुछा ते जरा सुन फौजी मुछा नु मरोड़ा देवे ते बैरियां दे छके छुट गए जगया जगया ओ किथे गई पोएट साहब ओए तू पीछे चली गई वेरी गुड पुत्र ਜਦੋਂ ਦੀਆਂ ਲਾਈਆਂ ਅੱਖੀਆਂ ਉਹ ਬਾਈ ਜੀ ਅਜੇ ਤਾਂ ਸੂਰਜ ਵੀ ਨਹੀਂ ਚੜ੍ਹਿਆ ਜੀ ਬਾਹਰ ਤੜਕੇ ਤਿਆਰ ਹੋਏ ਫਿਰਦੇ ਹੋ ਉਹ ਵੀ ਸੱਜ ਧੱਜ ਕੇ ਉਹ ਮੈਂ ਤਾਂ ਕਦੋਂ ਦਾ ਤਿਆਰ ਹੋਈ ਬੈਠਾ ਤੇ ਅਜੇ ਕਾਲੀ ਨਾਗਣੀ ਦੇ ਬਿਨਾਂ ਹੀ ਉਹ ਹੁਣ ਤਾਂ ਕਾਲੀ ਨਾਗਣੀ ਤੋਂ ਬਿਨਾਂ ਚਿੱਤ ਖਿੜਿਆ ਖਿੜਿਆ ਰਹਿੰਦਾ ਹੈ ਅੱਛਾ ਜੀ ਇਹ ਚਮਤਕਾਰ ਕਿਹੜੀ ਨਾਗਣੀ ਦਾ ਭਾਜੀ ਓਏ ਤੂੰ ਨਹੀਂ ਸਮਝੇਗਾ ਅੱਛਾ ਬਹੁਤ ਵਧੀਆ ਸੁਣਾਉਂਦਾ ਜੀ ਮੈਂ ਨਹੀਂ ਲੱਗਦਾ ਚਾਹ ਪੀਣਗੇ ਬਈ ਨਾਂ ਅਲੀ ਦਾ ਓ ਨਾਂ ਅਲੀ ਦਾ ਭਾਈ ਜੀ ਇਹ ਕਿਹੜੀ ਪੁੱਠੀ ਆਵਾਜ਼ ਚੱਲ ਪਈ ਪਹਿਲਾਂ ਤਾਂ ਸਾਰੇ ਸੌਂ ਕੇ ਨਹੀਂ ਸੀ ਉੱਠਦੇ ਤੇ ਹੁਣ ਸਾਰੇ ਤਿਆਰ ਹੋ ਕੇ ਬੈਠੇ ਨੇ ਹੈ ਜੀ ਓ ਭਾਈ ਜੀ ਮੈਨੂੰ ਤਾਂ ਲੱਗਦਾ ਤੁਸੀਂ ਵੀ ਤਿਆਰ ਹੋਏ ਹੋ ਕਿਤੇ ਚੱਲਣ ਨੂੰ ਭਾਈ ਕਹਿੰਦੇ ਆ ਜਦੋਂ ਪਿਆਰ ਹੋ ਜਾਂਦਾ ਨਾ ਫਿਰ ਨਾ ਨੀਂਦ ਨਾ ਚੈਨ ਭਾਈ ਜੀ ਤੁਹਾਨੂੰ ਵੀ ਹੁਣ ਤੈਨੂੰ ਕੀ ਦੱਸੀਏ ਕਹਿੰਦੇ ਆ ਤੂੰ ਨਹੀਂ ਸਮਝੇਂਗਾ ਭਾਈ ਜੀ ਗੱਲ ਦੱਸੋ ਇਹ ਪਿਆਰ ਸਿਰਫ ਪੜ੍ਹਿਆ ਲਿਖਿਆ ਨਹੀਂ ਹੋ ਸਕਦਾ ਸਾਨੂੰ ਗਰੀਬਾਂ ਨੂੰ ਨਹੀਂ ਹੋ ਸਕਦਾ ਭਾੜੀ ਡੂੰਗੀ ਸੱਟ ਕਾ ਹੀ ਲੱਗਦੀ ਹੈ ਤੈਨੂੰ ਨਹੀਂ ਨਹੀਂ ਭਾਈ ਜੀ ਮੇਰੀ ਤਾਂ ਬਹੁਤ ਛੋਟੀ ਜੀ ਕਹਾਣੀ ਹੈ ਕੀ ਮੈਂ ਜਿਹਨੂੰ ਚਾਹੁੰਦਾ ਸੀ ਉਹਦਾ ਪਿਓ ਹੀ ਨਹੀਂ ਮੰਨਿਆ ਫਿਰ ਹੀ ਪਿੰਡ ਹੀ ਛੱਡਤਾ ਪਰ ਇੱਕ ਗੱਲ ਦੱਸਾਂ ਭਾਈ ਜੀ ਜਦੋਂ ਕਿਸੇ ਨਾਲ ਪਿਆਰ ਹੋ ਜਾਏ ਨਾ ਫਿਰ ਦੁਨੀਆ ਸਵਰਗ ਵਰਗੀ ਲੱਗਦੀ ਹੈ ਤੇ ਜੇ ਕਿਤੇ ਸਿਰੇ ਨਾ ਚੜ੍ਹੇ ਬਸ ਫਿਰ ਤਾਂ ਉਹ ਹੀ ਜਾਣਦਾ ਜਿਹਦੇ ਨਾਲ ਹੁੰਦੀ ਹੈ ਹੋ ਰੂ ਲੈ ਗਿਆ ਦਿਲਾਂ ਦਾ ਜਾਨੀ ਤੇ ਹੱਡ ਸਾਨੂੰ ਚੁੱਕਣਾ ਪਿਆ ਜਿੰਦੇ ਮੇਰੀਏ ਹੱਡ ਸਾਨੂੰ ਚੁੱਕਣਾ ਪਿਆ ਜਿੰਦੇ ਮੇਰੀਏ ਰੱਖੀ ਹਾਲ ਹੈ ਪੰਮੀ ਭਾਈ ਬਾ ਅੱਜ ਕੱਲ੍ਹ ਤੜਕੇ ਤੜਕੇ ਉੱਠ ਲਿਆ ਹੈ ਦੇਖਾ ਕਾਲੀ ਨਗਨੀ ਛੱਡ ਦੀ ਯਾਰ ਗੱਲ ਤਾਂ ਤੇਰੀ ਠੀਕ ਹੈ ਆ ਜਦੋਂ ਤਾਂ ਮਨਾਲੀ ਤੋਂ ਆਇਆ ਸਾਲਾ ਜੀ ਨਹੀਂ ਕਰਦਾ ਓਏ ਜਦੋਂ ਇਸ਼ਕ ਦਾ ਨਸ਼ਾ ਚੜ ਜਾਏ ਨਾ ਕਿਸੇ ਹੋਰ ਨਸ਼ੇ ਦੀ ਲੋੜ ਨਹੀਂ ਰਹਿੰਦੀ ਇਹਦੀ ਵੀ ਅੱਜ ਕੱਲ ਨਜ਼ਰ ਮਿਲ ਗਈ ਹੈ ਕਿਸੇ ਨਾਲ ਅੱਛਾ ਬਾਈ ਨਜ਼ਰ ਮਿਲ ਗਈ ਤਾਂ ਫਿਰ ਕਰ ਲੈ ਗੱਲ ਉਹ ਗੱਲ ਕਰਨੀ ਕਿਤੇ ਸੌਖੀ ਪਈ ਹੈ ਸਾਲੀ ਜ਼ਬਾਨ ਜਾਮ ਹੋ ਜਾਂਦੀ ਹੈ ਜ਼ਬਾਨੀ ਨਹੀਂ ਨਾ ਤੂੰ ਕਰਕੇ ਦਿਖਾ ਦੇ ਉਹ ਗੱਲ ਕੀ ਬਾਤ ਹੈ ਅਸੀਂ ਤਾਂ ਹੱਥ ਫੜ ਲੈਂਦੇ ਆ ਅੱਛਾ ਲੈ ਆਉਂਦੀ ਆ ਫਿਰ ਫੜ ਲਈ ਹੱਥ ਅੱਛਾ ਤੂੰ ਕਮਾ ਲੈ ਵੇਖੀ ਤਾਂ ਸੀ ਕਿਵੇਂ ਉਡੀਕਾਂ ਲਾਈ ਬੈਠੇ ਨੇ ਹਾਂ ਮੈਂ ਤਾਂ ਅੱਜ ਜਾਵਾਂਗੀ ਲੈ ਕੇ ਹੈਲੋ ਸੁਖੀ ਅੱਜ ਜਿਹੜੇ ਤੂੰ ਨੋਟਸ ਕਿਹਾ ਸੀ ਨਾ ਉਹ ਮੈਂ ਤਿਆਰ ਕਰ ਦਿੱਤੇ ਆ ਥੈਂਕਸ ਹਰਿੰਦਰ ਨਾ ਕੀ ਹੋਇਆ ਰੈਕਰੈਂਟ ਲੱਗ ਗਿਆ ਨਾ ਸਾਲਿਆ ਮੈਨੂੰ ਤਾਂ ਬੜੀਆਂ ਮੱਤਾਂ ਦਿੰਦਾ ਸੀ ਫੜ ਹੁਣ ਹੱਥ ਪੰਮੀ ਭਾਈ ਮੇਰਾ ਖਿਆਲ ਰੱਖਿਓ
ਬਾਈ ਮੰਨਾ ਹੀ ਚੋਰੀ ਤਾਂ ਬਾਰਡਰ ਲੱਗਾ ਹੈ ਆ ਗਈ ਹੁਣ ਸਮਝ ਕੱਤੀ ਆ ਗਈ ਬਾਈ ਤਾਂ ਵੀ ਸਭ ਬੱਤੀ ਕੜਕ ਹੈ ਚੱਲ मैनू तो सिर्फ एक फूल का ना याद है हेलो एक्सक्यूज मी जल्दी भेजो ठीक है जी हेलो जी वेरी वेल क्या हाल से छोरे वाह भाई वाह क्या बात है क्या बात है ਹੁਣ ਲੱਗਦਾ ਵੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਕਲਾਸ ਲੱਗੀ ਹੈ ਪਹਿਲਾਂ ਤਾਂ ਹੋਰ ਹੀ ਕੁਛ ਲੱਗਦਾ ਹੁੰਦਾ ਸੀ ਮੁੰਡੇ ਅੱਡ ਬੈਠੇ ਆ ਕੁੜੀਆਂ ਅੱਡ ਬੈਠੀਆਂ ਉਹ ਲੱਗਦਾ ਸੀ ਜਦ ਕਲਾਸ ਨਹੀਂ ਲੱਗੀ ਕੋਈ ਸਤਸੰਗ ਸੁਣਨ ਆਏ ਹੁਣ ਇਹ ਦਰਅਸਲ ਸਾਰਾ ਕੁੱਲੂ ਜਾਣ ਦਾ ਅਸਰ ਹੋਇਆ ਨਾ ਆਪਾਂ ਕੁੱਲੂ ਜਾਂਦੇ ਤੇ ਨਾ ਇਹ ਸਭ ਹੁੰਦਾ ਹੈ ਉਹ ਚੁੱਪ ਕਰਕੇ ਬਹਿ ਜਾ ਹੁਣ ਐਵੇਂ ਲੈਕਚਰ ਝਾੜਨ ਲੱਗ ਪਿਆ ਉਹ ਗੱਲ ਸੁਣੋ ਬਠਿੰਡੇ ਵਾਲਿਆ ਤੂੰ ਇਹ ਗੱਲਾਂ ਨਹੀਂ ਸਮਝ ਸਕਦਾ ਦਰਅਸਲ ਇਹਦੇ ਵਿੱਚ ਵੀ ਇੱਕ ਰਾਜ਼ कुल्लू विच जेड़े तुसी फुल देखे सन उना दी डिटेल रिपोर्ट तैयार है भी या नहीं जे कोई हेल्प चाहिदी है ते मेरे कोलों ले सकदे हो नाले हुण तुसी ए दसो कि कुल्लू विच तुहानू होर की चंगा लग्या बाकी दा तां पता नहीं मैडम जी पर गोल गप्पे बड़ी सुआद सी हुण खड़ा खड़ा की करदा जा जाके अपनी जगह ते बह जा हाँ जी बस बैठने लगे सी जी सॉरी भैया यूनिवर्सिटी दे समोसे ते होस्टल दे राजमा चौल जिहड़े मुंह नूं इकड़ी लागे ना ਉਹ ਫਿਰ ਸਾਰੀ ਜ਼ਿੰਦਗੀ ਯੂਨੀਵਰਸਿਟੀ ਦੀ ਲਾਈਫ ਨਹੀਂ ਭੁੱਲਦਾ ਓਏ ਤੇਥੋਂ ਦੀਆਂ ਸੋਹਣੀਆਂ ਕੁੜੀਆਂ ਇਹਨਾਂ ਨੂੰ ਕੋਈ ਭੁੱਲ ਸਕਦਾ ਉਹ ਜੇ ਯੂਨੀਵਰਸਿਟੀ 'ਚ ਕੁੜੀਆਂ ਨਾ ਹੋਣਾ ਤਾਂ ਇਹ ਬਿਆਬਾਨ ਜੰਗਲ ਲੱਗੇ ਉਹ ਰੰਗੀਲਾ ਬਾਈ ਐਵੇਂ ਤਾਂ ਨਹੀਂ ਇਹਨੇ ਸਲਾਹ ਇੱਥੇ ਬੈਠਾ ਨਿਕਲਣ ਦਾ ਨਾਂ ਹੀ ਨਹੀਂ ਲੈਂਦਾ ਬਈ ਆਪਾਂ ਤਾਂ ਆਪਣੀ ਵਸੀਅਤ ਦੇ ਵਿੱਚ ਵੀ ਲਿਖ ਕੇ ਜਾਣਾ ਪਰ ਜਿੱਦਣ ਮੈਂ ਮਰ ਗਿਆ ਨਾ ਮੇਰੀ ਸਮਾਧੀ ਵੀ ਇੱਥੇ ਯੂਨੀਵਰਸਿਟੀ 'ਚ ਬਣਾ ਦਿਓ ਉਹ ਪਤਿੰਦਰਾ ਭੂਤ ਬਣ ਕੇ ਮੁੰਡਿਆਂ ਨੂੰ ਡਰਾ ਕਰਾ ਕੇ ਪਰ ਹਮਾਰ ਭੂਤ ਬਣ ਕੇ ਵੀ ਮੁੰਡਿਆਂ ਨੂੰ ਚੰਬੜੀ ਜਾਣਾ ਹੈ ਪਾਗਲਾ ਸੋਹਣੀਆਂ ਸੋਹਣੀਆਂ ਕੁੜੀਆਂ ਇੱਥੇ ਉਹਨਾਂ ਨੂੰ ਚੰਬੜਿਆ ਕਰਾਂਗੇ ਕਿਉਂ ਏ ਸਾਡੇ ਵਾਲਿਆਂ ਤੇ ਅੱਖ ਰੱਖਦਾ ਸ਼ਰਮ ਨਹੀਂ ਆਉਂਦੀ ਤੁਹਾਡੇ ਵਾਲਿਆਂ ਨੂੰ ਸਿਰਫ ਵੇਖ ਲਿਆ ਕਰਾਂਗੇ ਚੰਬੜਾ ਤਾਂ ਭਾਈ ਕੋ ਨਹੀਂ ਹੈ ਕਿੰਨਾ ਅਜੀਬ ਜਿਹਾ ਕੰਟਰਾਸਟ ਹੈ ਤੂੰ ਸਲੀਵਲੈਸ ਪਾਇਆ ਹੋਇਆ ਸੀ ਇਹ ਬੜਾ ਮਜ਼ਾ ਡਾਲੀ ਫਿਰ ਤੂੰ ਪਹੁੰਚ ਰਹੀ ਹੈ ਨਾ ਮਿਊਜ਼ਿਕ ਸ਼ਾਪ ਤੇ ਜ਼ਰੂਰ ਯਾਦ ਨਾਲ ਪਹੁੰਚ ਜਾਈ ਪੂਰੇ 6 ਵਜੇ ਕਿੰਨੇ ਵਜੇ ਤੱਕ ਕਹਿ ਗਈਆਂ ਭਲਾ देखिया हरमन कि वे सारे रूम में आए खड़े ने आ गई हैं मैं क्या हेलो जी हेलो हाय हाय पम्मी भाई गल बन गई ਲਗਾ ਕਰੰਟ ਲੱਗ ਗਿਆ ਹੈ ਲੈ ਮੈਂ ਤੈਨੂੰ ਕੀ ਕਿਹਾ ਹੁਣ ਤੈਨੂੰ ਕਰੰਟ ਲੱਗ ਗਿਆ ਹੈ ਤੇ ਮੈਂ ਕੀ ਕਰਾਂ ਅਰੇ ਕੁਛ ਤੇ ਖਿਆਲ ਕਰ ਮੇਰੇ ਤਾਊ ਨੇ ਦੇਖ ਲਿਆ ਤਾਂ ਤੂੰ ਤੇ ਐਵੇਂ ਡਰਦਾ ਹੈ ਤੇਰਾ ਤਾਊ ਤੋਂ ਗਾਉਂ ਮੇ ਹੈ ਇੱਥੇ ਨਹੀਂ ਆਵੇਗਾ ਅਰੇ ਤੂੰ ਨਾ ਜਾਣਾ ਮੇਰਾ ਤਾਊ ਸੁਪਨੇ ਮਾਉਗਰ ਮੇਰੀ ਦੇਹ ਤੋੜ ਦੇਗਾ ਇਹ ਤੇ ਬਹੁਤ ਹੀ ਬੇਕਾਰ ਆਦਮੀ ਹੈ ਯਾਰ
तेरा कुछ नहीं बनना। इस तरह भगवान बचाओ भाई। मेरे वाले में एक और गिफ्ट। मैं पहले भी गिफ्ट दिस दिन क्यों चली गई? I'm sorry, उते मैं देखना भूली गई। किसी हो देवेच? मैं कल पिंड जा रहा। ते जा फिर, मैनू दसन की लोड़ है। नहीं, मैं सोचा कि तू मैनू लभदी ना फिर। देखो गल सुनो, अगर तुसी परमिंदर सिंह तुम छोड़ी जिया हिंद केसरी बनना है, जे कसर है थोड़ी होर मेहनत करनी पौगी, समझे ना? चलो आशीर्वाद लो। आजा बेटा, आजा आजा आजा। शाबाश शाबाश। परमिंदर सिंह जी, अगर मेरे पिंड का एक ही मुंडा तुहाडे जिहा बन गया ना, तो मैं समझांगा कि साडे पिंड की जून सुधर गई। सत श्रीकाल, साडा शहरी आ गया जी। ए जी, मेरा जवान है, मेरा पुत नवदीप। ओए गल सुनो मुंडियो, आपां शहरियां नूं ना अकल नाल नहीं टा सकते, चंगी सेध होए ना ते जोर नाल थल्ले ला सकने हां। हाँ, और चंगी सेध या ते फौज च मिलदी है और या फिर पंजाब दे पिंडां विच। ओ देखे ना अपने जनरल साहब, हां आर्मी चीफ जे जे सिंह, क्या पर्सनैलिटी है, हां है ना? चल जा फिर, जा कोल हो जा। ओए पुछने लगे पंजाबी है? हां मैं जरा जी घर होके आना। ओए जवाना, रहन दा असल स्वाद तां पिंड विच ही। ओपननेस, साफ सुथरी हवा, असली दूध क्यों, खुला रेंट से, है बस पेड़ बिच्ची मिल सकता। बिल्कुल, शहरा विस्तां बस रोला रप्पा ही है, पोल्यूटेड हवा, नकली खाना पीना, लड़ी है भी कोई जिंदगी है। ऐसे नहीं, मैं फैसला किया सी कि आर्मी तो रिटायरमेंट लेने के बाद मैं पिंड बिच ही रहांगा। यू अंडरस्टैंड माय पॉइंट? ओए हरनेक सिंह, तेनू किन्नी बारी आख्या है ए कूड़ा पिंड तो बाहर सुटिया करो। देखो मैं भी हार मनने वाला नहीं, मैं भी टारगेट बनाया कि मैं इस पिंड नू मॉडल पिंड बना देंगा। चंगा फिर तेरी पढ़ाई किवें चल रही है? बहुत वधिया चल रही है जी, आपां गा पाए। अच्छा, लगदा शेर तेरा दिल लग गया। दो महीने अठ दिन बाद तू पिंड आ, तू मेरा पॉइंट समझे? हाँ जी हाँ जी। जीती पुत्र। हां जी। ए देख, तेरे भरा नूं शहरों वेल मिल गई है। सत श्री अकाल वीरे। सत श्री अकाल, सत श्री अकाल। किवें जी तू? हैं, मैं तुहानूं किन्नी वारी कहा मेरा नाम जीती आ, मेरा एमपी 3 किथे है? ओहो, तो मैं भूल ही गया। हैं की वीरे, हर वारी भूल जांदे हो तुसी। मैं तुहानूं छोटा जिहा गिफ्ट कहा सी लैण वास्ते। गिफ्ट भी किसे ओकेजन ते ही दे दंदा है ना, बर्थडे कदों तेरा? मेरा बर्थडे जदों मर्जी होवे, मैनूं बस हुण एमपी 3 चाहिदा बस। डैडी वेख लो वीर जी, मैनूं मासा प्यार नहीं करदे। ओए क्यों लड़दे रहने हो? ओए जीती पुत्र, जब तेरा ब्याह हो गया ना, फिर पता लगू तुहानूं दोनों नूं, एक दूजे नूं याद करदे रहोगे। चल ठीक है, अगली बारी ले आऊंगा तेरे एमपी 3। खुश? खुश? ओए आपां तां हमेशा ही खुश रहिंदे आ। मैं हुणे बीजी नूं दस के आउंदी आ। बीजी? हां बीजी, 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 भला बुझो कौन आया? कौन आया? वीरा आया। ओ वेखो बीजी।
ਤੇਰੀ ਪੈਨ ਬਜੀ ਸਭ ਵਧੀਆ ਅੱਜ ਇੰਨੇ ਦਿਨਾਂ ਬਾਅਦ ਮਾਂ ਦੀ ਯਾਦ ਆਈ ਮੈਂ ਤਾਂ ਹਮੇਸ਼ਾ ਤੁਹਾਨੂੰ ਯਾਦ ਕਰਦਾ ਤੁਹਾਡਾ ਪਤਾ ਨਹੀਂ ਮੈਂ ਤਾਂ ਸਵੇਰ ਤੋਂ ਹੀ ਤੈਨੂੰ ਯਾਦ ਕਰ ਰਹੀ ਸੀ ਕਿਉਂ ਕੋਈ ਖਾਸ ਗੱਲ ਤੇਰੇ ਲਈ ਬਹੁਤ ਚੰਗਾ ਰਿਸ਼ਤਾ ਆਇਆ ਕੁੜੀ ਦੀ ਫੋਟੋ ਵੀ ਭੇਜੀ ਹੈ ਤੈਨੂੰ ਪੁੱਛਣਾ ਸੀ ਹਾਂ ਕਰਦੇ ਓਏ ਇਹ ਤੋਂ ਕੀ ਪੁੱਛਣਾ ਰਿਸ਼ਤਾ ਸਾਨੂੰ ਠੀਕ ਲੱਗਾ ਤੇ ਕਰਾਂਗੇ ਕੋਈ ਸ਼ੱਕ ਇਹਦੀ ਵੀ ਤਾਂ ਸਲਾਹ ਲਵਾਂਗੇ ਸਰਦਾਰਨੀ ਜੀ ਇਹਦਾ ਕੰਮ ਹੈ ਪੜ੍ਹਨਾ ਰਿਸ਼ਤਾ ਕਿੱਥੇ ਕਰਨਾ ਹੈ ਉਹ ਸਾਡਾ ਕੰਮ ਹੈ ਤੁਸੀਂ ਸਾਗ ਬਣਾਉਣ ਬਾਰੇ ਸੋਚੋ ਸਾਗ ਤਾਂ ਮੈਂ ਸਵੇਰੇ ਬਣਾ ਲਿਆ ਸੀ ਮੈਨੂੰ ਪਤਾ ਜੋ ਸੀ ਮੇਰਾ ਪੁੱਤ ਆਏਗਾ ਓ ਇਹ ਤੇ ਪੰਜਾਬ ਦੀ ਅਸਲ ਖੁਰਾਕ ਹੈ ਜੱਟਾਂ ਦਾ ਚੁਣਪਰਾਸ਼ ਹੈ ਚੁਣਪਰਾਸ਼ ਪਹਿਲਾਂ ਮੁੰਡੇ ਨੂੰ ਜ਼ਰਾ ਕਾਣ 'ਚ ਦੁੱਧ ਕੱਢ ਕੇ ਪਿਆ ਇਹਦਾ ਹਾਜ਼ਮਾ ਜਿਹਾ ਕਾਇਮ ਹੋਏ ਮੈਂ ਗੇੜਾ ਮਾਰ ਕੇ ਆਉਣਾ ਪੰਚਾਇਤ ਦਾ ਠੀਕ ਹੈ ਜਵਾਨਾ ਵੀਰੇ ਮੈਂ ਹੁਣ ਫੋਟੋ ਲੈ ਕੇ ਆਉਣੀ ਹੈ ਉਹ ਖੜ ਜਾ ਰਹਿੰਦੇ ਮੈਂ ਨਹੀਂ ਦੇਖਣੀ ਕੋਈ ਫੋਟੋ ਫੋਟੋ ਕੀ ਲੋੜ ਪਈ ਹੈ ਫੋਟੋ ਦੇਖਣ ਦੀ ਜਿਹਦੇ ਘਰ ਤੇਰੇ ਵਰਗਾ ਸੋਹਣਾ ਪੁੱਤ ਹੋਵੇ ਹੁਣ ਰਿਸ਼ਤੇ ਤਾਂ ਆਉਣਗੇ ਹੀ ਨਾ ਵੀਰ ਜੀ ਆ ਵੇਖੋ ਫੋਟੋ ਮੈਂ ਨਹੀਂ ਦੇਖਣੀ ਦੋਨਾਂ ਅੱਖਾਂ ਨਾਲ ਨਹੀਂ ਵੇਖਣੀ ਤਾਂ ਇੱਕ ਅੱਖ ਨਾਲ ਵੇਖ ਲਓ ਮੈਂ ਕਿਹਾ ਨਾ ਮੈਂ ਨਹੀਂ ਦੇਖਣੀ ਲੈ ਗੁੱਸਾ ਕਰਦਾ ਹੁੰਦਾ ਨਹੀਂ ਵੇਖਣੀ ਤੇ ਨਾ ਵੇਖੋ ਸਾਡਾ ਕੀ ਜਾਂਦਾ ਹੈ ਓਏ ਆ ਕੀ ਸੜੀ ਜੀ ਦੀ ਫੋਟੋ ਲਈ ਫਿਰਦੀ ਹੈ ਸੜੀ ਜੀ ਬਾਅਦ ਚੋਂ ਇਸੇ ਸੜੀ ਜੀ ਵਾਸਤੇ ਨਾ ਮੇਰੇ ਮਿੰਤਾ ਕਰਦੇ ਫਿਰੋਗੇ ਤੁਸੀਂ ਮੈਂ ਮਿੰਤਾ ਕਰਾਂ ਤੇਰੀਆਂ ਹਾਂਜੀ ਇਸ ਗੱਲ ਫੈਮੀ ਚ ਨਾ ਰਹੀ ਅੱਛਾ ਸੋਚ ਲਓ ਫਿਰ ਕੰਮ ਤੇ ਬਾਅਦ ਚ ਤੁਹਾਡੀ ਛੋਟੀ ਭੈਣ ਨਹੀਂ ਆਉਣਾ ਹੈ ਅੱਛਾ ਜੀ ਹੁਣ ਤੂੰ ਦੇਖੀ ਜਾ ਮੈਂ ਕਰਾਂ ਨਾ ਤੇਰਾ ਵਿਆਹ ਕਿਸੇ ਕਾਲੀ ਪੀਲੀ ਜੀ ਕਾਲਾ ਪੀਲਾ ਆ ਫੜੇ ਜਰਾ ਪੀ ਜੀ ਕਾਲਾ ਪੀਲਾ ਕਿਆ ਮੈਂ ਜੋ ਵੀਰ ਮੈਂ ਤੁਹਾਨੂੰ ਵਿਆਹ ਕਰਾਂਗੀ ਕਿਸੇ ਕਾਲੀ ਪੀਲੀ ਨਾਲ ਕਰਦੇ ਕਿ ਪੀ ਜੀ ਛੱਡ ਜਵੇ ਤੁਹਾਨੂੰ ਕਿਆ ਮੈਂ ਦੀਪੀ ਦੇਖੋ ਕਿ ਮੈਂ ਸੱਟ ਨਾ ਲਵਾ ਲਿਓ ਹਾਂਜੀ ਕੀ ਸੋਚਦਾ ਰਹਿਣਾ ਤੂੰ ਮੇਰੇ ਬਾਰੇ ਮੈਨੂੰ ਹੀਰ ਬਣਾਉਣ ਦੇ ਸੁਪਨੇ ਵੇਖਦਾ ਹੈ ਪਰ ਇੱਕ ਗੱਲ ਦੱਸ ਤੂੰ ਆਪਣੇ ਆਪ ਨੂੰ ਸਮਝਦਾ ਕੀ ਹੈ ਮੈਂ ਪਿੰਡ ਜਾ ਰਿਹਾ ਮੈਨੂੰ ਮਿਸ ਨਾ ਕਰੀ ਇੰਨੀ ਆਕੜ ਮਾਈ ਫੁੱਟ ਮੈਂ ਤੈਨੂੰ ਮਿਸ ਕਰਾਂਗੀ ਤੂੰ ਮੇਰਾ ਲੱਗਦਾ ਕੀ ਹੈ ਉਹ ਜੰਗੀਆ ਇੰਨਾ ਕਿੰਨਾ ਰਗੜੀ ਜਾਂਦਾ ਹੈ ਰੰਗ ਲੈ ਜੂਗਾ ਇਹਦਾ ਨਵਾਂ ਨਵਾਂ ਲਿੱਤਾ ਮੈਂ ਰੰਗ ਲੈ ਜੂਗਾ ਬਾਜੀ ਫੜ ਬਸ ਵੀਰੇ 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 ਇੱਕ ਮਿੰਟ ਕੜ 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 ਆ ਤਾਂ ਲੈਂਦੇ ਜਾਓ ਹੋ ਇੰਨੀਆਂ ਨਾਲ ਕੀ ਬਣਨਾ ਹੈ ਇਹ ਤਾਂ ਜਾਂਦੇ ਸਾਰ ਮੇਰੇ ਯਾਰ ਦੋਸਤਾਂ ਨੇ ਖਾ ਲੈਣੀਆਂ ਹੈ ਨਾਲੇ ਆ ਡੱਬਿਆਂ 'ਚ ਕੀ ਪਾ ਲਈ ਚੁੱਕੀ ਫਿਰਦਾ ਚੰਗਾ ਲੱਗੂਗਾ ਮੈਂ ਵਾਹ ਜਵਾਨਾ ਦੋ ਨਿੱਕੇ ਨਿੱਕੇ ਜਿਹੇ ਡੱਬਿਆਂ ਕੋਲ ਸੰਗੀ ਜਾਣਾ ਉਹ ਜਦੋਂ ਅਸੀਂ ਕਾਲਜ ਪੜ੍ਹਦੇ ਸਾਂ ਤੇ ਟਰੈਕਟਰ ਕਲਾਸਰੂਮ ਦੇ ਮੂਰੇ ਖੜਾ ਕਰਦੇ ਸਾਂ ਟਰਾਲੀ ਸਮੇਤ ਲੱਗਦਾ ਸੀ ਕੋਈ ਸਰਦਾਰ ਆਇਆ ਓਏ ਲੈ ਜਾ ਅਸਲੀ ਦੇਸੀ ਕਿਉਂਦੀਆਂ ਨੇ ਓਏ ਪਿੰਨਾਂ 'ਚ ਹੀ ਰਹਿ ਗਈਆਂ ਨੇ ਸ਼ਹਿਰ 'ਚ ਰਿਹਾ ਕੀ ਹੁਣ ਉਹ ਫੋਕਾ ਪਾਣੀ ਉਹ ਵੀ 12 ਰੁਪਏ ਦੀ ਬੋਤਲ ਨਹੀਂ ਮੈਂ ਮੋਟਾ ਹੋ ਜਾਵਾਂਗਾ ਫੜ ਲੈ ਓਏ ਤੂੰ ਰੋਜ਼ ਸਵੇਰੇ 2 ਘੰਟੇ ਐਕਸਰਸਾਈਜ਼ ਨਹੀਂ ਕਰਦਾ 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 ਹਾਂਜੀ ਖੁੱਲਾ ਖਾ ਓਏ ਖੁੱਲਾ ਖਾ ਤੇ ਖੁੱਲਾ ਜੀ ਦੇਖ ਆਪਣੇ ਮਾਨ ਵੇ ਲੈ ਜਾ ਇਸ ਬਹਾਨੇ ਮਾਂ ਨੂੰ ਯਾਦ ਕਰ ਲਿਆ ਕਰੇਗਾ ਯਾਦ ਤਾਂ ਮੈਂ ਤਾਂ ਕਰਾਂਗਾ ਜੇ ਕਦੇ ਭੁੱਲਿਆ ਹੋਵਾਂਗਾ ਤੇ ਵੀਰੇ ਮੈਨੂੰ ਓ ਹਾਂ ਤੂੰ ਵੀ ਹੈਗੀ ਤੈਨੂੰ ਵੀ ਯਾਦ ਰੱਖਣਾ ਪਊ ਚਲ ਮੈਂ ਸੋਚਦਾ ਤੇਰੇ ਬਾਰੇ ਚੰਗਾ ਜੀ ਮੈਂ ਨਿਕਲਦਾ ਚੰਗਾ ਡੈਡੀ ਹਾਂਜੀ ਚਲੋ ਚੰਗੀਏ ਅੱਛਾ ਜੀ ਫੋਨ ਕਰਦਾ ਜੀ ਮੈਂ ਚੰਗਾ ਜੀ ਬੀਜੀ ਓਕੇ ਬਾਏ ਬਾਏ ਨਹੀਂ ਲੈ ਕੇ ਗਿਆ ਨਾ ਬੜਾ ਸ਼ਰੀ ਹੋ ਗਿਆ ਲੈ ਦੇ ਤੇ ਉਹਦਾ ਪਿਓ ਖਾਏਗਾ ਹਾਂ ਇਹ ਲੈ ਮੈਂ ਨਹੀਂ ਪਰਵਾਹ ਕਰਦਾ ਕਿਸੇ ਸਟੇਟ ਫਾਰਵਰਡ ਗੱਲ ਕਰ ਗਿਆ ਬਸ ਗੁੱਡ ਮਾਰਨਿੰਗ ਮੈਮ ਗੁੱਡ ਮਾਰਨਿੰਗ Good morning. Good morning, ma'am. Good morning. How are you? ਇਹਨਾਂ ਮੁੰਡਿਆਂ ਦਾ ਕੀ ਇਲਾਜ ਕਰਾਂ ਮੈਂ ਬਾਈ ਗੋਡ ਬੜੇ ਸ਼ਤਾਨ ਹੋ ਗਏ ਨੇ ਸਾਰਾ ਦਿਨ ਬਾਂਦਰ ਜੀ ਮੈਨੂੰ ਗੋਲ ਗੱਪਿਆਂ ਦਾ ਸਵਾਦ ਪੁੱਛਦੇ ਰਹਿੰਦੇ ਮੈਂ ਨਾ ਤੈਨੂੰ ਕਦੇ ਮਾਫ ਨਹੀਂ ਕਰਾਂਗੀ ਗੋਲ ਗੱਪੇ ਖਵਾ ਕੇ ਮੈਨੂੰ ਪੂਰੀ ਕਲਾਸ ਦੇ ਵਿੱਚ ਬਦਨਾਮ ਕਰਕੇ ਰੱਖਤਾ ਹੈ ਕਮ ਆਨ ਮਿੰਨੀ ਕਮ ਆਨ ਇਹਨਾਂ ਮੁੰਡਿਆਂ ਦੀ ਪਰਵਾਹ ਪਰੂ ਨਹੀਂ ਕਰੀ ਜਾਂਦੀ ਇਹ ਤਾਂ ਸਾਰਾ ਦਿਨ ਕੁਝ ਨਾ ਕੁਝ ਬੋਲਦੇ ਰਹਿੰਦੇ ਹਾਂ ਦਰਅਸਲ ਛੱਡਦੇ ਆਪਣੇ ਤੋਂ ਪਰ ਗੱਲ ਸੁਣ ਉਹ ਜਿਹੜਾ ਦੀਪ ਤੇਰੇ ਵੱਲ ਦੇਖ ਕੇ ਸਮਾਈਲਾਂ ਮਾਰਦਾ ਰਹਿੰਦਾ ਨਾ ਉਹ ਨਹੀਂ ਬਰਦਾਸ਼ਤ ਹੁੰਦਾ ਮੇਰੇ ਕੋਲੋਂ ਤੇਰਾ ਮਤਲਬ ਕੀ ਇਹ ਗੱਲ ਕਹਿਣ ਦਾ ਦੇਖ ਮੈਨੂੰ ਹੁਣ ਕੱਲ ਨੂੰ ਕੋਈ ਕੁੜੀ ਮੇਰੇ ਵੱਲ ਵੇਖ ਕੇ ਸਮਾਈਲਾਂ ਮਾਰੀ ਜਾਏ ਤੇਰੇ ਕੋਲੋਂ ਬਰਦਾਸ਼ਤ ਹੋਏਗਾ ਨਹੀਂ ਨਾ ਹੋਏਗਾ ਕਿਉਂਕਿ ਤੇਰੀ ਮੇਰੀ ਗੱਲ ਤਾਂ ਇੱਕ ਹੋ ਗਈ ਨਾ ਹੁਣ ਗੱਲ ਸੁਣੋ ਰੰਗੀਲਾ ਜੀ ਤੇਰੇ ਹੱਥੋਂ ਗੋਲ ਗੱਪੇ ਕੀ ਖਾ ਲੇ ਤੇ ਅਸੀਂ ਇੱਕ ਹੋ ਗਏ ਤੂੰ ਕੱਲ ਮੇਰਾ ਕਲਾਸ ਫੈਲੋ ਸੀ ਤੇ ਅੱਜ ਮੇਰਾ ਸਟੂਡੈਂਟ ਹੋਰ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਸਮਝ ਗਿਆ ਨਾ ਔਰ ਖਬਰਦਾਰ ਅਗਰ ਮੇਰੇ ਪਿੱਛੇ ਆਇਆ ਤਾਂ ਮੈਨੇ ਮੈਨੇ
ਇਹਨਾਂ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦੇਣਾ ਮੇਰਾ। ਕਿਉਂ ਵਿਗੜ ਗਈ ਗੱਲ? ਹੋਰ ਗੋਆ ਗੋਲਗੱਪੇ। ਓ ਰੱਬ ਦਾ ਵਾਸਤਾ, ਮੇਰਾ ਪਿੱਛਾ ਛੱਡ ਦਿਓ ਚਿੰਡਾਲੋ, ਮਸਾਂ ਕਿਤੇ ਗੱਲ ਬਣਨ ਲੱਗਦੀ ਹੈ, ਵੇਚ ਆ ਕੇ ਸਾਰਾ ਬੇੜਾ ਗਰ ਕਰ ਦਿੰਦੇ। ਐਵੇਂ ਬਹੁਤਾ ਸੀਰੀਅਸ ਨਹੀਂ ਹੋਈਦਾ, ਚਲਾ ਤੈਨੂੰ ਚਾਹ ਛਪੜਾਈ। ਨਹੀਂ ਚਾਹ ਤਾਂ ਖੈਰ ਪੀ ਲਵਾਂਗੇ, ਉਹ ਨਹੀਂ ਗੱਲ, ਪਰ ਨਾਲ ਫਿਰ ਸੈਂਡਵਿਚ ਵੀ ਖਾਣਾ ਹੈ। ਪਹਿਲਾਂ ਕਿਹੜਾ ਪੱਲਿਓ ਖਾਂਦਾ ਸੀ, ਅਸੀਂ ਖਵਾਉਂਦੇ ਸੀ। ਤੂੰ ਮੈਨੂੰ ਬੁਲਾਇਆ? ਮੈਂ ਨਹੀਂ ਤਾਂ ਕੀ ਗੱਲ ਹੈ, ਅੱਜ ਹੈਲੋ ਨਹੀਂ ਮਾਰੀ? ਸਾਰੀ ਉਮਰ ਅਸੀਂ ਉਹ ਪਹਿਲ ਕਰੀ ਜਾਵਾਂਗੇ, ਹੋਰ ਕੋਈ ਸਾਨੂੰ ਪਹਿਲਾਂ ਹੈਲੋ ਕਰੇ ਤਾਂ ਸਵਾਦ ਹੈ। ਚੱਲ ਫਿਰ ਅੱਜ ਮੈਂ ਪਹਿਲ ਕਰ ਦਿੰਦੀ ਹਾਂ ਹੈਲੋ। ਇੰਨੀ ਦੂਰੋਂ ਹੈਲੋ ਮਾਰਨ ਦਾ ਕੀ ਫਾਇਦਾ, ਨੇੜੇ ਆ ਕੇ ਕਹਿਣਾ। ਹੈਲੋ ਪਿਆਰ ਨਾਲ ਕਹਿ ਮਾਰ ਜਾ। ਹੈਲੋ ਵੈਸੇ ਮੇਰਾ ਇੱਕ ਨਾਂ ਵੀ ਹੈ। ਹੈਲੋ ਦੀਪ। ਹਾਏ ਓਏ ਮਰ ਗਿਆ ਦੀਪ। ਸੌਰੀ ਮੈਂ ਚਲਦੀ ਹਾਂ, ਕੁਛ ਹੋ ਗਿਆ ਤੇ ਐਵੇਂ ਮੇਰਾ ਨਾਂ ਲੱਗੂਗਾ। ਓਏ ਉਹ ਗੱਲ ਸੁਣ, ਕਿੱਥੇ ਭੱਜੀ ਜਾਣੀ ਹੈ? ਮਰਿਆਂ ਦਾ ਇਲਾਜ ਤਾਂ ਕਰਦੀ ਜਾ। ਉਹਦੇ ਲਈ ਮੈਨੂੰ ਕੀ ਕਰਨਾ ਪਊ ਤੂੰ ਹੀ ਦੱਸ ਦੇ। ਉਹ ਐ ਨਾ, ਜਦੋਂ ਦਾ ਮੈਂ ਨਵਾਂ ਮੋਟਰਸਾਈਕਲ ਲਿੱਤਾ ਇਹ ਇਕੱਲਾ ਹੀ ਤੁਰੀ ਫਿਰੀ ਜਾਂਦਾ। ਮੈਨੂੰ ਟਿੱਚਰਾਂ ਕਰਦਾ ਹੈ ਕਿ ਤੇਰੇ ਪਿੱਛੇ ਬੈਠਣਾ ਕੋਈ ਸਾਥੀ ਹੈ ਨਹੀਂ। ਕਿਉਂ ਵੀ? ਅੱਛਾ ਤੇਰਾ ਮੋਟਰਸਾਈਕਲ ਬੜਾ ਖਰਾਬ ਹੈ, ਜੇ ਇਹ ਮੈਨੂੰ ਲੈ ਕੇ ਭੱਜ ਗਿਆ ਫਿਰ? ਮੈਂ ਵੀ ਤਾਂ ਹੈਗਾ ਤੇਰੇ ਨਾਲ, ਮੇਰੇ ਤੇ ਭਰੋਸਾ ਨਹੀਂ? ਬਹਿ ਜਾਵਾਂ ਫਿਰ। ਸੋਚ ਕੇ ਬੈਠੀ, ਇੱਕ ਵਾਰੀ ਜੋ ਇਹਦੇ ਉੱਤੇ ਬਹਿ ਜਾਂਦਾ ਨਾ ਇਹ ਉਹਨੂੰ ਮੇਰਾ ਬਣਾ ਦਿੰਦਾ। ਗਈਆਂ ਤੇਰੀ ਹੋ ਸੋਹਣਿਆ, ਲੈ ਮੈਂ ਹੁਣ ਗਈਆਂ ਤੇਰੀ ਹੋ ਸੋਹਣਿਆ, ਲੈ ਮੈਂ ਹੁਣ ਗਈਆਂ ਤੇਰੀ ਹੋ ਸੋਹਣਿਆ, ਲੈ ਮੈਂ ਹੁਣ ਗਈਆਂ ਤੇਰੀ ਹੋ ਸੋਹਣਿਆ, ਅੱਜ ਤੋਂ ਨਹੀਂ ਆਸੀ ਦੋ ਸੋਹਣਿਆ, ਲੈ ਮੈਂ ਹੁਣ ਗਈਆਂ ਤੇਰੀ ਹੋ ਸੋਹਣਿਆ, ਅੱਖੀਆਂ ਤੋਂ ਦੂਰ ਨਾ ਹੋ ਸੋਹਣੀਏ, ਅੱਜ ਤੋਂ ਨਹੀਂ ਆਸੀ ਦੋ ਸੋਹਣੀਏ, ਲੈ ਮੈਂ ਹੁਣ ਗਈਆਂ ਤੇਰੀ ਹੋ ਸੋਹਣਿਆ, ਲੈ ਮੈਂ ਹੁਣ ਗਈਆਂ ਤੇਰੀ ਹੋ ਸੋਹਣਿਆ। ਚਾਚੂ ਫੇਰਾ ਤੈਨੂੰ ਵੇਖਾਂ ਦਿਨ ਚੜ ਜਾਂਦਾ ਤੇਰੇ ਪਾਛ ਨੇਰਾ, ਤੂੰ ਦੀਵਾ ਮੈਂ ਤੇਰੀ ਲੋ
ਆ ਸੋਹਣਿਆ ਲੈ ਮੈਂ ਹੁਣ ਗਈ ਆ ਤੇਰੀ ਹੋ ਸੋਹਣਿਆ ਅੱਜ ਤੋਂ ਨਹੀਂ ਆਸੀ ਦੋ ਸੋਹਣਿਆ ਲੈ ਮੈਂ ਹੁਣ ਗਈ ਆ ਤੇਰੀ ਹੋ ਸੋਹਣਿਆ ਜਿੰਦ ਲਾਈ ਤੇਰੇ ਦੇਖੇ ਮੇਰੇ ਸਿਵਾ ਕੋਈ ਹੋਰ ਨਾ ਵੇਖੇ ਹੋ ਮੈਂ ਜਿੰਦ ਲਾਈ ਤੇਰੇ ਲੇਖੇ ਮੇਰੇ ਸਿਵਾ ਕੋਈ ਹੋਰ ਨਾ ਵੇਖੇ ਸੌਰਵ ਦੀ ਮੈਂ ਚੰਨਾ ਤੇਰੇ ਪਿਆਰ ਚ ਕਮਲੀ ਹੋਈ ਜੀ ਕਰਦਾ ਮੈਨੂੰ ਤੇਰੇ ਬਾਜ ਨਾ ਵੇਖੇ ਕੋਈ ਦਿਲ ਵਿੱਚ ਲਵਾਂ ਮੈਂ ਲਗੋ ਸੋਹਣੀਏ ਅੱਜ ਤੋਂ ਨਹੀਂ ਆ ਅਸੀਂ ਤੋਂ ਸੋਹਣੀਏ ਲੈ ਮੈਂ ਹੁਣ ਗਈ ਆ ਤੇਰੀ ਹੋ ਸੋਹਣਿਆ ਲੈ ਮੈਂ ਹੁਣ ਗਈ ਆ ਤੇਰੀ ਹੋ ਸੋਹਣਿਆ ਕਿਸਮਤ ਨਾਲ ਨੇ ਮਿਲਦੇ ਦਿਲ ਨਾਲ ਸੌਦੇ ਹੋ ਗਏ ਦਿਲ ਦੇ ਇਹ ਦਿਨ ਕਿਸਮਤ ਨਾਲ ਨੇ ਮਿਲਦੇ ਦਿਲ ਨਾਲ ਸੌਦੇ ਹੋ ਗਏ ਦਿਲ ਦੇ ਪਿਆਰ ਨੇ ਐਸਾ ਜਾਦੂ ਕਰਿਆ ਸਮਝ ਰਤਾਨਾ ਇਸ ਤਰ੍ਹਾਂ ਅਸੀਂ ਇੱਕ ਦੂਜੇ ਦੇ ਸਾਹਾਂ ਵਿੱਚ ਸਮਾਏ ਫੁੱਲਾਂ ਵਿੱਚ ਜੀਵੇ ਖੁਸ਼ਬੂ ਸੋਹਣਿਆ ਲੈ ਮੈਂ ਹੁਣ ਗਈ ਆ ਤੇਰੀ ਹੋ ਸੋਹਣਿਆ ਅੱਖੀਆਂ ਤੋਂ ਦੂਰ ਨਾ ਹੋ ਸੋਹਣੀਏ ਅੱਜ ਤੋਂ ਨਹੀਂ ਆ ਅਸੀਂ ਦੋ ਸੋਹਣੀਏ ਲੈ ਮੈਂ ਹੁਣ ਗਈ ਆ ਤੇਰੀ ਹੋ ਸੋਹਣਿਆ ਲੈ ਮੈਂ ਹੁਣ ਗਈ ਆ ਤੇਰੀ ਹੋ ਸੋਹਣਿਆ ਅੱਜ ਤੋਂ ਨਹੀਂ ਆ ਅਸੀਂ ਦੋ ਸੋਹਣਿਆ ਅੱਜ ਤੋਂ ਨਹੀਂ ਆ ਅਸੀਂ ਦੋ ਸੋਹਣਿਆ ਅੱਜ ਦੀ ਰਾਤ ਕਿਵੇਂ ਬੀਤੀ ਪੰਮੀ ਬਾਈ ਹਰਮਨ ਮੇਰੀ ਹੋ ਗਈ ਲਓ ਵੀ ਵੱਡੇ ਵੱਡੇ ਉਸਤਾਦ ਤੁਹਾਡੇ ਸਾਰਿਆਂ ਦੇ ਗਾਣੇ ਸੁਣ ਸੁਣ ਕੇ ਬਣਨ ਤੇ ਆਇਆ ਸਾਂ ਮੈਂ ਸਿੰਗਰ ਤੇ ਕਿਸਮਤ ਨੇ ਮੈਨੂੰ ਬਣਾ ਤਾ ਇੱਥੇ ਆ ਕੇ ਮੈਂ ਇਸਦਾ ਨੌਕਰ ਤੁਹਾਡੇ ਸਾਰਿਆਂ ਦੇ ਗਾਣੇ ਦੇ ਸੁਣਦੀ ਸਾਰੀ ਦੁਨੀਆ ਤੇ ਮੇਰੇ ਗਾਣੇ ਸੁਣਦੇ ਨੇ ਹੋਸਟਲ ਦੇ ਮੁੰਡੇ ਪਰ ਇੱਕ ਗੱਲ ਪੱਕੀ ਹੈ ਜਿੱਦਣ ਇਹਨਾਂ ਮੁੰਡਿਆਂ ਨੇ ਮੈਨੂੰ ਪਾਸ ਕਰਤਾ ਨਾ ਜੀ ਮਾਫ਼ ਕਰਨਾ ਮੇਰੀ ਫੋਟੋ ਵੀ ਤੁਹਾਡੇ ਨਾਲ ਹੀ ਲੱਗ ਜਾਣੀ ਮੈਂ ਨਾ ਕਰਨਾ ਥੋੜੀ ਥੱਲੇ ਲਾਵਾਂਗਾ ਚੰਗਾ ਜੀ ਮੈਨੂੰ ਇਜਾਜ਼ਤ ਦਿਓ ਛੋਟੇ ਭਰਾ ਉਡੀਕਦੇ ਹੋਣਗੇ ਨਾਲੇ ਉਹਨਾਂ ਨੂੰ ਚਾਹ ਪਿਆਇਆ ਵਾਂ ਤੇ ਨਾਲੇ ਆਪਣਾ ਰਿਆਜ਼ ਚੱਲਦਾ ਰਹੂ ਚੱਲ ਬਈ ਗਿੰਦਿਆ ਖੇਡ ਨਸੀਬਾਂ ਦਾ ਕਿੱਥੇ ਸਾਨੂੰ ਲਿਆ ਸੁੱਟਿਆ ਕੀ ਦੋਸ਼ ਗਰੀਬਾਂ ਦਾ ਹੋ ਨਾ ਅੱਖ ਲੱਗਦੀ ਨਾ ਦਿਲ ਲੱਗਦਾ ਜ
जज दियां अखियां लड़ियां जदों दा सबक इश्क दा पढ़िया भुलियां भुल पढ़ाइयां दिल नहीं लगदा कल्या वो दिल नहीं लगदा कल्या वो दिल नहीं लगदा कल्या वो दिल नहीं लगदा कल्या दिल नहीं लगदा कल्या वो दिल नहीं लगदा कल्या अपने आप की होश ना रहिंदी चढ़दी जदों जवानी इस उम्र बिच हर कोई मित्रों लभ लैंदा दिल जानी दिल नहीं लगदा कल्या ओ दिल नहीं लगदा कल्या दिल नहीं लगदा कल्या ओ दिल नहीं लगदा कल्या सब कुछ फुल के चौबी घंटे सुरत सजन विच रहिंदी जागदियां नूं सुपने आउंदे सुत्तियां नींद ना पैंदी सब कुछ फुल के चौबी घंटे सुरत सजन विच रहिंदी दिल नहीं लगदा दिल नहीं लगदा कल्या ओ दिल नहीं लगदा कल्या इश्क दे मांझे सारे इश्क दे मांझे कौन कहे के मुक गए जग तो मजनू मिर्जे राजे अखी वेखो आ बैठे ने सारे इश्क दे मांझे ओ दिल नहीं लगदा कल्या ओ दिल नहीं लगदा कल्या दिल नहीं लगदा कल्या ओ दिल नहीं लगदा कल्या इश्क ना करियो कोई इश्क ना करियो कोई इश्क ना करियो कोई होए ना जोंदे ना मरिया वर्गी कैसी हालत होई कैसी हालत होई कैसी हालत होई कन खोल के सुन लो मित्रो इश्क ना करियो कोई ना जोंदे ना मरिया वर्गी कैसी हालत होई दिल नहीं लगदा इस उम्र बिच हर कोई मित्रो लभ लैंदा दिल जानी दिल नहीं लगदा कल्या दिल नहीं लगदा कल्या दिल नहीं लगदा कल्या दिल नहीं लगदा कल्या लग
ਲੱਗਦਾ ਕੱਲਿਆਂ ਦਿਲ ਨਹੀਂ ਓ ਲੱਗਦਾ ਜੇ ਤੇਰਾ ਦਿਲ ਨਹੀਂ ਲੱਗਦਾ ਤਾਂ ਮੈਂ ਕੀ ਕਰਾਂ ਮੇਰੇ ਕੋਲ ਆ ਸਕਦੀ ਹੈ ਇਸ ਵੇਲੇ ਨਹੀਂ ਸਿਰਫ ਦਿਨ ਵੇਲੇ ਉਹ ਦਿਨ ਤਾਂ ਲੰਘ ਜਾਂਦਾ ਹੈ ਸਮੱਸਿਆ ਤਾਂ ਰਾਤ ਦੀ ਹੈ ਸੌਰੀ ਲੰਘਦੀ ਨਹੀਂ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰ ਨਹੀਂ ਤਾਂ ਮੈਂ ਫੋਨ ਬੰਦ ਕਰ ਦਿਆਂਗੀ ਚਲੋ ਆਪਾਂ ਕੋਈ ਹੋਰ ਗੱਲ ਕਰਦੇ ਹਾਂ ਤੁਸੀਂ ਸੁਣਾਓ ਦਿਲ ਨਹੀਂ ਲੱਗਦਾ ਕਲਿਆ ਉਹ ਦਿਲ ਨਹੀਂ ਲੱਗਦਾ ਕਿਹਦੇ ਨਾਲ ਗੱਲ ਕਰ ਰਹੀ ਸੀ ਉਹ ਮੇਰੀ ਫਰੈਂਡ ਹੈ ਨਾ ਹਨੀ ਬੇਟੀ ਜਵਾਨ ਹੋ ਜਾਏ ਤਾਂ ਉਹਦੀ ਸਭ ਤੋਂ ਪੱਕੀ ਸਹੇਲੀ ਮਾਂ ਹੁੰਦੀ ਹੈ ਜੇ ਮਾਂ ਤੋਂ ਲੁਕਾਏਂਗੀ ਤਾਂ ਸਾਰੀ ਉਮਰ ਪਛਤਾਏਂਗੀ ਕੀ ਨਾਂ ਹੈ ਉਸਦਾ ਦੀਪ ਨਵਦੀਪ ਸਿੰਘ ਫਾਦਰ ਕੀ ਕਰਦੇ ਰਿਟਾਇਰਡ ਮੇਜਰ ਨੇ ਅੱਛਾ ਮਾਮਾ ਦੀਪ ਬਹੁਤ ਚੰਗਾ ਲੜਕਾ ਹੈ ਤੁਸੀਂ ਉਸਨੂੰ ਜ਼ਰੂਰ ਪਸੰਦ ਕਰੋਗੇ ਸਵਾਲ ਸਿਰਫ ਮੇਰੀ ਪਸੰਦ ਦਾ ਨਹੀਂ ਤੇਰੇ ਪਾਪਾ ਨੂੰ ਪਸੰਦ ਆਉਣਾ ਚਾਹੀਦਾ ਹੈ ਪਾਪਾ ਵੀ ਉਸਨੂੰ ਪਸੰਦ ਕਰਾਂਗੇ ਉਹਨਾਂ ਨੇ ਮੈਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦਿੱਤੀਆਂ ਨੇ ਕਦੇ ਕਿਸੇ ਚੀਜ਼ ਲਈ ਨਾ ਨਹੀਂ ਕੀਤੀ ਪਰ ਦੀਪ ਬਾਰੇ ਆਈ ਡੋਂਟ ਨੋ ਬੇਟਾ 25 ਸਾਲਾਂ ਤੋਂ ਮੈਂ ਪੰਜਾਬੀਆਂ ਦੇ ਵਿੱਚ ਰਹਿ ਰਹੀ ਹਾਂ ਇਹਨਾਂ ਦੇ ਦਿਲ ਬਹੁਤ ਵੱਡੇ ਨੇ ਪਰ ਉਹਦੇ ਨਾਲ ਨਾਲ ਇਹਨਾਂ ਦੀ ਈਗੋ ਵੀ ਬਹੁਤ ਵੱਡੀ ਹੈ ਆਪਣੀ ਬੇਟੀਆਂ ਲਈ ਜਾਨ ਦੇ ਸਕਦੇ ਨੇ ਉਹਨਾਂ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇ ਸਕਦੇ ਨੇ ਪਰ ਇੱਕ ਫੈਸਲਾ ਉਹ ਆਪਣੇ ਕੋਲ ਰੱਖਦੇ ਨੇ ਉਹ ਆਪਣੀ ਮਰਜ਼ੀ ਨਾਲ ਵਿਆਹ ਨਹੀਂ ਕਰਾ ਸਕਦੀਆਂ ਹਰਮਨ ਮੈਂ ਉਹਨੂੰ ਮਿਲ ਸਕਦੀ ਹਾਂ ਯੈਸ ਮਮਾ ਤੁਹਾਨੂੰ ਦੀਪ ਬਹੁਤ ਅੱਛਾ ਲੱਗੇਗਾ ਫਿਰ ਤੂੰ ਇੱਕ ਵਾਰੀ ਉਹਨੂੰ ਘਰ ਲੈ ਕੇ ਆ ਕਿਸੇ ਬਹਾਨੇ ਓਕੇ ਮੈਂ ਕੱਲ੍ਹ ਹੀ ਲੈ ਕੇ ਆਵਾਂਗੀ ਥੈਂਕ ਯੂ ਮਮਾ ਲਵ ਯੂ ਮਮਾ ਲਵ ਯੂ ਟੂ हेलो ओ हाय की हो गया स्टार्ट ही नहीं हो रही रुस गई है रुस गई लगती है की करा मैं कोशिश करा नहीं नहीं मेनू पता है एंड स्टार्ट नहीं होना ओ मैं घर जाना सी मैं छोड़ देना इफ यू डोंट माइंड प्लीज क्यों शर्मिंदा करती है प्लीज कह के हैं हुक्म करया कर ਅਜੇ ਹੁਕਮ ਕਰਨ ਵਾਲੀ ਨਹੀਂ ਹੋਈ ਨਾ ਠੀਕ ਹੈ ਕੁਛ ਨਹੀਂ ਮੈਂ ਤਾਂ ਕਹਿੰਦਾ ਤੇਰੀ ਜੀਪ ਰੋਜ਼ ਹੀ ਖਰਾਬ ਹੋਏ ਤੇ ਚੰਗਾ ਠੀਕ ਹੈ ਕੁਛ ਨਹੀਂ ਮੇਰੇ ਬਾਈਕ ਨੂੰ ਨਾ ਬੁਡਾਰੀ ਜੀ ਮਾਰਨ ਦੀ ਆਦਤ ਹੈਗੀ ਹੈ ਘੁੱਟ ਕੇ ਪੜੀ ਹੋਰ ਘੁੱਟ ਕੇ ਹੋਰ ਹਾਂ ਮੈਂ ਚੱਲਾਂ ਨਹੀਂ ਮੰਮੀ ਡੈਡੀ ਬੈਠੇ ਨੇ ਆ ਮਿਲਾਵਾਂ ਨਹੀਂ ਮੈਂ ਨਿਕਲਦਾ ਨਹੀਂ ਆ ਨਾ ਮੰਮਾ ਦਿਸ ਇਜ਼ ਨਵਦੀਪ ਹੈਲੋ ਬੇਟਾ ਮਾਈ ਕਲਾਸਮੇਟ ਨਮਸਤੇ ਉਹ ਮੇਰੀ ਜੀਪ ਖਰਾਬ ਹੋ ਗਈ ਸੀ ਸੋ ਹੀ ਇਜ਼ ਕਮ ਟੂ ਡ੍ਰੌਪ ਮੀ ਆ ਬੇਟਾ ਬੈਠੋ ਬਸ ਆਂਟੀ ਥੈਂਕ ਯੂ ਮੈਂ ਨਿਕਲ ਆਂਟੀ
ਨਹੀਂ ਜਨੀ ਬਾ ਫੇਰ ਕਦੇ ਸੀ ਨਾਈਸ ਗਾਨ ਅੰਕਲ ਮੈਂ ਨਿਕਲਾ ਅੱਛਾ ਜੀ ਨਮਸਤੇ ਬਾਏ ਬਾਏ ਸਵੇਰੇ ਕਾਲਜ ਮਿਲਾਂਗੇ ਹਾਂ ਸਵੇਰੇ ਕਾਲਜ ਸੀ ਯੂ ਗੋਗਲ ਵਾਲਾ ਹਰਮਨ ਨੂੰ ਕਿਉਂ ਛੱਡਣ ਆਇਆ ਸੀ ਉਹਨੇ ਦੱਸਿਆ ਨਾ ਜੀਪ ਖਰਾਬ ਹੋ ਗਈ ਸੀ ਆਟੋ ਰਿਕਸ਼ਾ ਚ ਨਹੀਂ ਆ ਸਕਦੀ ਸੀ ਅਰੇ ਕਮਾਲ ਕਰੋ ਚੋ ਆਪਣੀ ਬੇਟੀ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ ਸਾਰਾ ਦਿਨ ਲੜਕੋਂ ਕੇ ਸਾਥ ਰਹਤੀ ਹੈ ਅਭੀ ਪਿਕਨਿਕ ਪੇ ਹੋ ਕੇ ਆਈ ਹੈ ਕੋਈ ਲੜਕਾ ਉਸੇ ਛੱਡਣ ਆ ਵੀ ਗਿਆ ਤਾਂ ਕੀ ਫਰਕ ਪੈਂਦਾ ਹੈ ਮੈਨੂੰ ਨਹੀਂ ਪਸੰਦ ਹੈ ਸਭ ਕੁਝ ਅੱਜ ਘਰ ਛੱਡਣ ਆਇਆ ਕੱਲ ਲੰਚ ਤੇ ਲੈ ਜਾਊਗਾ ਪਰਸੋਂ ਸਿਨੇਮਾ ਦਿਖਾਊਗਾ ਫੇਰ ਆਪਣੀ ਧੀ ਪੇ ਭਰੋਸਾ ਨਹੀਂ ਔਰ ਦੋਨੋਂ ਸਿਨੇਮਾ ਦੇਖਣ ਚਲੇ ਵੀ ਗਏ ਤਾਂ ਕੀ ਹੋ ਜਾਊ ਦਿਮਾਗ ਠੀਕ ਹੈ ਤੇਰਾ ਪੂਰਾ ਚੰਡੀਗੜ੍ਹ ਮੈਨੂੰ ਜਾਣਦਾ ਹੈ ਮੇਰੀ ਦਿਨ ਉਹ ਸਿਨੇਮਾ ਦਿਖਾਣ ਲੈ ਜਾਊਗਾ ਆਪਣੇ ਦਿਨ ਭੁੱਲ ਗਏ ਸਾਰਾ ਸਾਰਾ ਦਿਨ ਮੁਝ ਮੋਟਰਸਾਈਕਲ ਪੇ ਬਿਠਾ ਕੇ ਅਹਿਮਦਾਬਾਦ ਮੇ ਘੁਮਾਤੇ ਥੇ ਬਾਦਚ ਫਿਲਮ ਵੀ ਦੇਖਦੇ ਸੀ ਸਾਡੀ ਗੱਲ ਹੋਰ ਸੀ ਤੇ ਇਹਨਾਂ ਦੀ ਗੱਲ ਹੋਰ ਕਿਸੇ ਹੋ ਗਈ ਉਹ ਤੇਰਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਆਈ ਡੋਨਟ ਲਾਈਕ ਦਿਸ ਕਾਈਂਡ ਆਫ ਅ ਜੋਕ ਸਾਡਾ ਵਿਆਹ ਵੀ ਹੋ ਗਿਆ ਸੀ ਹੋ ਸਕਦਾ ਹੈ ਇਹਨਾਂ ਦਾ ਵੀ ਵਿਆਹ ਹੋ ਜਾਵੇ ਵਿਆਹ ਪਾਗਲ ਹੋ ਗਈ ਹੈ ਤੂੰ ਮੈਂ ਕਿਹਾ ਨਾ ਮੈਨੂੰ ਇਸ ਤਰ੍ਹਾਂ ਦਾ ਮਜ਼ਾਕ ਪਸੰਦ ਨਹੀਂ ਮੇਰੀ ਮਰਜ਼ੀ ਦੇ ਬਗੈਰ ਕੋਈ ਮੁੰਡਾ ਇਸ ਘਰ 'ਚ ਕਦਮ ਨਹੀਂ ਰੱਖ ਸਕਦਾ ਕਹਿ ਦੀ ਹਰਮਨ ਨੂੰ ਜਾ ਕੇ हे भगवान तुसी पंजाबी बात का बतंगड़ बहुत बनाते हो अरे हरमन हजे पढ़ रही है कोई आसमान नहीं टूटने लगा चाय पियो ठंडी हो रही है और दिमाग को भी ठंडा करो दिमाग किस तरह ठंडा करा जिन्हों अपनी छोटी जी बच्ची समझदा सी आज पता लग गया कि वो जवान हो गई केडी आसानी नाल गल करनी पेगी ओदा मुंडा अमेरिका च डॉक्टरी कर रहे हैं और गल सुन गोगलां वाला मुंडा दोबारा मैनू इस घर च नजर नहीं आना चाहिए आई डोंट लाइक दिस अरे एक ही होया मम्मा की मैं पापा नु ऐने गुस्से च कदी नहीं देखा तू नहीं समझेगी बेटा तू ना घबरा मैं गल करांगी तेरे पापा नाल पर एक गल दसा मैंने दीप अच्छा लगया बट नो प्रॉमिसेस बेटा आखिरी फैसला तेरे डैडी दा ही होगा ਓ ਤੂੰ ਕਮਾਲ ਕਰਦੀ ਹੈ ਬ੍ਰਿਗੇਡ ਦਾ ਮੁੰਡਾ ਅਮਰੀਕਾ ਚ ਸੈਟਲ ਹੈ ਹਰਮਨ ਖੁਸ਼ ਰਹੇਗੀ ਬਸ ਕਿਵੇਂ ਖੁਸ਼ ਰਹੇਗੀ ਨਾ ਲੜਕਾ ਹਰਮਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਨਾ ਹਰਮਨ ਉਸ ਨੂੰ ਜਾਣਦੀ ਹੈ ਓਏ ਇੰਨਾ ਕਾਫੀ ਨਹੀਂ ਕਿ ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਸੀਂ ਜਾਣਦੇ ਹਾਂ ਲੜਕੇ ਦੇ ਪੇਰੈਂਟਸ ਨੂੰ ਲੜਕੇ ਨੂੰ ਨਹੀਂ ਕੀ ਪਤਾ ਲੜਕੇ ਦੇ ਮਨ ਵਿੱਚ ਕੋਈ ਹੋਰ ਹੋਵੇ ਅਮਰੀਕਾ ਰਹਿੰਦਾ ਹੈ ਵਿਆਹ ਹਰਮਨ ਨੇ ਕਰਨਾ ਹੈ ਸਾਨੂੰ ਉਹਦੀ ਪਸੰਦ ਵੀ ਪੁੱਛਣੀ ਚਾਹੀਦੀ ਨਾ ਹਰਮਨ ਹਜੇ ਬੱਚੀ ਹੈ ਉਹਨੂੰ ਕੀ ਪਤਾ ਦੁਨੀਆਦਾਰੀ ਕੀ ਚੀਜ਼ ਹੈ ਉਹਦੀ ਤਾਂ ਕੋਈ ਵੀ ਉਂਗਲੀ ਫੜ ਕੇ ਲੈ ਜਾ ਸਕਦਾ ਉਹਦੇ ਵਿਆਹ ਦਾ ਫੈਸਲਾ ਮੈਂ ਕਰਾਂਗਾ ਹੇ ਜਲਰਾਮ ਬਾਪਾ ਹਜੇ ਮੁੰਡੇ ਨੂੰ ਮਿਲੇ ਵੀ ਨਹੀਂ ਉਹ ਕੈਸਾ ਹੈ ਫੈਮਿਲੀ ਕੈਸੀ ਹੈ ਬਸ ਫੈਸਲਾ ਪਹਿਲੇ ਹੀ ਕਰ ਲਿਆ ਮੁੰਡੇ ਨੂੰ ਦੇਖ ਤੋ ਲੋ ਅੱਛਾ ਲਗੇ ਤਾਂ ਵਿਆਹ ਕਰ ਲੋ ਨਹੀਂ ਤਾਂ ਫਿਰ ਜਵਾਬ ਦੇ ਦਿਓ ਇਹਦੀ ਕੋਈ ਗਲਤ ਬਾਤ ਤਾਂ ਨਹੀਂ ਹੈ ਨਾ ਵੈਸੇ ਤੁਸੀਂ ਮੁੰਡੇ ਨੂੰ ਦੇਖ ਚੁੱਕੇ ਹੋ ਅੱਛਾ ਛੱਡਣ ਵਾਸਤੇ ਆਇਆ ਸੀ ਉਹ ਗੋਗਲਸ ਵਾਲਾ ਜਿਹੜਾ ਮੋਟਰਸਾਈਕਲ ਤੇ ਆਇਆ ਸੀ ਹਾਂ ਹਾਂ ਓਏ ਓਏ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੈਂ ਉਹਨੂੰ ਗੋਲੀ ਮਾਰ ਦੇਣੀ ਸੀ ਕੰਟਰੋਲ ਕਰੋ ਕਰਨਲ ਸਾਹਿਬ ਅੱਜ ਕੱਲ ਦੇ ਬੱਚਿਆਂ ਨਾਲ ਜ਼ਬਰਦਸਤੀ ਨਹੀਂ ਕਰ ਸਕਦੇ ਜੋ ਵੀ ਗੱਲ ਕਰਨੀ ਹੈ ਪਿਆਰ ਸੇ ਵੀ ਕੀਤੀ ਜਾ ਸਕਦੀ ਹੈ ਹਰ ਇੱਕ ਗੱਲ ਸੁਣ ਲਓ ਹਰਮਨ ਦੀ ਜ਼ਿੰਦਗੀ ਦਾ ਫੈਸਲਾ ਅਸੀਂ ਉਹਦੀ ਸਲਾਹ ਬਿਨਾਂ ਨਹੀਂ ਕਰ ਸਕਦੇ गुड मॉर्निंग पापा अरमन हाँ जी गल सुन बेटा तू साड़ी एको एक धी है तेरे सिवा साड़ा और कोई भी नहीं है सिर्फ तेरे लिए जिंदे हाँ सी पर बाप वांग मैं भी चाहना हाँ कि तेनू जिंदगी दिया सारिया खुशियां मिलन पर ਜ਼ਿੰਦਗੀ ਦੇ ਫੈਸਲੇ ਇੰਨੇ ਆਸਾਨ ਨਹੀਂ ਹੁੰਦੇ ਆਈ ਹੋਪ ਯੂ ਅੰਡਰਸਟੈਂਡ ਦੈਟ ਮੁੰਡਾ ਕੱਲ੍ਹ ਆਇਆ ਸੀ ਕੀ ਨਾਂ ਉਹਦਾ ਜੀ
नवदीप। नवदीप की करदा ओदा फादर? आजकल पिंड च रहंदे ने, वैसे आर्मी दे रिटायर्ड मेजर ने। ओह, मतलब मेरे कोल जूनियर है। की ना ओदा? मैं पूछया नहीं। आई एम सॉरी पापा। कोई गल नहीं, नवदीप दे फादर नु जरा मैनू मिल ले आके। हां, but I don't promise anything. Yes papa, main jaawa. Yeah. तो बहुत मिलनी है तुम्हें। हाय, एक मिनट, सॉरी। आया मैं ना, तो चलते से। हाय हाय, हाँ ना। ओ, ता दस। जी मैं तेनु बहुत बढ़िया खबर सुनावा, ता मैनु की नाम देवेंगा? नाम ता की है, जो जी खबर हो जाए ना। सोच ले, फिर ना मुकरी। मुकरन वाले दिन ता सी जम्मे ही नहीं है, हैं? तू गल दस। सेरी जदो मैं कॉलेज आ रही थी ना, तो मेरे पापा कहंदे, दीप ते डैडी नु कही कि मैनू आके मिलन। उन्हां नु की लोड़ पैगी मेरे डैडी दी ना? की आही खबर सुनाने जी? हां, क्या पता नहीं की गल होगी। मतलब चल ठीक है, नहीं तो ना सही। ओए गलता सुन हरमन, गलता सुन, मैं मजाक कर रही थी यार, गलता सुन। एक कोई गल नहीं मजाक करने वाली। आई एम सॉरी, मैं तो सिर्फ ये देखना चाहता सीगा कि तू रोंदी कितनी सोहनी लगती है। और भी सोहनी लगती है, स्माइल माड़ा जा हो। ए होई ना गल, हुन तेरी समस्या तो खत्म हो गई, ते मेरी शुरू। किवें? तेरे पापा दा स्नेहा मेरे डैडी ते पुछाऊगा कौन? तू और कौन? तू मेरे डैडी नु नहीं जानदी, ओ गल बाद च करदे ने, आ पहला तैयार होंदा। एना डरदा अपने डैड तो? असी अपने पेरेंट्स दी रिस्पेक्ट जी करदे हां, तुसी भावे उनु डर के लो भावे कोई। मैनु लगदा है प्रॉब्लम सिर्फ कुड़ियां दी हुंदी है, तुसी मुंडे भी। मतलब ठीक है, फिर सोच ले, नहीं तो फिर वो अमेरिका वाला तो है ही। ओ क्यों जान कटती है, मैं जा रहा हूं। मेरा ही नाम। ਪਾ ਫੇਰ ਆ ਗਏ ਹਾਂ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕੀ ਗੱਲ ਵੀਰੇ, ਹਫਤੇ 'ਚ ਦੂਜਾ ਚੱਕਰ, ਸਾਡੀ ਇੰਨੀ ਯਾਦ ਆਉਣ ਲੱਗ ਪਈ ਆ? ਉਹ ਮੈਂ ਸੋਚਿਆ ਕਿਉਂ ਨਾ ਮੈਂ ਜਾ ਕੇ ਤੇਰਾ ਬਰਥਡੇ ਗਿਫਟ ਦੇਵਾਂ। ਹੈ, ਤੁਸੀਂ ਸਪੈਸ਼ਲੀ ਇੱਥੇ ਮੇਰਾ ਬਰਥਡੇ ਗਿਫਟ ਦੇਣ ਆਏ ਹੋ? ਤੇ ਹੋਰ, ਇਹ ਤੇ ਹੋ ਨਹੀਂ ਸਕਦਾ, ਨਾਲੇ ਮੇਰਾ ਬਰਥਡੇ ਤੇ ਅਜੇ 2 ਮਹੀਨੇ ਬਾਅਦ ਆ। ਕਿਉਂ ਬਰਥਡੇ ਗਿਫਟ ਐਡਵਾਂਸ 'ਚ ਨਹੀਂ ਦੇ ਸਕਦੇ? ਹੈ, ਆ ਵੇ ਤੇਰਾ ਲੇਟੈਸਟ MP3 ਪਲੇਅਰ। ਓ ਮਾਈ ਗੋਡ, ਤੇ ਆਏ ਦੇ ਹੈੱਡਫੋਨ। ਹੁਣ ਤਾਂ ਮੈਨੂੰ ਬਿਲਕੁਲ ਯਕੀਨ ਨਹੀਂ ਹੋ ਰਿਹਾ, ਤੁਸੀਂ MP3 ਮੇਰੇ ਵਾਸਤੇ ਲੈ ਕੇ ਆਏ ਹੋ। ਥੈਂਕ ਯੂ ਬ੍ਰਦਰ। ਓਏ ਬ੍ਰਦਰ, ਥੈਂਕ ਯੂ। ਪਸੰਦ ਆਇਆ? ਹਾਂ, ਬਹੁਤ ਜ਼ਿਆਦਾ। ਹੁਣ ਤੂੰ ਇੱਧਰ ਆ ਤੇ ਗੱਲ ਸੁਣ। ਗਿਫਟ ਤਾਂ ਤੂੰ ਲੈ ਲਿਆ, ਹੁਣ ਤੈਨੂੰ ਮੇਰਾ ਇੱਕ ਕੰਮ ਵੀ ਕਰਨਾ ਪਊਗਾ। ਵੀਰੇ, ਆ ਗਿਫਟ ਲਿਆ ਕੇ ਰਿਸ਼ਵਤ? ਇੱਕ ਤਾਂ ਗਿਫਟ ਲਿਆ ਕੇ ਦੋ, ਉੱਤੋਂ ਇਹਨਾਂ ਦੀ ਗੱਲਾਂ ਸੁਣੋ। ਛੋਟਾ ਜਿਹਾ ਕੰਮ ਨਹੀਂ ਕਰ ਸਕਦੀ ਤੂੰ? ਮੇਰਾ ਚਾਹੀਦਾ ਕਿ ਨਹੀਂ? ਨਹੀਂ ਨਹੀਂ ਨਹੀਂ, ਚਾਹੀਦਾ ਹੈ, ਚਾਹੀਦਾ ਹੈ। ਦੱਸੋ ਕੀ ਕੰਮ ਹੈ? ਗੱਲ ਹੈ, ਮੇਰੇ ਨਾਲ ਇੱਕ ਕੁੜੀ ਪੜ੍ਹਦੀ ਸੀ। ਹਾਂ, ਮੈਨੂੰ ਪਤਾ ਆ, ਤੁਹਾਡੇ ਨਾਲ ਬਹੁਤ ਸਾਰੀਆਂ ਕੁੜੀਆਂ ਪੜ੍ਹਦੀਆਂ ਕਾਲਜ ਵਿੱਚ। ਗੱਲ ਤਾਂ ਸੁਣਿਆ ਕਰ, ਵਿੱਚੇ ਸ਼ੁਰੂ ਹੋ ਜਾਂਦੀ ਹੈ। ਹੈ, ਮੈਂ ਤੈਨੂੰ ਦੱਸਿਆ ਸੀ ਨਾ, ਮੇਰੇ ਨਾਲ ਇੱਕ ਕੁੜੀ ਪੜ੍ਹਦੀ ਹੈ, ਹਰਮਨ। ਹਾਂ ਹਾਂ, ਉਹਦੇ ਨਾਲ ਮੇਰਾ, ਤੂੰ ਤਾਂ ਸਮਝਦੀ ਹੈ ਨਾ? ਹਾਂ, ਸਮਝ ਰਹੀ ਹਾਂ। ਹੁਣ ਮੈਂ ਤਾਂ ਡੈਡ ਨਾਲ ਗੱਲ ਕਰ ਨਹੀਂ ਸਕਦਾ, ਤੈਨੂੰ ਤਾਂ ਪਤਾ ਹੀ ਹੁੰਦਾ।
तू क्यों नहीं आलनी पानी उन्होंने नल गाल छेड़ी हुई डैडी ना है ना मैं और आ तक अपना MP3 मैं कोड कट नहीं खानी डैडी को लो गलता सुन खड़ जा एमी क्यों नाराज हुई जानी है अले ले ले हुन अपने वीर दा काम तू नहीं करेगी तो फिर कौन करूगा हाँ भी मैं मर जावा कितना भोला जे बन के खड़ा हो गया प्लीज जीती तेरे बिना मेरा ये काम कोई नहीं कर सकता प्लीज अच्छा की करिए फिर हाँ इतना करते हैं मैं ना जाके बीजी ना गल करती हूँ ते बीजी आप फिर डैडी ना गल कर लेंगे कमाल होगी मेरी बहन इतनी सियाणी होगी चलिए फिर तू चल मैं आऊंगा तुसी भी चलो ना नाल तू चलना बीजी बीजी हाँ एक ना प्रॉब्लम आ गई है की प्रॉब्लम आ गई बीजी जब मेरा विवाह हो गया तो फिर थोड़ा दिल किवें लग्या करूगा मैं तेरे वीर दा विवाह कर दूं तो फिर कर दियो ना किदा तेरा या तेरे वीर दा बीजी वीरे दा ओदे लई सानू कोई कुड़ी भी तो पसंद आवे बीजी कुड़ी ना मैं पसंद कर लई आ कुड़ी तू पसंद कर ले कौन आ हो ओ ना ओ जंगी चल तू अंदर जाके काम कर बीजी ओ ना वीरे नाल कॉलेज विच पढ़ती है अच्छा दीप ने मैनू दस्या ही नहीं समझा करो ना बीजी तुहाडी कोलों संगदा है ओ ना बाहर खड़ा है बाहर खड़ा तू मैनू दस्या ही नहीं घर आया होया दीप दीप तू आया मैंने दस्या ही नहीं तेरी कौन बीजी जिंदे रहो आ जीती की कहंदी है की कहंदी कोई कुड़ी है तेरे नाल पढ़दी है कुड़ी मेरे नाल एवी बकवास मारी जांदी मैं कुछ नहीं किया हां इतना वड्डा झूठ हुणे बार मैनू की कहंदे सी बीजी यही सारा कुछ कहण वास्ते ना इत्थे आए ने ते क्यों लड़दी है मैनू पुछन दे कुड़ी कौन है ओ इना दे नाल पढ़दी है मैं तैनू पुछया ਉਹਦਾ ਨਾਂ ਕੀ ਹੈ ਹਰਮਨ ਜਿੱਤੀ ਓਹੋ ਬੀਜੀ ਇਹਨਾਂ ਨੇ ਤੁਹਾਨੂੰ ਕੁਝ ਨਹੀਂ ਦੱਸਣਾ ਦੁਸਣਾ ਜੋ ਕੁਝ ਪੁੱਛਣਾ ਮੇਰੇ ਕੋਲ ਪੁੱਛੋ ਉਹ ਇਹਨਾਂ ਦੀ ਕਲਾਸ ਪੜ੍ਹਦੀ ਹੈ ਨਾਮ ਹੈ ਹਰਮਨ ਹੈ ਉਹਨਾਂ ਵਿਆਹ ਕਰਾਉਣਾ ਚਾਹੁੰਦੇ ਨੇ ਡੈਡੀ ਨੂੰ ਦੱਸਣ ਤੋਂ ਡਰਦੇ ਨੇ ਇਸੇ ਕਰਕੇ ਸਾਰਾ ਕੁਝ ਮੈਨੂੰ ਕਰਨਾ ਪੈ ਰਿਹਾ ਤੂੰ ਚੁੱਪ ਨਹੀਂ ਕਰਦੀ ਬੇਟਾ ਕੁੜੀ ਵਾਲੇ ਕੌਣ ਨੇ ਜੀ ਉਹ ਵੀ ਆਰਮੀ 'ਚ ਸੀ ਰਿਟਾਇਰਡ ਕਰਨਲ ਉਹ ਚਾਹੁੰਦੇ ਨੇ ਕਿ ਡੈਡੀ ਉਹਨਾਂ ਨਾਲ ਜਾ ਕੇ ਗੱਲ ਕਰ ਪਰ ਪ੍ਰੋਬਲਮ ਇਹ ਆ ਕਿ ਹੁਣ ਡੈਡੀ ਨੂੰ ਦੱਸੂਗਾ ਕੌਣ ਤੇ ਨਾਲੇ ਬੀਜੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਮੈਨੂੰ ਨਾ ਇਹ ਸਾਰਾ ਕੁਝ ਦੱਸਣ ਵਾਸਤੇ ਨਾ MP3 ਦੀ ਰਿਸ਼ਵਤ ਦਿੱਤੀ ਹੋਈ ਸੀ ਤੈਨੂੰ ਤਾਂ ਮੈਂ ਬਾਅਦ ਚ ਦੇਖਦਾ ਅੱਛਾ ਮੇਰੇ ਲਈ ਵੀ ਕੁਝ ਲੈਣਾ ਸੀ ਇੱਕ ਮਾਂ ਹੀ ਮਿਲੀ ਹੈ ਫ੍ਰੀ ਕੰਮ ਕਰਾਉਣ ਲਈ ਇੱਕ ਮਾਂ ਹੀ ਤਾਂ ਹੁੰਦੀ ਹੈ ਜਿਹਨੂੰ ਕਿਸੇ ਰਿਸ਼ਵਤ ਦੀ ਲੋੜ ਨਹੀਂ ਹੁੰਦੀ ਬੀਜੀ ਜ਼ਰਾ ਸੋਚ ਸਮਝ ਕੇ ਕੰਮ ਕਰਿਓ ਬਹੁਤ ਖਤਰਾ ਜੀ ਇਹੋ ਜਿਹੇ ਪੁੱਤਰ ਲਈ ਤਾਂ ਮੈਂ 100 ਜਨਮ ਮਾਰ ਦਿਆਂ ਤੂੰ ਘਬਰਾ ਨਾ ਪੁੱਤਰ ਮੈਂ ਤੇਰੇ ਪਾਪਾ ਨਾਲ ਆਪ ਗੱਲ ਕਰਾਂਗੀ ਥੈਂਕ ਯੂ ਜੀ ਜਗਿਆ ਜਗ ਜਮਿਆ ਤੇ ਮਿਲਣ ਵਧਾਈਆਂ ਜਗ ਜਮਿਆ ਸਰਦਾਰਨੀ ਬਈ ਅੱਜ ਬਹੁਤ ਚੰਗਾ ਦਿਨ ਹੈ ਅੱਜ ਪਿੰਡ ਦਾ ਕਾਲਜ ਮਨਜ਼ੂਰ ਹੋ ਗਿਆ ਲੈ ਮੂੰਹ ਮਿੱਠਾ ਕਰਾ ਲਓ ਜੀ ਮੂੰਹ ਮਿੱਠਾ ਕਰੋ ਤੁਹਾਨੂੰ ਪਤਾ ਅੱਜ ਨਵਦੀਪ ਇੱਥੇ ਕਿਉਂ ਆਇਆ ਕਿਸੇ ਬੁਸੀ ਲੈਣਾ ਆਇਆ ਨਾ ਦੇ ਦੇ ਜੋ ਮੰਗਦਾ ਹੈ ਨਹੀਂ ਨਹੀਂ ਤੁਹਾਡੇ ਨਾਲ ਕੋਈ ਹੋਰ ਗੱਲ ਕਰਨੀ ਚਾਹੁੰਦਾ ਕਰੇ ਨਾ ਤੁਹਾਡੇ ਕੋਲੋਂ ਡਰਦਾ ਹੈ ਲੈ ਮੈਂ ਇਹਨੂੰ ਅੱਜ ਤੱਕ ਕੁਝ ਕਿਹਾ ਜੋ ਡਰਦਾ ਨਹੀਂ ਨਹੀਂ ਸੰਗਦਾ ਸੰਗਦਾ ਇਹੋ ਜੀ ਕਿਹੜੀ ਗੱਲ ਹੈ ਜੋ ਮੇਰੇ ਕੋਲੋਂ ਸੰਗਦਾ ਅਸਲ ਵਿੱਚ ਉਹਦੇ ਨਾਲ ਇੱਕ ਕੁੜੀ ਪੜ੍ਹਦੀ ਹੈ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ ਉਹਦੇ ਨਾਲ ਕੁੜੀ ਪੜ੍ਹਦੀ ਉਹਦੇ ਬਾਰੇ ਗੱਲ ਕਰਨਾ ਹੈ ਕਿੱਥੇ ਹੋ ਮੈਂ ਗੱਲ ਕਰਦਾ ਉਹਦੇ ਨਾਲ ਪੂਰੀ ਗੱਲ ਤਾਂ ਸੁਣ ਲਓ ਪਹਿਲਾਂ ਉਹ ਮੈਂ ਗੱਲ ਬਾਅਦ ਚ ਸੁਣੂ ਪਹਿਲੇ ਬੁਲਾ ਕਿੱਥੇ ਹੋ ਕਿਉਂ ਉਹਦੇ ਪਿੱਛੇ ਬਹਿ ਕੇ ਕਿਉਂ ਗੁੱਸਾ ਕਰੀ ਜਾ ਰਹੇ ਹੋ ਓਏ ਗੁੱਸਾ ਕਰੀ ਜਾਣਾ ਸਿਰ ਝਾੜ ਕੇ ਰੱਖਿਆ ਮੁੰਡੇ ਨੂੰ ਓਏ ਹੋਏ ਦੀਪ ਆ ਜਾਂਦਾ ਹੁਣੇ ਕਿਉਂ ਉਹਦੇ ਪਿੱਛੇ ਬਹਿ ਗਿਆ ਗੱਲ ਤਾਂ ਸੁਣ ਲਓ ਪਹਿਲਾਂ ਮੇਰੀ ਪੂਰੀ ਤਰ੍ਹਾਂ ਜ਼ਿਆਦਾ ਨਾ ਸਮਝਾਉਣ ਦੀ ਕੋਸ਼ਿਸ਼ ਕਰ ਦੀਪ ਰੁਕ ਜਾਓ ਨਾ ਇਹਨਾਂ ਗੁੱਸਾ ਕਰਦਾ ਸਾਰੇ ਪਿੰਡ ਨੂੰ ਇਕੱਠਾ ਕਰਨਾ ਜ਼ਿਆਦਾ ਜਵਾਨੀ ਚੜੀ ਉਹਨੂੰ ਦੇਖਾਂ ਮੈਂ ਕਿੱਥੇ ਦੀਪ ਓਏ ਬਾਹਰ ਹੈ ਜੀ ਉਧਰ ਓਏ ਦੀਪ ਹਾਂਜੀ ਇਧਰ ਆਵੇ ਕੀ ਸੁਣਿਆ ਮੈਂ ਕਿਹੜੀ ਕੁੜੀ ਬਾਰੇ ਗੱਲ ਕਰਨੀ ਤੂੰ ਮੇਰੇ ਨਾਲ ਕੁੜੀ ਕਿਹੜੀ ਕੁੜੀ ਮੈਂ ਤਾਂ ਕਿਸੇ ਕੁੜੀ ਨੂੰ ਜਾਣਦਾ ਤੇ ਫਿਰ ਕਿਹਨੇ ਕਿਹਾ ਮੈਨੂੰ ਤਾਂ ਜਿੱਤੀ ਨੇ ਦੱਸਿਆ ਸੀ
ਜੀਤੀ ਡੈਡੀ ਮੈਨੂੰ ਨਹੀਂ ਕੁਝ ਪਤਾ ਮੈਂ ਨਹੀਂ ਕੁਝ ਆਖਿਆ ਗੱਲ ਸੁਣ ਲਓ ਪੁੱਤਰਾ ਇਹੋ ਜੀ ਗੱਲ ਦੁਬਾਰਾ ਮੇਰੇ ਕੰਨੀ ਨਹੀਂ ਪੈਣੀ ਚਾਹੀਦੀ ਨਹੀਂ ਤੇ ਕਾਲਜ ਛੁੜਾ ਕੇ ਪਿੰਡ ਬੁਲਾ ਲਊਂਗਾ ਤੇ ਟਰੈਕਟਰ ਤੇ ਪਾ ਦੂੰਗਾ ਜਿਹੜੇ ਕੰਮਾਂ ਚ ਪੈ ਗਿਆ ਪੜ੍ਹਾਈ ਅਜੇ ਪੂਰੀ ਹੋਈ ਨਹੀਂ ਕਿਸੇ ਕੰਮ ਜੋਗਾ ਹੋਇਆ ਨਹੀਂ ਕੁੜੀਆਂ ਦੇ ਮਗਰ ਤੁਰਿਆ ਫਿਰਦਾ ਬੰਦਾ ਬਣ ਜਾ ਬੰਦਾ ਜੰਗੀ ਚੱਲ ਗੱਡੀ ਲਾ ਮੇਰੀ ਅੱਛਾ ਜੀ ਤੁਸੀਂ ਤਾਂ ਇੱਕਦਮ ਟੁੱਟ ਕੇ ਪੈ ਜਾਂਦੇ ਹੋ ਅਗਲੇ ਦੀ ਪੂਰੀ ਗੱਲ ਤਾਂ ਸੁਣ ਲਿਆ ਕਰੋ ਅਸਲ ਵਿੱਚ ਮੈਨੂੰ ਇਹ ਰਿਸ਼ਤਾ ਚੰਗਾ ਲੱਗਿਆ ਤੈਨੂੰ ਜੇ ਤੈਨੂੰ ਚੰਗਾ ਲੱਗਿਆ ਸੀ ਤੂੰ ਕਹਿੰਦੀ ਉਹ ਮੁੰਡੇ ਨੂੰ ਕਹਿੰਦੀ ਕੀ ਲੋੜ ਸੀ ਉਹਨੇ ਤਾਂ ਆਪਣੀ ਰਾਏ ਦਿੱਤੀ ਸੀ ਤਾਂ ਕੀ ਹੋ ਗਿਆ ਤੁਹਾਡੇ ਤੋਂ ਬਾਹਰ ਤਾਂ ਨਹੀਂ ਗਿਆ ਉਹ ਸਭ ਠੀਕ ਹੈ ਵਿਆਹ ਦੀ ਗੱਲ ਉਹ ਨਹੀਂ ਕਰ ਸਕਦਾ ਇਹ ਉਹਦਾ ਕੰਮ ਨਹੀਂਗਾ ਇਹ ਅਸੀਂ ਦੇਖਣਾ ਹੈ ਅਸੀਂ ਫੈਸਲਾ ਕਰਨਾ ਕਿ ਕੁੜੀ ਦੀ ਫੈਮਿਲੀ ਕੈਸੀ ਹੈ ਉਹ ਸਾਡਾ ਨਿਭਾ ਸਕਦੀ ਹੈ ਕਿ ਨਹੀਂ ਨਿਭਾ ਸਕਦੀ ਉਹਨੇ ਤਾਂ ਇਸ ਲਈ ਗੱਲ ਕੀਤੀ ਸੀ ਕਿ ਕੁੜੀ ਦੇ ਮਾਂ ਪਿਓ ਕੁੜੀ ਨੂੰ ਅਮਰੀਕਾ ਚ ਬਹਿਣਾ ਚਾਹੁੰਦੇ ਨੇ ਕੁੜੀ ਨੇ ਆਪ ਬੁਲਾ ਕੇ ਮੁੰਡੇ ਨੂੰ ਕਿਹਾ ਕਿ ਤੂੰ ਆਪਣੇ ਘਰਦਿਆਂ ਨਾਲ ਗੱਲ ਕਰ ਲੈ ਨਹੀਂ ਤਾਂ ਮੈਨੂੰ ਵਿਆਹ ਦੇਣਗੇ ਬਾਹਰ ਜਿੱਥੇ ਮਰਜ਼ੀ ਵਿਆਹ ਦੇਣ ਸਾਨੂੰ ਕੀ ਸਾਡੇ ਮੁੰਡੇ ਚ ਕੋਈ ਘਾਟ ਹੈ ਬਥੇਰੇ ਰਿਸ਼ਤੇ ਜੀ ਜਰਾ ਸੋਚ ਕੇ ਬੋਲਿਆ ਕਰੋ ਹਰ ਵੇਲੇ ਮੁੰਡੇ ਨੂੰ ਜਿਵੇਂ ਡਾਂਟਦੇ ਰਹਿੰਦੇ ਹੋ ਮੈਨੂੰ ਤਾਂ ਡਰ ਲੱਗਦਾ ਨਾ ਜਵਾਨ ਮੁੰਡਾ ਤੂੰ ਉਹਦੀ ਮਰਜ਼ੀ ਕਰਨ ਦਿਆਂ ਐ ਨਹੀਂ ਮੈਂ ਹੋਣ ਦੇਣਾ ਮਰਜ਼ੀ ਕਿੱਥੇ ਉਹ ਤਾਂ ਤੁਹਾਡੇ ਇਜਾਜ਼ਤ ਲੈਣ ਆਇਆ ਸੀ ਕੀ ਕਰਦਾ ਕੁੜੀ ਦਾ ਪਿਓ ਆਰਮੀ ਦਾ ਰਿਟਾਇਰਡ ਕਰਨਲ ਹੈ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸੁਣਦੇ ਹੋ ਤੁਸੀਂ ਤੁਹਾਡੇ ਨਾਲ ਗੱਲ ਕਰੋ ਉੱਠ ਕੇ ਬਾਹਰ ਚਲੇ ਜਾਂਦੇ ਗੁੱਸੇ ਨਾਲ ਤੈਨੂੰ ਇੰਨੇ ਦਿਨ ਹੋ ਗਏ ਨੇ ਮੇਰੇ ਨਾਲ ਰਹਿੰਦਿਆਂ ਹਾਲੇ ਤੱਕ ਤੈਨੂੰ ਇਹ ਸਮਝ ਨਹੀਂ ਆਈ ਇੱਕ ਫੌਜੀ ਅਫਸਰ ਤੇ ਉਹ ਵੀ ਜੱਟ ਉਹਨੂੰ ਗੱਲ ਕਿਵੇਂ ਸਮਝਾਉਣੀ ਚਾਹੀਦੀ ਤੁਹਾਨੂੰ ਤਾਂ ਮੈਂ ਸਾਰੀ ਉਮਰ ਨਹੀਂ ਸਮਝ ਸਕੀ ਮਿੰਟ ਚ ਇੱਧਰ ਮਿੰਟ ਚ ਉੱਧਰ ਨਾ ਤੂੰ ਕਿਹੜੀ ਘੱਟ ਹੈ ਮੂੰਹ ਉੱਧਰ ਕਰਕੇ ਬਹਿ ਗਈ ਹੈ ਐ ਤੇ ਤੂੰ ਵੀ ਜੱਟੀ ਨਾ ਉਹ ਬੱਸ ਕਰ ਹੁਣ ਰਗੜੀ ਹੋ ਜਾਂਦੇ ਨੇ ਬਾਈ ਜੀ ਸ਼ੀਸ਼ੇ ਵਾਂਗੂ ਚਮਕਾ ਦੂੰ ਚਿੰਤਾ ਨਾ ਕਰੋ ਤੁਸੀਂ ਚੰਗਾ ਬਾਈ ਜੀ ਚੰਦਰ ਆਪਣਾ ਖਿਆਲ ਰੱਖੀ ਜੀ ਚੰਗਾ ਡੇ ਗੱਲ ਸੁਣ ਜੀ ਤੇਰੀ ਮਾਂ ਕਹਿੰਦੀ ਸੀ ਕੁੜੀ ਦਾ ਪਿਓ ਕਰਨਲ ਹਾਂਜੀ ਕੀ ਨਾਮ ਜੀ ਕਰਨਲ ਠਾਕੁਰ ਸਿੰਘ ਕਰਨਲ ਠਾਕੁਰ ਸਿੰਘ ਹਾਂਜੀ ਉਹ ਤੁਹਾਡੀ ਆਰਡੀਨੈਂਸ ਜੀ ਸੀਗੀ ਰਹਿੰਦਾ ਹੁਣ ਚੰਡੀਗੜ੍ਹ ਰਹਿੰਦੇ ਨੇ ਉਹਨੂੰ ਆਖੀ ਮੈਨੂੰ ਆ ਕੇ ਮਿਲੇ ਐਕਚੁਲੀ ਡੈਡੀ ਉਹ ਚਾਹੁੰਦੇ ਸੀਗੇ ਕਿ ਤੁਸੀਂ ਜਾ ਕੇ ਉਹਨਾਂ ਨੂੰ ਮਿਲੋ ਮੰਨਿਆ ਉਹ ਕਰਨਲ ਹੈ ਤੇ ਮੈਂ ਮੇਜਰ ਲੇਕਿਨ ਮੈਂ ਮੁੰਡੇ ਦਾ ਪਿਓ ਹਾਂ ਬਾਈ ਉਹਨੇ ਗੱਲ ਕਰਨੀ ਸੀ ਤੇ ਖੁਦ ਆ ਕੇ ਮਿਲਦਾ ਤੈਨੂੰ ਭੇਜਦਾ ਉਹ ਕਰਨਲ ਨੂੰ ਆਖੀ ਜੇ ਕੁੜੀ ਬਾਰੇ ਗੱਲ ਕਰਨੀ ਹੈ ਤਾਂ ਖੁਦ ਇੱਥੇ ਆ ਕੇ ਮੇਜਰ ਬਲਵਿੰਦਰ ਸਿੰਘ ਬਰਾੜ ਦੇ ਨਾਲ ਗੱਲ ਕਰੇ ਨਾਲੇ ਮੇਰਾ ਤਾਂ ਉੱਥੇ ਜਾਣਾ ਬਣਦਾ ਹੀ ਨਹੀਂ ਸਰਦਾਰਨੀ ਅਸੀਂ ਮੁੰਡੇ ਵਾਲੇ ਹਾਂ ਬਾਈ ਬਿਲਕੁਲ ਤੂੰ ਸਮਝਿਆ ਨਾ ਮੇਰਾ ਪੁਆਇੰਟ ਸਮਝ ਗਿਆ ਯੂ ਅੰਡਰਸਟੈਂਡ ਬਿਲਕੁਲ ਸਮਝ ਗਿਆ ਅੱਛਾ ਬੀਜੀ ਮੈਂ ਨਿਕਲਦਾ ਵੈਰੀ ਫਨ ਚੰਗਾ ਡੈਡੀ ਪੜ੍ਹਾਈ ਚੰਗੀ ਕਰੀ
फर्स्ट क्लास पास होना है। तेरा प्यो मेजर रिटायर हो गया सर, तू जनरल बनना है। कोशिश करेंगे। वेरे 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 एक मिनट गुड़ 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 पिन्निया तुसी फिर पोल चले सी आलो अपनी पिन्निया। ओहो मैं सोचता जे मेरी प्यारी जी भैन ना होंदी ता मेरा ख्याल कौन रखदा हैं। उठ ही जाके मेनू फोन जरूर करना ठीक है। चंगा जी फिर सरदारनी फौजी तो खुश है ना हूं। दस ना की गल हो गई सब ठीक ठाक है ना। मेरे दिल नु कुछ होंदा है प्लीज जल्दी दस ना। मेरी जान ही निकल गई सी की होया होना की सी। मैं जाके अपनी भैन नु दस्या भैन ने जाके बीजी नु दस्या बीजी ने जाके डैडी नु दस्या पहला मड़ जाओ खड़ जाएगा फिर मैं उन्होंने क्या मैं क्या कर्नल दी कुड़ी है चुप कर गए। मतलब सारी गल हो गई बिल्कुल हो गई आप छड़ दें हैं। मेरे डैडी ने तेरे डैडी नु करे बुलाया की मतलब की प्रोग्राम च माड़ी जी ओ चेंज है। मेरे डैडी कहंदे ने कुड़ी वाले नु साडे नाल आके गल करनी पऊगी ए तां दुनिया दा दस्तूर है आपां मुंडे वाले आ भाई। तू मैनू फिर टेंशन च पा दित्ता मैं दोबारा पापा नु किवें आखांगी। सोच ले जे साडे नाल व्याह कराना है फिर इन्नी की टेंशन तो लैनी पऊ तैनू। मेरा दिल तो हुण तो ही टक 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 करन लग गया। अच्छा मैं देखा जावे। नवदीप दे फादर ठीक ही कहंदे ने अब लड़की वाले आना ते जाना तो अपना ही बंदा है। ओए तू एवी दे सोच मैं कर्नल ते ओ मेजर मैं ओदे घर जावा ओ भी ओदे पिंड च। पंजाब दे पिंड हुन पिंड नहीं रहे सब कुछ बदल चुका है। हां पिंड बदल गए ने पर पिंड दे बंदे नहीं बदले ओथे दे ओथे खड़े ने। अयो गल होई ना कि आपा कुड़ी वाले ते ओ मुंडे वाले पर आजकल दियां कुड़ियां मुंडियां दे बराबर हो गईयां ने एंड माय चाइल्ड इज बेस्ट इन द वर्ल्ड। पर ओथे जाण विच हर चीज की है। मैं कुछ नहीं सुनना चाहंदा मैं ओदे घर नहीं जावांगा। दैट मेजर शुड कम टू माय हाउस कह दे उनू जे रिश्ता चाहिदा है ते मेरे घर आवे एंड दैट्स माय ऑर्डर। ਅਸਤਾ ਚੰਗੇ ਫਸੇ ਹੋਏ ਆ ਯਾਰ। ਮੇਰੇ ਡੈਡੀ ਕਹਿੰਦੇ ਨੇ ਕਿ ਹਰਮਨ ਦੇ ਡੈਡੀ ਨੂੰ ਆ ਕੇ ਰਿਸ਼ਤਾ ਮੰਗਣਾ ਚਾਹੀਦਾ ਹੈ। ਹਰਮਨ ਦੇ ਡੈਡੀ ਕਹਿੰਦੇ ਨੇ ਕਿ ਮੁੰਡੇ ਵਾਲੇ ਨੂੰ ਆ ਕੇ ਰਿਸ਼ਤਾ ਮੰਗਣਾ ਚਾਹੀਦਾ ਹੈ। ਕਰੀਏ ਤਾਂ ਕੀ ਕਰੀਏ ਇਹਨਾਂ ਦੋਵਾਂ ਨੂੰ ਮਿਲਾਈਏ ਕਿਵੇਂ। ਯਾਰ ਚੰਗੇ ਪਿਓ ਨੇ ਦੋਨੋਂ। ਯਾਰ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਆਖਿਰ ਇਹਨਾਂ ਦੋਨਾਂ ਪਿਓਾਂ 'ਚ ਲੜਾਈ ਕੀ ਹੈ। ਯਾਰ ਆਪਣੇ ਮੁੰਡੇ ਕੁੜੀ ਬਾਰੇ ਨਹੀਂ ਸੋਚਦੇ ਐਵੇਂ ਫਾਲਤੂ ਦੀ ਆਪਣੀ ਆਪਣੀ ਈਗੋ ਲਈ ਬੈਠੇ ਨੇ। ਲੈ ਇਹ ਕੀ ਗੱਲ ਹੋਈ ਇੱਕ ਕਹਿੰਦਾ ਤੂੰ ਸ਼ਹਿਰ ਦਾ ਦੂਜਾ ਕਹਿੰਦਾ ਪਿੰਡ ਦਾ। ਅਰ ਗੱਲ ਵੱਲ ਕੁਛ ਨਾ ਮੰਨਦੇ ਦੋਨੋਂ ਦੋਨੇ ਆਪਣੇ ਤਾਊ ਤੇ ਬੱਤੀ ਅੜੀ ਅਲੱਗ ਹੈ ਯਾਰ। ਇਸੇ ਕਰਕੇ ਕਹਿੰਦੇ ਆ ਕਿ ਪ੍ਰਾਤ ਦੇ ਨਾਲ ਇੱਕ ਸਿਆਣਾ ਬੰਦਾ ਹੋਣਾ ਬਹੁਤ ਲਾਜ਼ਮੀ ਹੁੰਦਾ ਹੈ। ਤਾਂ ਹੀ ਮੈਂ ਯੂਨੀਵਰਸਿਟੀ ਨਹੀਂ ਛੱਡ ਕੇ ਜਾਂਦਾ ਯਾਰ। ਮੈਂ ਅੱਜ ਚਲਾ ਜਾਵਾਂ ਤੁਹਾਡੇ ਕੋਲ ਵਾਲੀਵਾਸ ਨਹੀਂ ਰਹਿਣਾ ਇੱਥੇ। ਹੁਣ ਐਡਾ ਕੰਪਲੀਕੇਟਡ ਮਸਲਾ ਹੋ ਚੁੱਕਾ ਨਾ ਇਹਦਾ ਹੱਲ ਕੋਈ ਸਿਆਣਾ ਬੰਦਾ ਹੀ ਕਰ ਸਕਦਾ। ਆਬਵੀਅਸਲੀ ਮੈਨੂੰ ਕੁਝ ਸੋਚਣਾ ਪੈਣਾ। ਦੇਖ ਬੇ ਰੰਗੀਲਿਆ ਅਸੀਂ ਤੇਰੀ ਬਹੁਤੀ ਇੱਜ਼ਤ ਤਾਂ ਕਰਦੇ ਨਹੀਂ ਪਰ ਜੇ ਤੂੰ ਵਾਕਈ ਕੋਈ ਜੁਗਾੜ ਕੱਢ ਦੇ ਨਾ ਤਾਂ ਤੇਰਾ ਖਾਧਾ ਪੀਤਾ ਸਭ ਮਾਫ਼। ਐਦਾਂ ਕਰੋ ਮੇਰਾ ਬਰਥਡੇ ਮਨਾ ਦਿਓ। ਓਏ ਕਿਉਂ ਮਜ਼ਾਕ ਕਰਦਾ ਹੈ ਤੇਰੇ ਬਰਥਡੇ ਨੇ ਦੱਸ ਇਹਨਾਂ ਦਾ ਕੀ ਲੈਣਾ ਦੇਣਾ। ਨਹੀਂ ਸਮਝਿਆ ਨਾ ਬਸ ਇਹੋ ਹੀ ਫਰਕ ਹੀ ਤੇਰੇ 'ਚ ਤੇ ਰੰਗੀਲੇ 'ਚ। ਮੇਰਾ ਮਨਾਵਾਂਗੇ ਬਰਥਡੇ ਮੇਰੇ ਬਰਥਡੇ 'ਤੇ ਆਪਾਂ ਦੀਪ ਦੇ ਮਾਂ ਪਿਓ ਵੀ ਬੁਲਾ ਲਾਂਗੇ ਅਤੇ ਇਹਦੇ ਮੰਮੀ ਡੈਡੀ ਵੀ ਬੁਲਾ ਲਾਂਗੇ। ਜਦੋਂ ਮੇਰੇ ਬਰਥਡੇ 'ਤੇ ਦੋਵਾਂ ਦੇ ਮਾਂ ਪਿਓ ਹੋ ਕੇ ਇਕੱਠੇ ਪੈ ਗਈਆਂ ਕਿ ਨਹੀਂ ਆਪੋ 'ਚ ਜਫੀਆਂ ਕਰਦਾ ਕਿ ਨਹੀਂ ਮਸਲਾ ਹੱਲ। ਤੁਸੀਂ ਤਾਂ ਸਾਡਾ ਦਿੱਲੀ ਜਿੱਤ ਲਿਆ ਬਾਈ ਜੀ ਤੁਸੀਂ ਤਾਂ ਵਾਕਈ ਰੰਗੀਲਾ ਨਿਕਲੇ। ਅਸਲੀ ਰੰਗੀਲਾ ਤਾਂ ਮਿੱਤਰ ਪਿਆਰਿਆ ਮੈਂ ਉਦੋਂ ਬਣੂ ਜਦੋਂ ਮੇਰੀ ਮਿੰਨੀ 'ਤੇ ਮੇਰਾ ਰੰਗ ਚੜੇ। ਤੁਸੀਂ ਫਿਰ ਆਪਣੀ ਗੱਲ ਲੈ ਕੇ ਬਹਿ ਗਏ ਹੁਣ ਸਾਡਾ ਕੰਮ ਤਾਂ ਹੋ ਲੈਣ ਦੋ ਹੈਂ। ਹੁਣ ਇਹ ਵੀ ਦੱਸੋ ਪਾਰਟੀ ਕਦੋਂ ਕਰਨੀ। ਉਹ ਕਹਿੰਦੇ ਹੁੰਦੇ ਆ ਭਈ ਨੇਕ ਕੰਮ 'ਚ ਦੇਰ ਨਹੀਂ ਕਰੀਦੀ ਹੁੰਦੀ ਆਉਂਦੇ ਸੰਡੇ ਪਾਰਟੀ ਰੱਖ ਲੈਂਦੇ ਆ। ਹੋਰ ਵਾਹ ਵੇ ਰੰਗੀਲਿਆ ਕਮਾਲ ਹੀ ਕਰਤੀ ਯਾਰ ਤੇ ਤਾਂ। ਥੈਂਕ ਯੂ ਰੰਗੀਲਾ ਜੀ। ਹੌਲੀ ਹੌਲੀ ਪਤਾ ਲੱਗੂ ਰੰਗੀਲਾ ਚੀਜ਼ ਕੀ ਹੈ। ਧੰਨਵਾਦ ਬਜ਼ੁਰਗ ਭਾਈ। ਬੱਲੇ ਬੱਲੇ ਰੰਗੀਲਾ ਭਾਈ ਥੈਂਕ ਯੂ ਵੈਰੀ ਮੱਚ। So, Mr. Rangila, I must thank you for inviting us for your birthday party.
ਬਈ ਸਾਡੀ ਆਰਮੀ 'ਚ ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਟ੍ਰੈਡੀਸ਼ਨਸ ਨੇ ਜਿਵੇਂ ਯੂ ਮਸਟ ਆਲਵੇਜ਼ ਰਿਸਪੈਕਟ ਯੂਅਰ ਸੀਨੀਅਰਸ ਦਰਅਸਲ ਅੰਕਲ ਸਾਡੀ ਤਾਂ ਸਾਰੀ ਫੈਮਿਲੀ ਆਰਮੀ ਅਫਸਰਾਂ ਨਾਲ ਭਰੀ ਪਈ ਹੈ ਅੱਛਾ ਗੁੱਡ ਗੁੱਡ ਅੰਕਲ ਮੇਰੇ ਤਾਂ ਆਰਮੀ ਵਿੱਚ ਤੋਪਚੀ ਸੀ ਤੋਪਚੀ ਮਾਈ ਗੋਡ ਤੋਪਚੀ ਵੈਰੀ ਗੁੱਡ ਬਈ ਵੈਰੀ ਗੁੱਡ ਉਹ ਅੰਕਲ ਜੀ ਤੁਹਾਨੂੂੰ ਨਹੀਂ ਪਤਾ ਇਹਦੇ ਤਾਊ ਜੀ ਵੱਡੀ ਤੋਪ ਮੋਢੇ ਤੇ ਚੁੱਕੇ ਦੌੜ ਜਾਂਦੇ ਸੀ ਮੋਢੇ ਤੇ ਚੁੱਕਿਆ ਗੁੱਡ 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 ਯਾਰ ਵੈਰੀ ਗੁੱਡ ਬੜੇ ਤਗੜੇ ਅੰਕਲ ਜੀ ਇਹਦੇ ਤਾਊ ਜੀ ਅੱਜ ਵੀ ਇਹਨੂੰ ਮੋਢਿਆਂ ਤੇ ਚੁੱਕ ਕੇ ਖੇਤਾਂ 'ਚ ਦੌੜ ਲੈਂਦੇ ਆ ਗ੍ਰੇਟ ਤਾਊ ਦੈਟਸ ਵੈਰੀ ਗੁੱਡ ਬਈ ਆਰਮੀ ਪੀਪਲ ਆਰ ਵੈਰੀ ਸਟਰੋਂਗ ਇਨ ਫੈਕਟ ਤੁਸੀਂ ਆਰਮੀ ਜੁਆਇਨ ਕਰੋ ਯੂ ਵਿਲ ਮੇਕ ਅ ਗੁੱਡ ਆਫੀਸਰ ਅੰਕਲ ਮੈਂ ਆਰਮੀ ਕਿਦਾਂ ਜੁਆਇਨ ਕਰ ਸਕਦਾ ਜੀ ਯੂਨੀਵਰਸਿਟੀ ਛੱਡਾਂ ਤੇ ਆਰਮੀ ਜੁਆਇਨ ਕਰਾਂ ਭਾਈ ਯੂਨੀਵਰਸਿਟੀ 'ਚ ਤਾਂ ਦੋ ਤਿੰਨ ਸਾਲਾਂ ਵਾਸਤੇ ਹੋ ਉਹਦੇ ਬਾਅਦ ਤਾਂ ਛੱਡਣੀ ਪਏਗੀ ਨਾ ਨਹੀਂ ਦਰਅਸਲ ਅੰਕਲ ਚੱਕਰ ਇਹ ਜੀ ਕਿ ਮੈਂ ਤਾਂ ਭਾਵੇਂ ਕੰਬਲ ਛੱਡ ਦਿਆਂ ਜੀ ਪਰ ਉਹ ਕੰਬਲ ਮੈਨੂੰ ਨਹੀਂ ਛੱਡਦਾ ਜੀ ਤੁਹਾਨੂੰ ਕੀ ਦੱਸੀਏ ਜੀ ਕਿਹੜੀ ਕਮਿਟਮੈਂਟ ਕਰੀ ਬੈਠੇ ਆ ਕੰਬਲ ਨਾਲ ਕਮਿਟਮੈਂਟ ਹੈਗੀ ਹੈ ਭਾਈ ਅੱਜ ਕੱਲ ਤੇ ਮੇਰੀ ਕਮਿਟਮੈਂਟ ਇਜ਼ ਬਾਈ ਮਾਈ ਬਿਊਟੀਫੁਲ ਗੁਜਰਾਤੀ ਵਾਈਫ ਗੀਤਾ ਰਾਣੀ ਛੱਡੋ ਜੀ ਬੱਚੋਂ ਕੇ ਸਾਥ ਬੈਠ ਕੇ ਤੁਸੀਂ ਵੀ ਬੱਚੇ ਬਣ ਜਾਂਦੇ ਹੋ ਡਾਰਲਿੰਗ ਆਪਾਂ ਬੱਚਿਆਂ ਨਾਲ ਨਹੀਂ ਬਜ਼ੁਰਗਾਂ ਮੇਰਾ ਮਤਲਬ ਜਵਾਨਾਂ ਨਾਲ ਬੈਠੇ ਆ ਐਗਜ਼ੈਕਟਲੀ ਅੰਕਲ ਤੁਸੀਂ ਤੇ ਸਾਰੇ ਮੁੰਡਿਆਂ ਨਾਲੋਂ ਵੀ ਜਵਾਨ ਲੱਗ ਰਹੇ ਹੋ ਬਸ ਆ ਥੋੜੀ ਜਿਹੀ ਜਗਰਾ ਮੁੱਛਾਂ ਛੋਟੀਆਂ ਕਰਾ ਲਓ ਨਾ ਬਿਲਕੁਲ ਮੁੰਡੇ ਖੁੰਡੇ ਲੱਗੋਗੇ ਮੁੱਛਾਂ ਤੇ ਅਟੈਕ ਕਰਨਲ ਠਾਕਰ ਸਿੰਘ ਦੀਆਂ ਮੁੱਛਾਂ ਤੇ ਅਟੈਕ ਮੈਂ ਤੈਨੂੰ ਕੀ ਲੱਗਦਾ ਮੈਂ ਰੋਟੀ ਨੂੰ ਚੋਟੀ ਕਹਿੰਦਾ ਟੁੱਟੇ ਛਿੱਤਰ ਵਾਂਗ ਵੱਧਦਾ ਜਾ ਰਿਹਾ ਗੱਲ ਦੀ ਐਕਟਿੰਗ ਤੇ ਕਮਾਲ ਵੇਖਿਆ ਜੀ ਉਹ ਮੈਨੂੰ ਸਭਾ ਦਾ ਤੇਰੇ ਬਾਰੇ ਚ ਯੂ ਆਰ ਅ ਪਰਮਨੈਂਟ ਮੈਂਬਰ ਆਫ ਪੰਜਾਬ ਯੂਨੀਵਰਸਿਟੀ ਫੋਰ ਦਾ ਲਾਸਟ 10 ਇਅਰਸ ਤੇਰਾ ਫੌਜੀ ਬੰਦਾ ਕੋਈ ਚਾਂਸ ਹੀ ਨਹੀਂ ਹੈ ਨਾ ਯਾਰ ਤੋਪ ਵਾਲਾ ਬੰਦਾ ਕੌਣ ਹੈ ਜੀ ਅੱਛਾ ਤੁਸੀਂ ਸੀਗੇ ਜੀ ਅੱਛਾ ਜੀ ਤੁਹਾਡੇ ਤਾਊ ਜੀ ਤੋਪ ਲੈ ਕੇ ਕੰਧਿਆਂ ਤੇ ਅੱਗੇ ਚੱਲਦੇ ਸੀ ਤੋਪ ਦੀ ਸ਼ਕਲ ਦੇਖੀ ਕਦੇ ਦਰਅਸਲ ਅੰਕਲ ਗੱਲ ਇਹ ਜੇ ਕਿ ਬਸ ਅਸੀਂ ਫੜੇ ਗਏ ਜੀ ਪਹਿਲੇ ਵੀ ਕਿਸੇ ਫੌਜੀ ਨਾਲ ਮਜ਼ਾਕ ਕੀਤਾ ਤੇ ਫੌਜੀ ਦਾ ਮਜ਼ਾਕ ਨਾ ਉਡਾਇਆ ਕਦੋਂ ਖਾਸ ਕਰ ਕਰਨਲ ਠਾਕਰ ਸਿੰਘ ਦਾ ਪਰ ਅਦਰਵਾਈਜ਼ ਯੂ ਆਰ ਆਲ ਗੁੱਡ ਪੀਪਲ ਐਸੀ ਗੱਲ ਨਹੀਂ ਹੈਗੀ ਦੇਖਿਆ ਡਰ ਕੇ ਸਾਰੇ ਵੈਰੀ ਨਾਈਸ ਪਲੇਸ ਦੀਪ ਕਿਹਦਾ ਹੋਟਲ ਹੈ ਇਹ ਗੋਲਫ ਕੋਰਸ ਹੈ ਜੀ ਹਾਂ ਤਾਂ ਹੀ 15-20 ਏਕੜ ਚ ਹੋਏਗਾ ਘੱਟ ਤੋਂ ਘੱਟ ਹਾਂ ਵੈਰੀ ਗੁੱਡ ਪਲੇਸ ਮੁੱਛਾਂ ਵਾਲਾ ਗਾਣਾ ਸੁਣਾਵਾ ਨਾ ਐਕਸਕਿਊਜ਼ ਮੀ ਐਕਸਕਿਊਜ਼ ਮੀ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਈ ਪੁੱਤਰ ਜੀ ਅਸੀਂ ਲੇਟ ਤੀ ਨਹੀਂ ਹੋਏ ਨਾ ਠੀਕ ਹੈ ਜੀ ਬਈ ਜੋਨਾ ਤੁਹਾਡੇ ਜੋ ਬਰਥਡੇ ਕਿਦਾ ਹੈ ਇਹਨਾਂ ਦਾ ਹੀ ਹੈ ਜੀ ਅੱਛਾ 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 ਡੈਡੀ ਇਹ ਕਰਨਲ ਠਾਕੁਰ ਸਿੰਘ ਇਹ ਤੇਰਾ ਪਿਓ ਹੈ ਹਾਂਜੀ ਬੜਾ ਹੀ ਥਰਡ ਕਲਾਸ ਪਿਓ ਹੈ ਜ਼ਬਾਨ ਸੰਭਾਲ ਕੇ ਗੱਲ ਕਰੋ ਏ ਤੇਰੀ ਕਲਾਸ ਵਿੱਚ ਮੈਂ ਅਜੇ ਭੁੱਲਿਆ ਨਹੀਂ ਗਾ ਤੂੰ ਮੈਨੂੰ ਮੇਰੀ ਕਲਾਸ ਸਮਝਾਏਗਾ ਪੇਂਡੂਆ ਪਲੀਜ਼ ਪਾਪਾ ਕੀ ਕਰ ਰਹੇ ਹੋ ਚੁੱਪ ਕਰ ਤੇਰੀ ਕੁੜੀ ਹੈ ਕੋਈ ਸ਼ੱਕ ਨਾ ਸ਼ੱਕ ਸੀਗਾ ਹੁਣ ਦੂਰ ਤੈਨੂੰ ਪਤਾ ਸੀ ਮੇਰੇ ਬਾਰੇ ਇਸ ਲਈ ਤੂੰ ਰਿਸ਼ਤਾ ਮੰਗਾ ਮੇਰੇ ਘਰ ਨਹੀਂ ਆਇਆ ਹੁਣ ਸਮਝ ਆਏ ਜੀ ਇਸ ਲਈ ਕਹਿੰਦਾ ਸੀ ਕਿ ਮੁੰਡੇ ਦਾ ਪਿਓ ਤੇਰੇ ਘਰ ਆ ਕੇ ਕੁੜੀ ਦਾ ਰਿਸ਼ਤਾ ਮੰਗੇ ਤਾਂ ਕਿ ਤੂੰ ਆਪਣੇ ਘਰ ਬੁਲਾ ਕੇ ਮੇਰੀ ਬੇਇੱਜ਼ਤੀ ਕਰ ਸਕੇ ਸ਼ਰਮ ਕਰੋ ਸ਼ਰਮ ਆਪਣੇ ਮੁੰਡੇ ਦਾ ਨਾਮ ਮੇਰੀ ਕੁੜੀ ਨਾਲ ਲਾ ਕੇ ਮੈਨੂੰ ਬਦਨਾਮ ਕਰਨਾ ਚਾਹੁੰਦਾ ਹੈ ਤੂੰ ਪਹਿਲਾਂ ਸਾਮ ਆਪਣੀ ਕੁੜੀ ਨੂੰ ਖਬਰਦਾਰ ਜੋ ਮੇਰੀ ਕੁੜੀ ਵੱਲ ਉਂਗਲ ਚੁੱਕੀ ਤੇ ਖਵਾਸ ਬੰਦ ਕਰ ਨਹੀਂ ਤੇ ਮਾਰਿਆ ਜਾਏਗਾ ਆ ਗਿਆ ਨਾ ਆਪਣੀ ਆਈ ਤੇ ਮਰਨ ਮਾਰਨ ਦੇ ਇਲਾਵਾ ਕੋਈ ਹੋਰ ਕੰਮ ਆਉਂਦਾ ਤੈਨੂੰ ਤੇਰੀ ਪਤੀਆਂ ਸੁਣ ਲਈਆਂ ਨੇ ਅਜੀਆਂ ਓਏ ਇਹਨੂੰ ਲੈ ਜਾਏ ਥੋਣੀ ਤਾਂ ਕੁਝ ਹੋ ਜਾਏਗਾ ਅੱਜ ਬੱਚਾ ਤੂੰ ਮੈਂ ਡਰਦਾ ਤੇਰੇ ਕੋਲੋਂ ਪਾਪਾ ਪਲੀਜ਼ ਪਲੀਜ਼ ਚੁੱਪ ਜਾ ਕਿਉਂ ਲੋਕਾਂ ਸਾਹਮਣੇ ਤਮਾਸ਼ਾ ਕਰਨ ਲੱਗੇ ਹੋ ਚਲੋ ਤਮਾਸ਼ਾ ਕਰਨ ਦਾ ਕੀ ਮਤਲਬ ਹੈ ਤੇਰਾ ਮੈਂ ਤੇਰੇ ਕੋਲ ਡਰ ਕੇ ਚਲਾ ਜਾਵਾਂ ਬਸ ਡੈਡੀ ਪਲੀਜ਼ ਚਲੋ ਚਲੋ ਕਾਲਜ ਵਿੱਚ ਨਹੀਂ ਆਰਮੀ ਚ ਵੀ ਇਹਨੇ ਪਿੱਛਾ ਨਹੀਂ ਛੱਡਿਆ ਮੇਰਾ ਬਲਡੀ ਹੀ ਯੂਜ਼ ਟੂ ਇਰੀਟੇਟ ਮੀ
ਪਿੰਡੂ ਗਾਂ ਹਸਪਤਾਲ ਤੇ ਮੈਂ ਇੱਕ ਦਿਨ ਦੋਨੋਂ ਫੜਿਆ ਸਾਲਿਓ ਤਾਂ ਕਿ ਮੇਰੀ ਰਿਪੋਰਟ ਕਰ ਦਿੱਤੀ ਸੀ ਉਹਨੂੰ ਸੀ ਉਹਦੀ ਭੈਣ ਨੇ ਵਿਆਹ ਕਰਾਇਆ ਸੀ ਮੇਰੀ ਏਸੀ ਆ ਖਰਾਬ ਕਰਵਾ ਕੇ ਮੇਰਾ ਪ੍ਰਮੋਸ਼ਨ ਰੁਕਵਾਇਆ ਇਹਨੇ ਉਸ ਤੋਂ ਬਾਅਦ ਖੁਦ ਪ੍ਰਮੋਟ ਹੋ ਕੇ ਕਰਨਲ ਬਣ ਕੇ ਮੇਰੇ ਉੱਤੇ ਹੱਲ ਗਿਆ ਤੇ ਮੈਨੂੰ ਇੰਨਾ ਇੰਨਾ ਤੰਗ ਕੀਤਾ ਇਹਨੇ ਇੰਨਾ ਤੰਗ ਕੀਤਾ ਇਹਨੇ ਕਿ ਪ੍ਰੀ ਮੈਚੁਰ ਰਿਟਾਇਰਮੈਂਟ ਲੈਣੀ ਪਈ ਹੀ ਹੈ ਸਬੋਟਾਜ ਮਾਈ ਮੈਂ ਇਹਨੂੰ ਕਦੇ ਮਾਫ਼ ਨਹੀਂ ਕਰ ਸਕਦਾ ਇਹਦੇ ਕਰਕੇ ਮੈਨੂੰ ਵਿਸ਼ੇਸ਼ ਸੇਵਾ ਮੈਡਲ ਨਹੀਂ ਮਿਲਿਆ ਸੀ ਬਾਕੀ ਅਫਸਰਾਂ ਨਾਲ ਮਿਲ ਕੇ ਮੇਰੀ ਸ਼ਿਕਾਇਤ ਕਰਦਾ ਸੀ ਇਹ ਮੇਜਰ ਤੋਂ ਕਰਨਲ ਹੀ ਬਣ ਸਕਿਆ ਉਹਦੇ ਵਾਸਤੇ ਮੈਨੂੰ ਕਸੂਰਵਾਰ ਠਹਿਰਾਉਂਦਾ ਸੀ ਮੇਰੀ ਬਦਕਿਸਮਤੀ ਦੇਖੋ ਕਾਲਜ ਮੇਰੇ ਨਾਲ ਪੜ੍ਹਦਾ ਸੀ ਪਤਾ ਹੈ ਕਾਲਜ ਚ ਸਮਾਨ ਕਿਹਦੇ ਤੇ ਲੈ ਕੇ ਆਇਆ ਸੀ ਟਰੈਕਟਰ ਤੇ ਸ਼ਹਿਰ ਵਾਲਿਆਂ ਨੂੰ ਮਾੜਾ ਸਮਝਦਾ ਸੀ ਮੇਰੇ ਨਾਲ ਇਸ ਲਈ ਔਖਾ ਹੁੰਦਾ ਸੀ ਕਿ ਮੈਨੂੰ ਅੰਗਰੇਜ਼ੀ ਆਉਂਦੀ ਸੀ ਤੈਨੂੰ ਨਹੀਂ ਕੈਨ ਯੂ ਇਮੇਜਿਨ ਪੁੱਤਰ ਤੂੰ ਬਚ ਗਈ ਹੈ ਇਹਨੇ ਤੇਰੀ ਜ਼ਿੰਦਗੀ ਨਰਕ ਬਣਾ ਦੇਣੀ ਸੀ ਅੱਜ ਤੋਂ ਬਾਅਦ ਇਸ ਬੰਦੇ ਦਾ ਜ਼ਿਕਰ ਇਸ ਘਰ ਚ ਕਦੇ ਨਹੀਂ ਹੋਏਗਾ ਹੈਵ ਆਈ ਮੇਡ ਮਾਈ ਪੁਆਇੰਟ ਕਲੀਅਰ ਗੁੱਡ ਇਸ ਤੋਂ ਪਿੱਛਾ ਛੁੜਾ ਕੇ ਮੈਂ ਪਿੰਡ ਚ ਆਇਆ ਸੀ ਹੁਣ ਇੱਥੇ ਵੀ ਬਲੱਡ ਹੀ ਵਾਂਟਸ ਟੂ ਰੂਨ ਮਾਈ ਫੈਮਿਲੀ ਲਾਈਫ ਟੂ ਆਪਣੀ ਕੁੜੀ ਨੂੰ ਮੇਰੇ ਮੁੰਡੇ ਦੇ ਪਿੱਛੇ ਲਾ ਕੇ ਕੰਨ ਖੋਲ ਕੇ ਸੁਣ ਲੈ ਦੀਪ ਉਸ ਘਰ ਦਾ ਰਿਸ਼ਤਾ ਨਹੀਂ ਹੋ ਸਕਦਾ ਮੇਰੇ ਜਿੰਦਿਆਂ ਜੀ ਉਸ ਕਰਨਲ ਦੀ ਕੁੜੀ ਇਸ ਘਰ ਚ ਨਹੀਂ ਆਏਗੀ ਹੋਏ ਚੁੱਪ ਕਰ ਜਿੰਦੇ ਨਾ ਪਰ ਹੋ ਕੇ ਤੂੰ ਰੋ ਲੈ ਅੰਦਰ ਵੜ ਕੇ ਸਾਰ ਨਹੀਂ ਸੀ ਉਹ ਟੁੱਟ ਜਾਣੀ ਸਾਡੀ ਪੀਂਗ ਹੁਲਾਰੇ ਚੜ ਕੇ ਸੋਚਿਆ ਨਹੀਂ ਸੀ ਕਦੇ ਇੰਜ ਜੁਦਾ ਹੋਵਾਂਗੇ ਹੋਏ ਸੋਚਿਆ ਨਹੀਂ ਸੀ ਕਦੇ ਇੰਜ ਜੁਦਾ ਹੋਵਾਂਗੇ ਇੰਜ ਜੁਦਾ ਹੋਵਾਂਗੇ ਤੇ ਲੁਕ ਲੁਕ ਰੋਵਾਂਗੇ ਇੰਜ ਜੁਦਾ ਹੋਵਾਂਗੇ ਤੇ ਲੁਕ ਲੁਕ ਰੋਵਾਂਗੇ ਇੰਨਾ ਨੇੜੇ ਹੋ ਕੇ ਹੁਣ ਦੂਰ ਜਦੋਂ ਹੋਵਾਂਗੇ ਦੂਰ ਜਦੋਂ ਹੋਵਾਂਗੇ ਤੇ ਲੁਕ ਲੁਕ ਰੋਵਾਂਗੇ ਹੋਏ ਦੂਰ ਜਦੋਂ ਹੋਵਾਂਗੇ ਤੇ ਲੁਕ ਲੁਕ ਰੋਵਾਂਗੇ ਲੁਕ ਲੁਕ ਰੋਵਾਂਗੇ ਧੁੱਪਾਂ ਨੂੰ ਕੀ ਹੋ ਗਿਆ ਏ ਛਾਵਾਂ ਨੂੰ ਕੀ ਹੋ ਗਿਆ ਰੱਬ ਜਾਣੇ ਖੋਰੇ ਨਾਰਾਵਾਂ ਨੂੰ ਕੀ ਹੋ ਗਿਆ ਧੁੱਪਾਂ ਨੂੰ ਕੀ ਹੋ ਗਿਆ ਏ ਛਾਵਾਂ ਨੂੰ ਕੀ ਹੋ ਗਿਆ ਰੱਬ ਜਾਣੇ ਖੋਰੇ ਨਾਰਾਵਾਂ ਨੂੰ ਕੀ ਹੋ ਗਿਆ ਹੁਣ ਜਦੋਂ ਕਦੇ ਨਾ ਰਾਵਾਂ ਚ ਖਲੋਵਾਂਗੇ ਹੁਣ ਜਦੋਂ ਕਦੇ ਨਾ ਰਾਵਾਂ ਚ ਖਲੋਵਾਂਗੇ ਰਾਵਾਂ ਚ ਖਲੋਵਾਂਗੇ ਤੇ ਲੁਕ ਲੁਕ ਰੋਵਾਂਗੇ ਹੋਏ ਰਾਵਾਂ ਚ ਖਲੋਵਾਂਗੇ ਤੇ ਲੁਕ ਲੁਕ ਰੋਵਾਂਗੇ ਲੁਕ ਲੁਕ ਰੋਵਾਂਗੇ ਤੂੰ ਵੀ ਮਜਬੂਰ ਹੈ ਤੇ ਮੈਂ ਵੀ ਬੇਕਸੂਰ ਹਾਂ ਕੋਲ ਕੋਲ ਹੁੰਦਿਆਂ ਹਜ਼ਾਰਾਂ ਕੋਹਾਂ ਦੂਰ ਹਾਂ ਤੂੰ ਵੀ ਮਜਬੂਰ ਹੈ ਤੇ ਮੈਂ ਵੀ ਬੇਕਸੂਰ ਹਾਂ ਕੋਲ ਕੋਲ ਹੁੰਦਿਆਂ ਹਜ਼ਾਰਾਂ ਕੋਹਾਂ ਦੂਰ ਹਾਂ
किन्नी देर दुख एक दूजे तो लकोवांगे किन्नी देर दुख एक दूजे तो लकोवांगे दुखा नू लकोवांगे ते लुक लुक रोवांगे होए दुखा नू लकोवांगे ते लुक लुक रोवांगे लुक लुक रोवांगे सोचिया नहीं सी कदे इंज जुदा होवांगे इंज जुदा होवांगे ते लुक लुक रोवांगे इंज जुदा होवांगे ते लुक लुक रोवांगे लुक लुक रोवांगे लुक लुक रोवांगे लुक लुक रोवांगे बहुत खुश नसीब ने मुंडे कुड़ियां जिन्हां दे व्याह सिर्फ अपने माँ बाप की मर्जी नाल नहीं बल्कि आपकी मर्जी नाल भी होंदे ने। असीं दोवें अज जिंदगी दे उस मुकाम ते खड़े हैं जिथे साडा लिता एक गलत फैसला साडी जिंदगियां रोल सकता है। तुसीं साडे हम उम्र हो जे तुसीं साडी थां ते होंदे तां तुसीं की करदे? दीप मैं तैनूं एक गल पुछां, तैनूं लगदा है कि तू कोई गलत काम कीता? नहीं। ते हरमन तू? बिल्कुल नहीं। ता गल बिल्कुल साफ है, जे असी कोई गलत काम कीता ही नहीं ता असी अपने पेरेंट्स को क्यों डरी जाइए? ओ भाई मैं ते कहना भाई तुहाडा जो भी फैसला होवे ना जाके अपने मां प्यो नु दस दियो, मन तेरा ठीक है नहीं तो उनकी मर्जी। उन्हां ने ता नहीं मनना। नहीं मनदे ता अपना फैसला सुना दियो भाई, असी ता कठे ही रहना है। दीप दा पता नहीं पर मेरे पापा ने ता सुनदिया सारी मैनू गोली मार देनी है। यार हद हो गई, जिंदगी साडी ते कंट्रोल साडे मां बाप दा, जमाना किते दा किते पहुंच गया पर साडे मां बाप ओथे ही खड़े ने। रियली वैसे तो कहणगे कि देखो अजकल दे बच्चों नू किन्नी आजादी है, मुंडे कुड़ियां इकट्ठे कॉलेज विच पढ़ते ने, अपनी मन मर्जी का खाते ने ते मन मर्जी का पाते ने, होर इन्हां नू की चाहिए? पर जदों साडी असल आजादी की गल आउंदी है ओथे साडा गला कुट रहे ने। बिल्कुल जुल्म है। वेखो साडी जिंदगी का सब तो अहम फैसला होंदा है अपना जीवन साथी चुनना, ठीक है कि नहीं? और वेखो इस मामले में साडी को सही है नहीं? यार मेरी गल मन्नो, तुसी दोनों घरों ही भज्जो। ओए इधर उधर टकरा मारन की कोई लोड़ नहीं, जे दोवें जने सुखी रहना चाहते हो ना चुप करके जाके कोर्ट मैरिज कर लो, बाद च जो होएगी वेखी जाएगी। यही तो मैं जानना चाहना बाद विच की होएगा। ओए नहीं मानते ते ना सही, तुसी वखरे रहन लग पे हो। किन्ना आसान है कहना कि अपने पेरेंट्स तो वखरे हो जाओ, कदी सोचे उन्हां तो दूर होके साडी जिंदगी की रह जाएगी? घरों भज जाना, मां बाप तो बगैर कोर्ट मैरिज करा लेना, ये तो प्रॉब्लम का कोई सोल्यूशन नहीं होया है। घरों भज गया तो कोई सुखी रहे? जरा सोच के देखो मां बाप तो बिना साडी जिंदगी कहो जी होगी? जवाब दो भाई, चुप क्यों हो गए है? उन्हां दे प्यार तो असी महरूम तो हो जाएंगे पर रवेंगे कितने कदे सोचे, पढ़ांगे किवें, नौकरी तो दूर की गल है। नवें सिरे तो जिंदगी शुरू करनी पौगी, कर सकते हो? किन्ने किने हाथ चुको? अच्छा हुण एक गल का जवाब दो, थोड़े माँ बाप थोनू किन्ना प्यार करते हैं? बहुत। जिन्ना आखो ओना ही काट, साडे लई कुछ भी कर सकते ने। That's it। साडे लई कुछ भी कर सकते, सिर्फ साडियां जरूरतां ही नहीं पूरियां करदे बल्कि साडे लई अपनी जान भी दे सकते ने। दुनिया च है कोई दूजा रिश्ता जिहड़ा ये कर सकदा है? मैनू तो सिर्फ इन्ना पता है कि रब दा दूजा रूप होंदे ने साडे मां बाप। फिर ये सब क्यों हो रहा है दीप? क्यों उन्हां नूं साडी गल समझ ही नहीं आ रही? क्यों अपने ईगो च बैठे ने? उन्हां नूं अपनी लड़ाई च असी नजर ही नहीं आ रहे। हरमन अज तो 20-25 साल पहला का समा इमेजिन करो जब साडे पेरेंट्स का विआह होया होगा,
ਉਸ ਵੇਲੇ ਤਾਂ ਮੁੰਡੇ ਕੁੜੀ ਦਾ ਦੂਰੋਂ ਹੀ ਇੱਕ ਦੂਜੇ ਨੂੰ ਦੇਖ ਲੈਣਾ ਪਿਆਰ ਦਾ ਇਜ਼ਹਾਰ ਹੁੰਦਾ ਸੀ। ਸਾਡੇ ਪੇਰੈਂਟਸ ਦਾ ਵਿਆਹ ਉਹਨਾਂ ਦੇ ਮਾਂ ਬਾਪ ਨੇ ਜਿੱਥੇ ਕੀਤਾ ਉਹਨਾਂ ਨੇ ਚੁੱਪ ਚਾਪ ਮੰਨ ਲਿਆ। ਜੋ ਉਹਨਾਂ ਨਾਲ ਹੋਇਆ ਉਹੀ ਉਹ ਸਾਡੇ ਨਾਲ ਕਰਨਾ ਚਾਹੁੰਦੇ ਨੇ। ਉਹ ਨਹੀਂ ਬਦਲੇ, ਅਸੀਂ ਬਹੁਤ ਤੇਜ਼ੀ ਨਾਲ ਬਦਲ ਰਹੇ ਹਾਂ। ਪਰ ਉਹਨਾਂ ਨੂੰ ਵੀ ਤਾਂ ਸਮੇਂ ਨਾਲ ਬਦਲਣਾ ਚਾਹੀਦਾ ਨਾ, ਹੈ ਕਿ ਨਹੀਂ? ਇਹੀ ਤਾਂ ਸਮਝਣ ਵਾਲੀ ਗੱਲ ਹੈ, ਉਹ ਇੰਨੀ ਛੇਤੀ ਨਹੀਂ ਬਦਲ ਸਕਦੇ। ਫਿਰ ਅਸੀਂ ਕਰੀਏ ਵੀ ਤਾਂ ਕੀ ਕਰੀਏ? ਅਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਇੱਕ ਪੰਜਾਬੀ ਸਭ ਕੁਝ ਬਰਦਾਸ਼ਤ ਕਰ ਸਕਦਾ ਹੈ, ਪਰ ਆਪਣੀ ਇੱਜ਼ਤ 'ਤੇ ਲੱਗਿਆ ਦਾਗ ਕਦੇ ਨਹੀਂ ਬਰਦਾਸ਼ਤ ਕਰ ਸਕਦਾ। ਉਹਦੀਆਂ ਧੀਆਂ ਭੈਣਾਂ ਉਹਦੀ ਇੱਜ਼ਤ ਹੁੰਦੀਆਂ ਨੇ। ਉਹਦੀ ਧੀ ਦਾ ਇੱਕ ਗਲਤ ਫੈਸਲਾ ਉਹਦੀ ਪੱਗ ਦਾ ਦਾਗ ਬਣ ਸਕਦਾ। ਮਤਲਬ ਸਾਨੂੰ ਸਾਡੇ ਜੀਵਨ ਸਾਥੀ ਚੁਣਨ ਦਾ ਹੱਕ ਕਦੇ ਵੀ ਨਹੀਂ ਮਿਲੇਗਾ? ਮਿਲੇਗਾ, ਕਿਉਂ ਨਹੀਂ ਮਿਲੇਗਾ? ਪਰ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਦਾ ਇਹ ਡਰ ਕੱਢਣਾ ਪਊਗਾ। ਜਿਸ ਦਿਨ ਉਹਨਾਂ ਨੂੰ ਯਕੀਨ ਹੋ ਗਿਆ ਕਿ ਅਸੀਂ ਕੋਈ ਗਲਤ ਕੰਮ ਨਹੀਂ ਕਰਾਂਗੇ, ਸਮਝੋ ਸਾਡਾ ਅੱਧਾ ਕੰਮ ਹੋ ਗਿਆ। ਤੇ ਬਾਕੀ ਅੱਧਾ? ਜੇ ਅਸੀਂ ਸੱਚੇ ਹਾਂ, ਸਾਡਾ ਪਿਆਰ ਸੱਚਾ ਹੈ, ਤਾਂ ਅਸੀਂ ਉਹਨਾਂ ਦੇ ਮਨ ਮੁੜ ਦਾਂਗੇ। ਪਰ ਇਹ ਹੋਏਗਾ ਕਿਵੇਂ? ਹੋਏਗਾ ਹਰਮਨ, ਇਹ ਵੀ ਹੋਏਗਾ, ਮੇਰੇ ਤੇ ਭਰੋਸਾ ਰੱਖ। ਬਸ ਤੂੰ ਵੇਖਦੀ ਜਾ। ਗੱਲ ਸੁਣ, ਕਈ ਦਿਨ ਹੋ ਗਏ ਨੇ ਦੀਪ ਨੂੰ ਇੱਥੇ ਆ, ਇਹ ਯੂਨੀਵਰਸਿਟੀ ਕਿਉਂ ਨਹੀਂ ਜਾਂਦਾ? ਮੈਂ ਤਾਂ ਬਥੇਰਾ ਕਿਹਾ, ਕਹਿੰਦਾ 4 ਦਿਨਾਂ ਵਿੱਚ ਕੀ ਵਿਗੜ ਜਾਊਗਾ। ਅੱਛਾ, ਪ੍ਰਭਲਾ ਉਹਨੂੰ ਮੈਂ ਪੁੱਛਦਾ। ਹੁਣ ਤੁਸੀਂ ਡਾਂਟਣ ਨਾ ਲੱਗ ਜਾਇਓ, ਜਵਾਨ ਪੁੱਤਰ ਹੈ ਉਹ। ਜਵਾਨ ਪੁੱਤਰ ਹੈ ਸੀ, ਆਪਣਾ ਹੀ ਪੁੱਤਰ ਨਾ, ਪੁੱਛਾਂ ਤਾਂ ਸਹੀ ਉਹਨੂੰ, ਆਖਿਰ ਗੱਲ ਕੀ ਹੋਈ ਹੈ? ਇੰਨੇ ਦਿਨ ਯੂਨੀਵਰਸਿਟੀ ਜਾਏ ਬਿਨਾਂ ਕੰਮ ਕਿਵੇਂ ਚੱਲੇਗਾ? ਦੀਪ! ਹਾਂਜੀ ਡੈਡੀ, ਜ਼ਰਾ ਉੱਤੇ ਆਇਆ ਜੀ, ਆਇਆ। ਹਾਂਜੀ ਡੈਡੀ, ਕਿਉਂ ਬਾਈ, ਯੂਨੀਵਰਸਿਟੀ ਛੁੱਟੀਆਂ ਨੇ? ਨਹੀਂ ਤਾਂ। ਅਤੇ ਫਿਰ ਜਾਂਦਾ ਕਿਉਂ ਨਹੀਂ? ਹੋਰ ਡੈਡੀ, ਮੈਂ ਪੜ੍ਹਨਾ ਨਹੀਂ ਚਾਹੁੰਦਾ। ਕੀ ਕਿਹਾ ਡੈਡੀ? ਪੜ੍ਹਨ ਲਈ ਸ਼ਹਿਰ ਜਾਣਾ ਪਊਗਾ, ਉੱਥੇ ਉਹੀ ਲੋਕ ਮਿਲਣਗੇ ਜਿਹੜੇ ਤੁਹਾਨੂੰ ਪਸੰਦ ਨਹੀਂ ਹੈਗੇ ਨੇ। ਨਾਲੇ ਆਪਾਂ ਕਿਹੜਾ ਪੜ੍ਹ ਕੇ ਨੌਕਰੀ ਕਰਨੀ? ਜ਼ਮੀਨਾਂ ਵੱਧ ਧੁੰਨੇ ਇੱਥੇ ਕੰਮ ਕਰਾਂਗੇ, ਨਾਲੇ ਨਵੇਂ ਕੰਮ ਜਿਹੜੇ ਤੁਸੀਂ ਸ਼ੁਰੂ ਕੀਤੇ ਨੇ ਉਹਨੂੰ ਸਿਰੇ ਚਾੜਾਂਗੇ। ਡੈਡੀ ਮੈਂ ਤਾਂ ਐਤਕੀ ਹੋਸਟਲ ਤੋਂ ਆਪਣਾ ਸਮਾਨ ਵੀ ਚੁੱਕ ਲਿਆ। ਗੱਲ ਸੁਣੋ ਮੁੰਡਿਆ, ਇਹ ਗੱਲ ਦੁਬਾਰਾ ਨਾ ਕਰੀ। ਇਹ ਗੱਲ ਤੇਰੀ ਚੰਗੀ ਹੈ ਕਿ ਤੂੰ ਪਿੰਡ ਚ ਰਹਿ ਕੇ ਪਿੰਡ ਦੇ ਕੰਮ ਕਰਨਾ ਚਾਹੁੰਦਾ, ਹਾਲੇ ਉਹਦਾ ਟਾਈਮ ਨਹੀਂ ਆਇਆ ਤੇਰਾ। ਪਿਓ ਹੈਗਾ ਹਾਲੇ, ਦੁਬਾਰਾ ਕਦੇ ਸਮਾਨ ਚੁੱਕਣ ਦੀ ਗੱਲ ਨਹੀਂ ਸੁਣਨਾ ਚਾਹੁੰਦਾ ਤੇਰੇ ਮੂੰਹ ਤੋਂ ਮੈਂ। ਸਾਨੂੰ ਪਿੰਡ ਵਾਲਿਆਂ ਨੂੰ ਪੜ੍ਹਨਾ ਵੀ ਜ਼ਰੂਰੀ ਹੈ, ਨੌਕਰੀਆਂ ਕਰਨਾ ਵੀ ਜ਼ਰੂਰੀ ਹੈ, ਨਹੀਂ ਤੇ ਸਾਰੀ ਉਮਰ ਪੇਂਡੂ ਤੇ ਅਨਪੜ੍ਹ ਪਾਵਾਂਗੇ। ਕੱਲ ਸਵੇਰੇ ਵਾਪਸ ਜਾਣ ਦੀ ਤਿਆਰੀ ਕਰ। ਪਰ ਡੈਡੀ, ਨੋ ਨੌਨਸੈਂਸ। ਠੀਕ ਹੈ, ਹੁਣ ਤੁਸੀਂ ਕਹਿ ਰਹੇ ਹੋ ਤਾਂ ਜਾਣਾ ਹੀ ਪਊਗਾ, ਪਰ ਕੁਛ ਦਿਨ ਹੋਰ ਰਹਿ ਸਕਦਾ ਮੈਂ ਇੱਥੇ? ਪਲੀਜ਼। ਅਰਮਨ ਕਿੱਥੇ ਹੈ? ਆਪਣੇ ਕਮਰੇ ਵਿੱਚ ਹੈ। ਚਾਹ ਪੀਤੀ ਉਹਨੇ? ਨਾਸ਼ਤਾ ਵੀ ਖਾ ਗਈ। ਕੀ ਕਹਿੰਦੀ ਸੀ? ਮੈਨੂੰ ਕੀ ਕਹਿਣਾ ਸੀ ਉਹਨੇ? ਮੇਰਾ ਮਤਲਬ ਉਸ ਮੁੰਡੇ ਬਾਰੇ ਕੋਈ ਗੱਲ ਕੀਤੀ ਸੀ? ਨਹੀਂ। ਮੇਰੇ ਬਾਰੇ ਕੀ ਕਹਿੰਦੀ ਸੀ? ਕੈਸੀ ਬਾਤੇ ਕਰ ਰਹੇ ਹੋ, ਹਾਂ ਕੀ ਹੋ ਗਿਆ ਤੁਹਾਨੂੰ? ਉਸ ਤੇ ਨਜ਼ਰ ਰੱਖੀ, ਕਲਾਸ ਖਤਮ ਹੋਣ ਬਾਅਦ ਸਿੱਧਾ ਘਰ ਆਉਣਾ ਚਾਹੀਦਾ ਉਹਨੂੰ। ਠੀਕ ਹੈ। ਉਹਦੇ ਫੋਨ ਤੇ ਵੀ ਨਜ਼ਰ ਰੱਖੀ, ਤੁਹਾਡੀ ਧੀ ਹੈ, ਕਿਹਦੇ ਨਾਲ ਗੱਲ ਕਰਦੀ ਹੈ ਸਾਨੂੰ ਪਤਾ ਹੋਣਾ ਚਾਹੀਦਾ। ਗੁੱਡ ਮਾਰਨਿੰਗ ਪਾਪਾ। ਮਾਰਨਿੰਗ ਮਾਰਨਿੰਗ ਪਾਪਾ, ਤੁਸੀਂ ਬਹੁਤ ਚਾਹ ਪੀਣ ਲੱਗ ਪਏ ਹੋ। ਇਹ ਪਹਿਲਾ ਕੱਪ ਹੈ ਨਾ? ਪਹਿਲਾ ਤੀਸਰਾ? ਪਾਪਾ, ਜਿੰਨੇ ਕੱਪ ਚਾਹ ਉਨੀ ਚਮਚ ਚੀਨੀ, ਫਿਰ ਤੁਸੀਂ ਕਹੋਗੇ ਤਬੀਅਤ ਠੀਕ ਨਹੀਂ। ਮੈਨੂੰ ਕੀ ਹੋਇਆ? ਮੈਂ ਬਿਲਕੁਲ ਠੀਕ ਹਾਂ। ਬਿਲਕੁਲ ਠੀਕ ਨਹੀਂ ਹੈ, ਸਵੇਰੇ 5 ਵਜੇ ਤੇ ਉੱਠੇ ਮੇਰੇ ਮਗਰ ਮਗਰ ਘੁੰਮ ਰਿਹਾ। ਮੈਂ ਕਿਹਾ ਨਾ ਮੈਂ ਬਿਲਕੁਲ ਠੀਕ ਹਾਂ।
ਕਲਾਸ ਖਤਮ ਹੋਣ ਦੇ ਬਾਅਦ ਸਿੱਧਾ ਘਰ ਆਈ। ਕਲਾਸ ਖਤਮ ਹੁੰਦਿਆਂ ਹੀ ਮੈਂ ਆ ਜਾਵਾਂਗੀ ਔਰ ਆ ਕੇ ਤੁਹਾਨੂੰ ਗੋਭੀ ਦੇ ਪਕੌੜੇ ਬਣਾ ਕੇ ਖਵਾਵਾਂਗੀ। ਬਿਲਕੁਲ ਨਹੀਂ, ਆਲਰੇਡੀ ਮੋਟੇ ਹੋ ਗਏ, ਪਕੌੜੇ ਬਿਲਕੁਲ ਵੀ ਨਹੀਂ ਆ। ਕੌਣ ਕਹਿੰਦਾ ਮੇਰੇ ਪਾਪਾ ਮੋਟੇ ਨੇ? ਮੇਰੇ ਪਾਪਾ ਵਰਗਾ ਇਸ ਦੁਨੀਆਂ ਵਿੱਚ ਹੋਰ ਕੋਈ ਹੋ ਹੀ ਨਹੀਂ ਸਕਦਾ, ਹੈ ਨਾ ਪਾਪਾ? ਕੀ ਕਹਿ ਕੇ ਗਈ ਹੈ? ਤੁਸੀਂ ਨਹੀਂ ਸੁਣਿਆ? ਤੁਸੀਂ ਦੁਨੀਆਂ ਦੇ ਸਭ ਤੋਂ ਵਧੀਆ ਪਾਪਾ ਹੋ। ਕਿਉਂ ਕਹਿ ਕੇ ਗਈ ਹੈ? ਕਿਉਂ ਮਤਲਬ? ਤੁਸੀਂ ਅੱਛੇ ਪਾਪਾ ਨਹੀਂ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਟਾਇਆ ਨੂੰ ਪਾਸੇ ਚੰਗੀ। ਅੱਛਾ ਜੀ, ਪਾਸੇ ਕਰ 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 ਛੇਤੀ ਪਾਸੇ ਕਰ। ਹਾਂਜੀ ਹਾਂ ਹਾਂ ਕਰ, ਬਸ 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 ਬਹੁਤ। ਇਹਨੇ ਤੇਰੇ ਨਾਲ ਕੋਈ ਗੱਲ ਕੀਤੀ? ਕਿਹੜੀ ਗੱਲ? ਆਹੀ ਉਹ ਕੁੜੀ ਬਾਰੇ। ਉਹਨੇ ਤਾਂ ਮੈਨੂੰ ਨਹੀਂ ਦੱਸਿਆ। ਹਾਂ ਮੈਂ ਪੁੱਛਿਆ ਸੀ। ਕੀ ਕਹਿੰਦਾ ਫਿਰ? ਕਹਿੰਦਾ ਛੱਡੋ ਮਾਮਾ, ਜਿਸ ਗੱਲ ਵਿੱਚ ਡੈਡੀ ਦੀ ਖੁਸ਼ੀ ਨਹੀਂ ਉਹ ਮੈਂ ਨਹੀਂ ਕਰਾਂਗਾ। ਉਸਨੇ ਤਾਂ ਕੁੜੀ ਨੂੰ ਵੀ ਕਹਿ ਦਿੱਤਾ ਕਿ ਜੇ ਮੇਰੇ ਮਾਂ ਬਾਪ ਰਾਜੀ ਨਹੀਂ ਤਾਂ ਮੈਂ ਨਹੀਂ ਕਰਾਂਗਾ। ਦੇ ਤਾ ਜੀ ਗੇੜਾ ਆਪਾਂ ਸਵੇਰੇ ਸਵੇਰੇ ਖੇਤਾਂ ਦਾ। ਡੈਡੀ ਚੰਡੀਗੜ੍ਹ ਜਾਣ ਨੂੰ ਜੀ ਜਤ ਨਹੀਂ ਕਰਦਾ ਪਰ ਜਾਣਾ ਪਊਗਾ। ਮੇਰੇ ਦੋਸਤਾਂ ਨੇ ਇੱਕ ਫੰਕਸ਼ਨ ਜਿਹਾ ਰੱਖਿਆ ਅਤੇ ਤੁਸੀਂ ਵੀ ਨਾਲ ਜ਼ਰੂਰ ਆਉਣਾ। ਮੈਂ ਕੀ ਕਰਾਂਗਾ? ਮੈਂ ਵੈਸੇ ਮੈਨੂੰ ਇਹੋ ਜਿਹੇ ਪ੍ਰੋਗਰਾਮ ਪਸੰਦ ਨਹੀਂ ਕਿ ਉਹ ਪੰਜਾਬੀ ਗਾਣਿਆਂ 'ਚ ਅੰਗਰੇਜ਼ੀਆਂ ਬੀਟਾਂ ਪਾ ਕੇ ਕੁੱਦੀ ਜਾਓ। ਨਹੀਂ, ਉਹਨਾਂ ਨੇ ਕਿਹਾ ਕਿ ਜੇ ਡੈਡੀ ਨੂੰ ਨਹੀਂ ਲੈ ਕੇ ਆਇਆ ਤਾਂ ਤੈਨੂੰ ਵੀ ਆਉਣ ਦੀ ਲੋੜ ਨਹੀਂ ਅਤੇ ਮੈਂ ਗੱਲਾਂ ਕਰਦਾ ਰਹਿਣਾ ਥੋੜ੍ਹੀ ਉਹਨਾਂ ਦੇ ਨਾਲ। ਮੈਂ ਪ੍ਰੋਮਿਸ ਕਰ ਚੁੱਕੀ ਡੈਡੀ। ਇਹੋ ਜਿਹੀ ਕਿਹੜੀ ਗੱਲ ਆ? ਅਗਰ ਬੇਟੇ ਨੇ ਪ੍ਰੋਮਿਸ ਕਰਤਾ ਹੈ ਤਾਂ ਡੈਡੀ ਪੂਰਾ ਨਹੀਂ ਕਰੇਗਾ ਤਾਂ ਕੌਣ ਕਰੇਗਾ? ਜ਼ਰੂਰ ਚੱਲਾਂਗੇ ਨਾਲ। ਇੱਥੇ ਜੀ ਸਰਦਾਰਨੀ, ਤੈਨੂੰ ਵੀ ਨਾਲ ਲੈ ਕੇ ਚੱਲਾਂਗੇ। ਚਲੋ ਮੈਂ ਹੁਣ ਪੰਚਾਇਤ ਦਾ ਗੇੜਾ ਲੈ ਆਵਾਂ। ਹਾਂਜੀ ਓਕੇ, ਛੇਤੀ ਰੈਡੀ ਹੋ ਜਾਓ ਜੀ ਤੁਸੀਂ। ਹੈ ਇਹ ਮੁੰਡਾ ਮੇਰੇ 'ਤੇ ਨਹੀਂ ਗਿਆ। ਕਿਉਂ ਇੱਦਾਂ ਕਿਉਂ ਕਹਿੰਦੇ ਹੋ? ਕੁਸਕਦਾ ਹੀ ਨਹੀਂ, ਮੈਂ ਜੋ ਕਹਿੰਦਾ ਕਰੀ ਜਾਂਦਾ, ਕੋਈ ਗੁੱਸਾ ਵੀ ਨਜ਼ਰ ਨਹੀਂ ਆਉਂਦਾ ਇਹਦੇ ਵਿੱਚ। ਮੈਨੂੰ ਸਮਝ ਨਹੀਂ ਆਉਂਦਾ ਤੁਸੀਂ ਉਹਦੀ ਤਾਰੀਫ ਕਰ ਰਹੇ ਹੋ ਜਾਂ ਸ਼ੱਕ ਕਰ ਰਹੇ ਹੋ। ਸ਼ੱਕ ਕਿਉਂ ਕਰਾਂਗਾ? ਮੁੰਡੇ ਨੇ ਮੇਰਾ ਦਿਲ ਜਿੱਤ ਲਿਆ, ਅੱਜ ਸੀਨਾ ਛੋੜਾ ਹੋ ਗਿਆ ਮੇਰਾ। I'm proud of my son. Good morning, Papa. Good morning. ਇਹ ਕੀ ਹੈ? ਆਲੂ ਦਾ ਪਰੌਂਠਾ, ਤੁਹਾਨੂੰ ਪਸੰਦ ਹੈ ਨਾ? ਮੈਂ ਆਪਣੇ ਹੱਥਾਂ ਨਾਲ ਬਣਾਇਆ। ਭਾਈ ਮੇਰੀ ਬੇਟੀ ਨੇ ਬਣਾਇਆ ਤੇ ਸਪੈਸ਼ਲ ਹੀ ਹੋਏਗਾ ਨਾ। ਇੰਜ ਨਹੀਂ, ਪਹਿਲਾਂ ਖਾ ਕੇ ਦੇਖੋ। ਓਕੇ ਭਾਈ। ਭਾਈ ਵਾਹ 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 ਵਾਹ, ਪਰਾਠਾ ਤੇ ਅੱਜ ਪਹਿਲੀ ਵਾਰ ਖਾਧਾ ਹੈ। ਤੇਰੀ ਮਾਂ ਨਾ ਪਰਾਠੇ ਦੇ ਨਾਂ ਤੇ ਉਹਨੂੰ ਕੀ ਕਹਿੰਦੇ ਨੇ, ਥੇਪਲਾ ਖਿਲਾ ਦਿੰਦੀ ਹੈ। ਪਾਪਾ ਯੂ ਟੂ ਮੱਚ, ਕਦੀ ਤੇ ਮੰਮੀ ਦੀ ਤਾਰੀਫ ਕਰ ਦਿਆ ਕਰੋ। ਉਹ ਐਸੀ ਤਰ੍ਹਾਂ ਠੀਕ ਹੈ, ਜੇ ਉਹਦੀ ਜ਼ਿਆਦਾ ਤਾਰੀਫ ਕਰੋ ਤਾਂ ਉਹਨੂੰ ਲੱਗਦਾ ਮੇਰੀ ਤਬੀਅਤ ਖਰਾਬ ਹੋ ਗਈ। ਅੱਛਾ ਪਾਪਾ ਮੈਂ ਚੱਲਦੀ ਹਾਂ, ਲੇਟ ਹੋ ਰਹੀ ਹਾਂ। ਜਲਦੀ ਆ ਜਾਈ ਪੁੱਤਰ, ਤੂੰ ਚਲੀ ਜਾਂਦੀ ਹੈ ਨਾ ਤੇ ਘਰ ਦੀ ਰੌਣਕ ਆਪਣੇ ਨਾਲ ਲੈ ਜਾਂਦੀ ਹੈ। ਤੇ ਜਦੋਂ ਮੈਂ ਵਾਪਸ ਆਉਂਦੀ ਹਾਂ? ਤੂੰ ਵਾਪਸ ਆਉਂਦੀ ਹੈ ਤੇ ਘਰ ਦੀ ਰੌਣਕ ਵਾਪਸ ਆ ਜਾਂਦੀ ਹੈ। ਅੱਛਾ ਪਾਪਾ, ਸਾਡੇ ਡਿਪਾਰਟਮੈਂਟ ਨੇ ਇੱਕ ਪ੍ਰੋਗਰਾਮ ਰੱਖਿਆ, ਤੁਸੀਂ ਆਓਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ। ਤੂੰ ਮੈਨੂੰ ਇਨਵਾਈਟ ਕਰ ਰਹੀ ਹੈ? ਰਾਈਟ ਸਰ, ਮੈਂ ਜ਼ਰੂਰ ਆਵਾਂਗਾ। ਤੇਰੀ ਖੁਸ਼ੀ ਤੋਂ ਪਿਆਰਾ ਮੈਨੂੰ ਹੋਰ ਕੀ ਹੋ ਸਕਦਾ। ਥੈਂਕ ਯੂ ਪਾਪਾ। ਓਏ ਮਾਈ ਬਿਊਟੀਫੁਲ ਵਾਈਫ, ਮੇਰੀ ਗੱਲ ਸੁਣ। ਹਰਮਨ ਨੇ ਆਪਣੇ ਹੱਥਾਂ ਨਾਲ ਮੇਰੇ ਵਾਸਤੇ ਪਰੌਂਠੇ ਬਣਾਏ ਨੇ। ਅਰੇ ਵਾਹ! ਇੱਕ ਗੱਲ ਹੋਰ, ਉਹਦੇ ਕਾਲਜ ਡਿਪਾਰਟਮੈਂਟ ਵਾਲਿਆਂ ਨੇ ਕੋਈ ਪ੍ਰੋਗਰਾਮ ਰੱਖਿਆ, ਆਪਾਂ ਦੋਨਾਂ ਨੇ ਜਾਣਾ। ਨਾ ਬਬਨਾ, ਮੈਂ ਕੀ ਕਰਨਾ ਉੱਥੇ ਜਾ ਕੇ, ਤੁਸੀਂ ਜਾਇਓ। ਓਏ ਇਹ ਵੀ ਕੋਈ ਗੱਲ ਹੋਈ? ਆਪਣੀ ਬੇੜੀ ਦੀ ਖੁਸ਼ੀ ਵਾਸਤੇ ਤੂੰ ਇੰਨਾ ਵੀ ਨਹੀਂ ਕਰ ਸਕਦੀ, ਤੂੰ ਜਾਣਾ ਹੈ। ਓਕੇ, ਦੈਟਸ ਮਾਈ ਆਰਡਰ। ਬਸ ਸਾਰੀ ਉਮਰ ਤੁਹਾਡਾ ਆਰਡਰ ਹੀ ਮੰਨਿਆ ਹੈ, ਇਹ ਵੀ ਮੰਨ ਲੈਂਦੀ ਆ, ਠੀਕ ਛੇ?
That is like a good vibe. ਮੈਨੂੰ ਲੱਗਦਾ ਮੇਰੇ ਪਾਪਾ ਵਿੱਚ ਪਹਿਲਾਂ ਤੋਂ ਚੇਂਜ ਹੈ। ਜੇ ਨਾ ਹੁੰਦਾ ਤਾਂ ਉਹਨਾਂ ਨੇ ਇੰਨੀ ਆਸਾਨੀ ਨਾਲ ਇਸ ਪ੍ਰੋਗਰਾਮ ਲਈ ਮੰਨਣਾ ਨਹੀਂ ਸੀ। ਕਿੰਨੇ ਦਿਨਾਂ ਦਾ ਅਸੀਂ ਇਹਨਾਂ ਨੂੰ ਯਕੀਨ ਦਿਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨਾਂ ਤੋਂ ਬਾਹਰ ਨਹੀਂ ਹੈਗੇ। ਅਸਲ 'ਚ ਸੱਚ ਵੀ ਆਹੀ ਕਿ ਅਸੀਂ ਇਹਨਾਂ ਦੀ ਇਜਾਜ਼ਤ ਤੋਂ ਬਗੈਰ ਕੁਛ ਨਹੀਂ ਕਰਾਂਗੇ। ਜੇ ਉਹ ਨਹੀਂ ਮੰਨੇ ਫਿਰ ਇਹ ਡਿਸੀਜਨ ਤਾਂ ਆਪਾਂ ਪਹਿਲਾਂ ਤੋਂ ਹੀ ਲੈ ਚੁੱਕੇ ਹਾਂ, ਹੁਣ ਇਸ ਤੋਂ ਪਿੱਛੇ ਨਹੀਂ ਹਟ ਸਕਦੇ। ਦੇਖਣਾ ਇਹ ਹੈ ਕਿ ਸਾਡੇ ਪੇਰੈਂਟਸ ਕਦੋਂ ਤੱਕ ਸਾਨੂੰ ਸਾਡੀ ਨਜ਼ਰਾਂ ਨਾਲ ਨਹੀਂ ਦੇਖਦੇ। ਜੇ ਅਗਲੇ ਕੁਛ ਦਿਨਾਂ 'ਚ ਅਸੀਂ ਉਹਨਾਂ ਦੇ ਦਿਲ ਜਿੱਤ ਸਕਦੇ ਹਾਂ ਤਾਂ ਫਿਰ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੂੰ ਸਾਡੇ ਬਾਰੇ ਸੋਚਣਾ ਪਊਗਾ। ਜੇ ਉਹ ਨਾ ਹੋ ਸਕਿਆ ਫਿਰ ਅਸੀਂ ਸਾਰੀ ਉਮਰ ਇਕੱਲੇ ਰਹਾਂਗੇ ਤੇ ਉਹਨਾਂ ਨੂੰ ਹਮੇਸ਼ਾ ਅਹਿਸਾਸ ਦਵਾਉਂਦੇ ਰਹਾਂਗੇ ਕਿ ਅਸੀਂ ਉਹਨਾਂ ਕਰਕੇ ਨਹੀਂ ਮਿਲ ਸਕੇ। ਹੋਰ ਕੋਈ ਰਸਤਾ ਨਹੀਂ ਯਾਰ ਮਨ, ਹੋਰ ਕੋਈ ਰਸਤਾ ਨਹੀਂ। ਬੈਠੋ ਅੰਕਲ, ਬੈਠੋ ਨਾ, ਸੀਟਾਂ ਸਪੈਸ਼ਲ ਬਣੇ ਹੋਈਆਂ। ਸਤਿ ਸ਼੍ਰੀ ਅਕਾਲ ਅੰਕਲ, ਸਤਿ ਸ਼੍ਰੀ ਅਕਾਲ ਜੀ। ਬੈਠੋ ਬੈਠੋ ਅੰਕਲ, ਬੈਠੋ ਤੁਸੀਂ। ਹਾਂਜੀ ਆਂਟੀ, ਬੈਠੋ ਤੁਸੀਂ ਪਲੀਜ਼, ਬੈਠੋ। ਗੁੱਡ ਈਵਨਿੰਗ ਲੇਡੀਜ਼ ਐਂਡ ਜੈਂਟਲਮੈਨ, ਸਾਡੇ ਇਸ ਪ੍ਰੋਗਰਾਮ ਦਾ ਨਾਂ ਹੈ ਅੱਜ ਦੀ ਹੀਰ ਤੇ ਅੱਜ ਦਾ ਰਾਂਝਾ। ਪਹਿਲਾਂ ਦਿਲ ਪੱਟੇ
ਕੌੜੇ ਵਿੱਚ ਝੂਠ ਦੀ ਦਾ ਪਲ ਵਿੱਚ ਗੁਜ਼ਰ ਗਿਆ ਹੋ ਪਹਿਲਾ ਦਿਲ ਪੱਟ ਦੇ ਪੰਘੂੜੇ ਵਿੱਚ ਝੂਠ ਦੀ ਦਾ ਪਲ ਵਿੱਚ ਗੁਜ਼ਰ ਗਿਆ ਰੇਸ਼ਮੀ ਪਟੋਲਿਆਂ ਦੇ ਦਾਜ ਰਹੀ ਸਾਮਦੀ ਮੈਂ ਗੁੱਡਿਆਂ ਵੀ ਆਉਣ ਦਾ ਸੀ ਚਾ ਗੁੱਡੀਆਂ ਦੇ ਗਲਾਂ ਵਿੱਚ ਕਿੰਨੇ ਸੋਹਣੇ ਲੱਗਦੇ ਸੀ ਮੱਕੀ ਦਿਆਂ ਦਾਣਿਆਂ ਦੇ ਹਾਰ ਮੱਕੀ ਦਿਆਂ ਦਾਣਿਆਂ ਦੇ ਹਾਰ ਖੇਡਣ ਦੇ ਤਿੰਨ ਚਾਰ ਸਹੇਲੀਆਂ ਖੇਡਣ ਦੇ ਤਿੰਨ ਚਾਰ ਖੇਡਣ ਦੇ ਤਿੰਨ ਚਾਰ ਬੇਲੀਓ ਖੇਡਣ ਦੇ ਤਿੰਨ ਚਾਰ ਦਿਨ ਆਇਆ ਤੇਰੀ ਪੀਂਗ ਦੇ ਹੁਲਾਰੇ ਪੱਲੇ ਬਿਟ ਬਿਟ ਵੇਖੇ ਅਸਮਾਨ ਦੂਜਾ ਦਿਨ ਆਇਆ ਤੇਰੀ ਪੀਂਗ ਦੇ ਹੁਲਾਰੇ ਪੱਲੇ ਬਿਟ ਬਿਟ ਵੇਖੇ ਅਸਮਾਨ ਬਿਟ ਬਿਟ ਵੇਖੇ ਅਸਮਾਨ ਬਾਬਲੇ ਦੇ ਵੇੜੇ ਚ ਸਮਾਉਂਦੀ ਨਾ ਜਵਾਨੀ ਫੇਰ ਪੀੜਾ ਪੀੜਾ ਜਾਪਦਾ ਜਹਾਨ ਸੰਗਤੀ ਸੰਗੋਲੀ ਤੀ ਮਾਂ ਕੋਲੋਂ ਪੁੱਛੇ ਹਾਏ ਸੰਗਤੀ ਸੰਗੋਲੀ ਤੀ ਮਾਂ ਕੋਲੋਂ ਪੁੱਛੇ ਕਿ ਮੈਂ ਸੱਚੀ ਮੁੱਚ ਹੋ ਗਈ ਮੁਟਿਆ ਸੱਚੀ ਮੁੱਚ ਹੋ ਗਈ ਮੁਟਿਆ ਖੇਡਣ ਦੇ ਦਿਨ ਚਾਰ ਬੇਲੀਓ ਖੇਡਣ ਦੇ ਦਿਨ ਚਾਰ ਤੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ ਵੇ ਸਾਡਾ ਕਾਦਾ ਸੋਰ ਬਾਬਲਾ ਜਦੋਂ ਕੁੜੀਆਂ ਨੂੰ ਚੜਨ ਜਵਾਨੀਆਂ ਤਾਂ ਮਾਪੇ ਦਿੰਦੇ ਤੋਰ ਬਾਬਲਾ ਤੀਆਂ ਬੋਲ ਕੇ ਨਾ ਦੁੱਖੜਾ ਸੁਣਾਉਂਦੀਆਂ ਜਿੱਥੇ ਤੋਰ ਦਿੱਤਾ ਉੱਥੇ ਤੁਰ ਜਾਂਦੀਆਂ ਕੱਲ ਦਿਲ ਦੀ ਦੇ ਨੱਚਦੇ ਜਾਂਦੀਆਂ ਬੇਗਾਨੇ ਹੱਥ ਡੋਰ ਬਾਬਲਾ ਯਾਦ ਹੋਣਾ ਤੇਰੇ ਘਰ ਬਾਬਲ ਤੈਨੂੰ ਯਾਦ ਹੋਣਾ ਤੇਰੇ ਘਰ ਬਾਬਲ ਇੱਕ ਵਾਰ ਮੈਂ ਜੰਮੀ ਸਾਹਿਰ ਬਣ ਕੇ ਲੈ ਕੇ ਉਦੋਂ ਤੋਂ ਬਾਬਲ ਹਜਤੀ ਕਰ ਰੋਣਾ ਰਹਿ ਗਿਆ ਮੇਰੀ ਤਕਦੀਰ ਬਣ ਕੇ ਹੀਰਾ ਜ਼ਹਿਰ ਖਾ ਖਾ ਹੁਣ ਵੀ ਮਰਦੀਆਂ ਨੇ ਹੀਰਾ ਜ਼ਹਿਰ ਖਾ ਖਾ ਹੁਣ ਵੀ ਮਰਦੀਆਂ ਨੇ ਰਾਂਝੇ ਫਿਰਦੇ ਨੇ ਹੁਣ ਵੀ ਫਕੀਰ ਬਣ ਕੇ ਰਾਂਝੇ ਫਿਰਦੇ ਨੇ ਹੁਣ ਵੀ ਫਕੀਰ ਬਣ ਕੇ ਆਵੇ ਸਮਝ ਨਾ ਧੀਆਂ ਮਰ ਜਾਣੀਆਂ ਦੀ ਕਿਸਮਤ ਰੱਬ ਨੇ ਕਿਹੋ ਜਿਹੀ ਘੜੀ ਹੋਈ ਹੈ ਸਾਰੇ ਜੱਗ ਜਹਾਨ ਦੀ ਇਹ ਸਾਰ ਜਾਣੇ ਜ਼ਿੰਦਗਾਨੀ ਦੇ ਫਲਸਫੇ ਪੜੀ ਹੋਈ ਹੈ ਮੁੱਦਤ ਗੁਜ਼ਰ ਗਈ ਹੈ ਸਭ ਕੁਝ ਬਦਲ ਚੁੱਕਾ ਹੈ ਮੁੱਦਤ ਗੁਜ਼ਰ ਗਈ ਹੈ ਸਭ ਕੁਝ ਬਦਲ ਚੁੱਕਾ ਹੈ ਹੀ ਰੱਜ ਵੀ ਉੱਥੇ ਹੀ ਖੜੀ ਹੋਈ ਹੈ
अज भी उधे ही खड़ी हुई है, हीर अज भी उधे ही खड़ी हुई है। खेडन दे दिन चार सहेलियों, खेडन दे दिन चार, खेडन दे दिन चार सहेलियों, खेडन दे दिन चार, खेडन दे दिन चार सहेलियों, खेडन दे दिन अज दा शो, अज दा शो सिर्फ एक शो ही नहीं बल्कि साढ़े दिल की आवाज सी। साढ़े कुछ सवाल सी, असी कुछ कहना चाहते सी अपने पेरेंट्स नूं जो साढ़े सामने बैठे ने। मैं उन्होंने रिक्वेस्ट करांगा कि वह प्लीज स्टेज ते आउण ते साढ़े सवालों के जवाब देण। प्लीज डैडी। पापा पहले तू बोल। नहीं पहला तू बोल। क्यों इतों डर लगता है कुछ? तेनू नहीं लगता? मैं सब दे सामने यह कबूल करदा इतने खड़ा बलविंदर सिंह बराड़ आज मैनू चंगा नहीं लग रहा। आज पहली बारी मैनु बोलन तो डर लग गया। जो कुछ भी बोलना है तू बोल। एक बाप कोल बोलन लई होर की रह जांदा है जो बेटी कहती है मैनु सब तो उच्ची चीज है एक पगड़ी बाबल दी। मैं अज बहुत शर्मिंदा। अज एक गल साफ हो गई है कि एक फादर भी बेटी बारे गलत डिसीजन ले सकता है। फादर भी गलती कर सकता है। मेरे को भी गलती हुई है। मैं अपनी धी ते शक किया। रही गल हीर दी तू सही कह पुत्र जमाना बदल गया पर हीर अज भी उत्थे खड़ी है। हीर हमेशा ही अपने बाप की खुशी वास्ते कुर्बान होती आई है। क्यों जया बाप है उन्हों अपनी हीर की खुशी नजर ही नहीं आई। मैं अज तुहाडे सारे सामने वादा करदा कि मैं अपनी हीर नाल कदे जबरदस्ती नहीं करूंगा। मेरी हीर नू कदे जबरदस्ती डोली च नहीं बिठाया जाएगा। सॉरी पुत्र। मैं भी महसूस कर रहा मैं आज तक वही कीता है जो मैं ठीक लगे। मैं भूल ही गया कि मेरे परिवार विच होर भी लोग ने जिन्हों का हर फैसले विच बराबर का अधिकार है। मैं यह कभी नजर ही नहीं आया। मैं इन जो कुछ होंदा होंदा रहे बस मेरी मुझ खड़ी रहे। मैं एक गल पूछूं ना तेरी में लड़ाई की है भाई? मैं पता नहीं पर ना यार है कि मैं शहर च रहिंदा सी ते तू पिंड च। मैनू अंग्रेजी आंदी सी ते तैनू नहीं आंदी सी। नाउ डू यू थिंक सो? ओके एक होर गल पुछ। तेरे कोल की प्रूफ है कि मेरी वजह नाल तैनू वीएसएम नहीं मिलिया? ओ तेरे कोल की प्रूफ है कि तेरा प्रमोशन मेरे करके नहीं होया सी? प्रूफ तेरे कोल भी कोई नहीं ते मेरे कोल भी कोई नहीं। आपां लंदे बहाने लभदे रहे। किन्नी हैरानी दी गल है। फौज च असीं दुश्मन दे नाल कट्ठे लड़दे रहे हां लेकिन अपने बच्चों खातिर कट्ठे हो नहीं सके है ना।
मेजर बरार, बच्चा ने ते अपना फर्ज निभाया, पर की आपा उन्होंने समझने की कोशिश की थी? सच्ची दसा बच्चे अपने तो बाजी मार गए ने। ओए आपा बोली जावांगे या कुछ करांगे भी? ओ, गल सुनो बच्चे, जे तुसी साढ़े तो बाहर नहीं ते असी भी तुहाड़े तो बाहर नहीं। मेजर बरार, यस सर, हुण की कीता जावे? सर, कोर्ट मार्शल कीता जाए। ओके, कमाल है, तुसी फिर ऑर्डर चले जाने? असी तुहाडा ऑर्डर नहीं मनांगे। हां, पहला तुसी आपस विच तां मिलो। ओ बच्चे ठीक कह रहे ने, सारी उम्र असी लड़दे रहे, हुण मौका आ गया कि आपा जप्पी पा लईए। मेजर बरार, यस सर, गुड मॉर्निंग। थैंक यू सर। मेजर बरार, यस सर, कोर्ट मार्शल दी तारीख फिक्स कीती जावे। बिल्कुल नहीं, हुण की होया? तुसी फिर आपस च फैसला करी जाना, साडी मां इत्थे खड़ियां ने, इहनां नूं पुछो। अपने तो फिर गलती हो चली सी कर्नल साहब। बेहतर यही है कि यह फैसला अपने नाते छड़ दी। दीप दी मां, अपने तो कोई गलती हो गई हो तो माफ कर देना। माफी मंगन दी गल छड़ो, सानू ता ऐसे गल दी बहुत खुशी है कि तुहानू असी भी कितने नजर आए। घर विच साडी भी कोई सेह होनी चाहिए ना। बिल्कुल ठीक है जी, अज मैं अपने मुंडे लई तुहाडी कुड़ी दा हाथ मंगदी। हाथ कुड़ी वाले मंगदे ने, असी ता मुंडे वाले हां जी। भाई किसी ने खूब किया है, यारा नाल पहारा। यारी यारी हर कोई कहता यार बनाने ओके, यारी 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 पाके यार दे नाल बोल बगाने ओके, यारी 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 पैंदी जदों दिलां नाल, यारी पैंदी जदों दिलां नाल जुड़ लिंदियां दियां तारा। यारा 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 नाल बहारा, यारा नाल बहारा, यारा नाल बहारा, यारा नाल बहारा। जुड़ी लिखी ला दिया तारा।